एंड स्पा। मेरा किता हार शिंगार नी फैंसी जूलर ने, सब पुछण बारंबार नी फैंसी जूलर ने, कंगन कले बाणिया झुमके कानी ते नाल हार नी फैंसी जूलर ने। फैंसी जूलर्स pure 22 and 24 karat gold, huge jewelry sale. Fancy Jewelers, 7086 Airport Road, unit number 2, Mississauga. Fancy Jewelers. ਸਤਿ ਸ਼੍ਰੀ ਅਕਾਲ ਦੋਸਤੋ, ਆਪਣਾ ਪੰਜਾਬ ਟੀਵੀ ਚੈਨਲ ਦੇਖਦੇ ਨੂੰ ਸਾਰਿਆਂ ਨੂੰ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਦਾ ਜਿਹੜਾ ਕਿ ਸ਼ੋਅ ਅਸੀਂ ਹਰੇਕ ਮੰਡੇ ਦੀ ਤਰ੍ਹਾਂ 8 ਵਜੇ ਤੋਂ ਲੈ ਕੇ 9 ਵਜੇ ਤੱਕ ਤੁਹਾਡੇ ਰੂਬਰੂ ਹੁੰਦੇ ਹਾਂ, ਜਿਹੜਾ ਕਿ ਸਟ੍ਰੋਲੋਜੀ ਦੇ ਬਾਰੇ ਹੁੰਦਾ ਆ। ਸਟ੍ਰੋਲੋਜੀ ਦੇ ਬਾਰੇ ਅਸੀਂ ਭਰਪੂਰ ਜਾਣਕਾਰੀ ਦਿੰਦੇ ਹਾਂ, ਜੋ ਤੁਸੀਂ ਸਾਨੂੰ ਜਾਣਕਾਰੀ ਦਿੰਦੇ ਹਾਂ, ਡੇਟ ਆਫ ਬਰਥ ਦਿੰਦੇ ਹਾਂ, ਅਤੇ ਉਹਨਾਂ ਦੇ ਆਧਾਰ 'ਤੇ ਸਾਡੇ ਪੰਡਿਤ ਜੀ ਉਹਨਾਂ ਦਾ ਚਾਨਣਾ ਪਾਉਂਦੇ ਆ। ਦੋਸਤੋ, ਜੇ ਅੱਜ ਤੁਸੀਂ ਕਿਸੇ ਵੀ ਸਾਨੂੰ ਕਾਲ ਕਰਨੀ ਹੋਵੇ, ਇੱਕੋ ਇੱਕ ਨੰਬਰ ਹੈ 6477101575 'ਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਰਾਸਤਾ ਕਾਇਮ ਕਰ ਸਕਦੇ ਹਾਂ। ਜੇ ਸਾਡੇ ਫੇਸਬੁੱਕ ਫੈਮਿਲੀ ਜਿਹੜੀ ਹੈ ਕਿ ਫੇਸਬੁੱਕ ਰਾਹੀਂ ਜੁੜਨਾ ਚਾਹੁੰਦੇ ਹਾਂ ਅਤੇ ਉਹ ਆਪਣਾ ਪੰਜਾਬ ਟੀਵੀ ਚੈਨਲ ਬਾਰੇ ਕੁਛ ਵੀ ਇਨਫੋਰਮੇਸ਼ਨ ਲੈਣੀ ਹੋਵੇ, ਫੇਸਬੁੱਕ ਰਾਹੀਂ ਸਾਡੇ ਨਾਲ ਜੁੜ ਸਕਦੇ ਆ, ਜਾਂ ਤੁਸੀਂ ਆਪਣਾ ਪੰਜਾਬ ਟੀਵੀ ਐਪ ਡਾਊਨਲੋਡ ਕਰਕੇ ਸਾਨੂੰ 24 ਆਵਰ ਦੇਖ ਸਕਦੇ ਹੋ। ਆਓ ਇੱਕ ਵਾਰੀ ਫਿਰ ਸਵਾਗਤ ਕਰੀਏ, ਹਮੇਸ਼ਾ ਮੰਡੇ ਦੀ ਤਰ੍ਹਾਂ ਪੰਡਿਤ ਜੀ ਦਾ ਸਵਾਗਤ ਕਰਦੇ ਹਾਂ। ਪੰਡਿਤ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ, ਨਮਸਕਾਰ ਜੀ। ਨਮਸਕਾਰ ਜੀ, ਸਾਡੇ ਦਰਸ਼ਕਾਂ ਨੂੰ ਬਹੁਤ ਬਹੁਤ ਪ੍ਰਣਾਮ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਜੈ ਮਾਤਾ ਦੀ। ਬਹੁਤ ਖੁਸ਼ੀ ਹੋਈ ਇੱਕ ਵਾਰ ਫਿਰ ਆਪ ਸਾਰੇ ਦੇ ਵਿੱਚ ਅਸੀਂ ਆਏ ਹਾਂ ਦੁਬਾਰਾ ਆਪ ਦਾ ਆਪਣਾ ਇਹ ਸ਼ੋਅ ਲੈ ਕੇ ਲਾਈਵ ਐਸਟਰ ਤੋਂ ਆਪ ਵਿੱਚ ਪੰਡਿਤ ਤਰੁਣ ਦੇਵਗਨ। ਮੈਂ ਛੋਟਾ ਜਿਹਾ ਆਪਣਾ ਤਾਰਫ ਦੇ ਦਿਆਂ, ਬਹੁਤ ਦਰਸ਼ਕ ਨੇ ਵੀ ਸਾਡੇ ਨਾਲ ਜੁੜਦੇ ਨੇ। ਬਿਲਕੁਲ ਜੀ, ਕਿ ਮੇਰਾ ਨਾਮ ਪੰਡਿਤ ਤਰੁਣ ਦੇਵਗਨ ਹੈਗਾ ਅਤੇ ਸਾਡੀ ਪੀੜ੍ਹੀਆਂ ਦਰ ਪੀੜ੍ਹੀਆਂ ਤੋਂ ਅਸੀਂ ਐਸਟ੍ਰੋਲੋਜੀ, ਕਰਮ ਕਾਂਡ, ਪੂਜਾ ਪਾਠ, ਮਹਾਮਾਈ ਦੇ ਚੌਂਕੀ ਅਤੇ ਜਾਗਰਣ ਅਸੀਂ ਕਰਦੇ ਆ ਰਹੇ ਹੈਗੇ ਹਾਂ। ਅਤੇ ਇਹ ਬੜੀ ਹੀ ਸੋਹਣੀ ਅਸੀਂ ਇੱਕ ਕੋਸ਼ਿਸ਼ ਕੀਤੀ ਹੈ, ਤੁਹਾਡੇ ਆਪ ਸਾਰਿਆਂ ਦੇ ਹੁੰਗਾਰਾ ਸਾਨੂੰ ਮਿਲਿਆ ਅਤੇ ਆਪਣਾ ਪੰਜਾਬ ਟੀ ਵੀ ਵਾਲਿਆਂ ਨੇ ਅਪਰੋਚ ਕੀਤਾ ਅਤੇ ਰਲ ਕੇ ਅਸੀਂ ਮਿਲ ਕੇ ਇਹ ਪ੍ਰੋਗਰਾਮ ਤੁਹਾਡੇ ਵਿੱਚ ਲੈ ਕੇ ਆਏ ਹਾਂ। ਅਤੇ ਤੁਹਾਡੇ ਅੱਗੇ ਜ਼ਰੂਰ ਸਾਡੀ ਬੇਨਤੀ ਹੈਗੀ ਹੈ, ਤੁਸੀਂ ਸਾਡਾ ਸਾਥ ਦਿਓ, ਸਪੋਰਟ ਕਰੋ। ਕੋਈ ਵੀ ਕੁਐਸਚਨ ਤੁਹਾਡਾ ਆਪਣੇ ਲਈ, ਬੱਚਿਆਂ ਲਈ, ਪਰਿਵਾਰ ਵਾਸਤੇ ਜਾਂ ਫਿਰ ਬੱਚਿਆਂ ਦੇ ਕਰੀਅਰ ਵਾਸਤੇ ਕੁਛ ਵੀ ਪ੍ਰਸ਼ਨ ਤੁਹਾਡੇ ਮਨ ਵਿੱਚ ਆਉਂਦਾ ਆ, ਤੁਸੀਂ ਉਹਨੂੰ ਜ਼ਰੂਰ ਸਾਡੇ ਨਾਲ ਕਾਲ ਕਰਕੇ ਸਾਂਝਾ ਕਰੋ ਅਤੇ ਅਸੀਂ ਜਿੱਦਾਂ ਕਿ ਹਰਜਨ ਦੱਸਿਆ ਤੁਹਾਡੀ ਡਿਟੇਲ ਦੇਖ ਕੇ ਥੋੜ੍ਹਾ ਜਿਹਾ ਉਹਨੂੰ ਜਿਤਨੇ ਸ਼ੋਰਟ ਪੀਰੀਅਡ ਵਿੱਚ ਐਨਾਲਾਈਜ਼ ਕਰਕੇ ਅਸੀਂ ਤੁਹਾਨੂੰ ਤੁਹਾਡੇ ਕੁਐਸਚਨ ਦਾ ਜ਼ਰੂਰ ਜਵਾਬ ਦਵਾਂਗੇ। ਆਓ ਜੀ, ਹਰੀ ਜੀ। ਹਾਂਜੀ ਪੰਡਿਤ ਜੀ, ਜਿੱਦਾਂ ਆਪਾਂ ਹਰ ਮੰਡੇ ਦੇ ਸਸਟੇ 8 ਤੋਂ 9 ਵਜੇ ਲਾਈਵ ਹੁੰਦੇ ਹਾਂ, ਉਸੇ ਤਰ੍ਹਾਂ ਅੱਜ ਵੀ ਉਸੇ ਤਰ੍ਹਾਂ ਦਾ ਲਾਈਵ ਸ਼ੋਅ ਕਰਾਂਗੇ। ਹਾਂਜੀ, ਅਤੇ ਜਿਸ ਤਰ੍ਹਾਂ ਆਪਾਂ, ਮੇਰਾ ਖਿਆਲ 6ਵੇਂ ਔਰ 7ਵੇਂ ਘਰ ਦਾ ਮੇਰਾ ਪਿਛਲੀ ਵਾਰੀ ਦੱਸਿਆ ਸੀਗਾ। ਹਾਂਜੀ, ਅਤੇ ਅੱਜ ਕਿਸ ਘਰ ਦਾ ਦੱਸੋਗੇ, 8ਵੇਂ ਘਰ ਦਾ ਇੱਕ ਔਰ 7ਵੇਂ ਘਰ ਦਾ? ਜਿਹੜੇ ਨਾਲ ਸਾਡੇ ਦਰਸ਼ਕ ਦੇਰ ਨਾਲ ਜੁੜੇ ਨੇ ਜਾਂ ਜੋ ਕਿ ਰੈਗੂਲਰਲੀ ਫੋਲੋ ਕਰਦੇ ਆ ਰਹੇ ਨੇ ਸਾਡੇ ਐਪੀਸੋਡਸ ਨੂੰ, ਉਹਨਾਂ ਨੂੰ ਪਤਾ ਹੈ ਕਿ ਅਸੀਂ ਹੁਣ ਇਹ ਥੋੜ੍ਹਾ ਚਾਨਣਾ ਜਿਹਾ ਪਾ ਰਹੇ ਹੈਗੇ ਕੰਟੀਨਿਊਸਲੀ। ਜਿੱਦਾਂ ਕਿ ਕਦੀ ਵੀ ਤੁਸੀਂ ਕਿੱਥੇ ਜਾਂਦੇ ਹੈਗੇ ਹੋ, ਕੋਈ ਐਸਟ੍ਰੋਲੋਜੀ ਤੁਹਾਨੂੰ ਬੜ੍ਹ ਚੜ੍ਹ ਬਣਾ ਕੇ ਉਹਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਹੈ, ਲੇਕਿਨ ਸਾਨੂੰ ਨਹੀਂ ਪਤਾ ਹੁੰਦਾ ਕਿ ਐਕਚੁਅਲ ਚੋਂ ਕੀ ਕਰ ਰਹੇ ਹੈਗੇ, ਤਾਂ ਉਹਨਾਂ ਚੀਜ਼ਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ। ਅਤੇ ਮੈਂ ਤੁਹਾਨੂੰ ਦੱਸਦਾ ਜਿਹਦੇ ਅਸੀਂ ਜ਼ਿਕਰ ਕਰ ਰਹੇ ਹੈਗੇ ਹਾਂ, ਅੱਜ ਛੋਟਾ ਜਿਹਾ ਪੇਪਰ ਤੁਸੀਂ ਦੇਖੋਗੇ, ਇਹਦੇ ਵਿੱਚ ਇੱਕ ਇਹ ਗਰਾਊਂਡ ਹੁੰਦਾ ਹੈ, ਇੱਕ ਫਾਊਂਡੇਸ਼ਨ ਹੁੰਦੀ ਹੈ ਤੁਹਾਡੀ ਐਸਟ੍ਰੋਲੋਜੀ ਦੀ ਥਰੂ ਆਊਟ ਦਾ ਲਾਈਫ, ਜਿਹਦਾ ਇਹਨੂੰ ਐਨਾਲਾਈਜ਼ ਕਰਕੇ ਸਟੱਡੀ ਕਰਕੇ ਅਸੀਂ ਪਤਾ ਲਗਾਇਆ ਜਾ ਸਕਦਾ ਕਿ ਤੁਹਾਡੀ ਲਾਈਫ ਦੇ ਵਿੱਚ ਤੁਹਾਡੀ ਪਰਸਨੈਲਿਟੀ ਕੀ ਹੈਗੀ ਹੈ, ਕੀ ਚੀਜ਼ਾਂ ਡਿਫਰੈਂਟ ਟਾਈਮ ਪੀਰੀਅਡ 'ਤੇ ਜਿਹੜੀਆਂ ਹੁੰਦੀਆਂ ਨੇ। ਅਸੀਂ ਹਾਲੇ ਤੱਕ ਇਸ ਕੁੰਡਲੀ ਦੇ 12 ਘਰ ਟੋਟਲ ਹੁੰਦੇ ਨੇ ਅਤੇ 9 ਗ੍ਰਹਿ ਹੁੰਦੇ ਨੇ ਜਿਹੜੇ ਅਲੱਗ ਅਲੱਗ ਜਗ੍ਹਾ 'ਤੇ ਬੈਠੇ ਹੁੰਦੇ ਨੇ, ਉਹ ਅਸੀਂ ਚਾਨਣਾ ਪਾ ਰਹੇ ਸੀਗੇ। ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, 7 ਘਰਾਂ ਦੇ ਵਿੱਚ ਇਹ ਘਰ ਆਪਣੇ ਆਪ 'ਚ ਕੀ ਰਿਪ੍ਰਜੈਂਟ ਕਰਦੇ ਨੇ, ਇਹਦਾ ਅਸੀਂ ਜ਼ਿਕਰ ਆਲਰੇਡੀ ਕਰ ਚੁੱਕੇ ਹੈਗੇ ਹਾਂ। ਅਤੇ ਹੁਣ ਅੱਜ ਅਸੀਂ ਗੱਲ ਕਰਾਂਗੇ 7ਵੇਂ ਤੋਂ ਬਾਅਦ, ਯਾਨੀ ਕਿ 8ਵਾਂ, 9ਵਾਂ, ਟਾਈਮ ਦੇ ਹਿਸਾਬ ਨਾਲ ਜਿੱਦਾਂ ਵੀ ਸਾਨੂੰ ਕਾਲਸ ਵਗੈਰਾ ਆਉਣਗੀਆਂ ਉਹਨਾਂ ਨੂੰ ਨਾਲ ਦੀ ਨਾਲ ਅਸੀਂ ਡਿਸਕਸ ਕਰਦੇ ਰਵਾਂਗੇ। ਅਤੇ ਤੁਹਾਡੇ ਅੱਗੇ ਬੇਨਤੀ ਹੈਗੀ ਹੈ, ਜ਼ਰੂਰ ਸਾਡਾ ਸਾਥ ਦਿਓ, ਤੁਸੀਂ ਸ਼ੋਅ ਨੂੰ ਵਾਚ ਕਰੋ ਅਤੇ ਤੁਹਾਨੂੰ ਬੜਾ ਹੀ ਇੰਟਰਸਟ ਵੀ ਤੁਹਾਡਾ ਕ੍ਰੀਏਟ ਹੋਏਗਾ, ਤੁਹਾਨੂੰ ਸਿੱਖਣ ਨੂੰ ਵੀ ਬਹੁਤ ਕੁਛ ਮਿਲੇਗਾ ਜੀ। ਜਿੱਦਾਂ ਦੋਸਤੋ ਅਸੀਂ ਜਿੱਦਾਂ ਚਾਰ ਦਿਖਾਇਆ ਪੰਡਿਤ ਜੀ ਨੇ, ਉਹਨਾਂ ਮੇਰਾ ਖਿਆਲ 12 ਘਰਾਂ ਦੇ ਵਿੱਚੋਂ 7 ਦਾ ਜ਼ਿਕਰ ਕਰ ਚੁੱਕੇ ਹਾਂ ਪੰਡਿਤ ਜੀ, ਉਹ ਦੱਸ ਵੀ ਚੁੱਕੇ ਆ ਵੀ ਪਹਿਲਾ ਘਰ ਕਿਹੋ ਜਿਹਾ ਹੁੰਦਾ, ਔਰ ਦੂਜਾ, ਔਰ ਤੀਜਾ, ਚੌਥਾ, ਪੰਜਵਾਂ, ਛੇਵਾਂ, 7ਵੇਂ ਘਰ ਦੇ ਪੂਰੀ ਜਾਣਕਾਰੀ ਦਿੱਤੀ ਆ ਪੰਡਿਤ ਜੀ ਨੇ। ਅਤੇ ਆਓ ਅੱਜ ਜਿਹੜਾ ਕਿ 8ਵੇਂ ਘਰ ਦੀ ਆਪਾਂ ਜਾਣਕਾਰੀ ਲੈਂਦੇ ਹਾਂ ਪੰਡਿਤ ਜੀ ਕੋਲ।
हाँ जी पंड जी तो अठवें घर की तुसी अज सानू जानकारी दिओ साडे स्रोतियां नू देखण वालियां नू पता लगे भी हाँ भी अठवें घर के जिहड़ा कि साडा रैगुलर प्रोग्राम देख रहे हुंदे आ जिन्हां ने सत्त एपीसोड उदां ही देख ले भी घरां दे जिहड़े कि बैठे आ। सो अज अठवें घर का तुसी जिक्र करना जी। अठवें घर का असीं जिक्र करते हैं कि अठवां घर अपने आप च किस चीज़ नू रिप्रजेंट करता है। ठीक है ना, इस भाव नू असीं जिहड़ा घर नू असीं मृत्यु का घर भी कहिंदे आ, मृत्यु स्थान भी कहा जाता है। ठीक है जी। ठीक है ना, इहदे तों आयु निर्धारण हुंदी हैगी है बई उमर किन्नी हैगी है। बहुत ही एक कॉमन क्वेश्चन आज की डेट में हो चुका है। पहले लोगों इन्ना ज्यादा नहीं हुंदा सीगा, लेकिन आज की जनरेशन में कह लो कि चाहे उन्होंने एक्साइटमेंट हुंदी हैगी है या फिर कोई भी रीजन ऐसा हो सकता है। कई बार कोई इंसान बई बुढ़ापे च आके थोड़ी जी औखा वेला आता है, उन्होंने की कुछ बीमारियां भी लग जाती है, लगता अपनी वालों कॉन्फिडेंस या कह लो कि बंदे हो जाता है कि भाई मेरा खीरला टाइम तो नहीं आ गया है। कई बंदे कह देते हैं जी मेरा फ्यूचर देखो भी मेरा आने वाला टाइम या बुढ़ापा टाइम जरा कि वह कि रहेगा। यह मेरा क्या अठवें घर का जिक्र उस घर को दिखा रहा है जोड़ा कि थोड़े बुढ़ापे वाले हों। बिल्कुल, इस तो पहले ये वाले घर में अपने आप को रिप्रजेंट करता आयु निर्धारण, यानी कि थोड़ी उम्र किन्नी होएगी। ठीक है जी। ठीक है ना, ਤੁਹਾਨੂੰ ਵੀ 60 ਪਲੱਸ ਜਾਓਗੇ, 70 ਪਲੱਸ ਜਾਓਗੇ, 80 ਪਲੱਸ ਜਾਓਗੇ, 90 ਪਲੱਸ ਜਾਓਗੇ। ਸਿਰਫ ਇਕੱਲੇ ਇਸ ਗ੍ਰਹਿ ਨੂੰ ਦੇਖ ਕੇ ਉਸ ਚੀਜ਼ ਦਾ ਆਈਡੀਆ ਨਹੀਂ ਲਗਾਇਆ ਜਾ ਸਕਦਾ। ਕੰਪਲੀਟਲੀ ਇਸ ਨੂੰ ਵੀ ਦੇਖ ਕੇ ਕੁਛ ਹੋਰ ਬਾਕੀ ਗ੍ਰਹਿਾਂ ਨੂੰ ਦੇਖ ਕੇ ਅਸੀਂ ਜਦੋਂ ਉਹਨਾਂ ਦੇ ਯੋਗ ਦੇਖ ਕੇ ਆਪਸ ਇੱਕ ਦੂਸਰੇ ਨੂੰ ਕਿਸ ਦ੍ਰਿਸ਼ਟੀ ਨਾਲ ਦੇਖਦੇ ਹੈ ਕਿ ਤੁਹਾਡੀ ਥਰੂ ਆਊਟ ਦੀ ਲਾਈਫ ਦੇ ਵਿੱਚ ਤੁਹਾਡੀ ਆਯੂ ਨੂੰ ਬਾਕੀ ਗ੍ਰਹਿ ਘਟਾ ਵੀ ਸਕਦੇ ਨੇ, ਕੁਛ ਗ੍ਰਹਿ ਜੇ ਕੁਛ ਅੱਛੀ ਜਗ੍ਹਾ 'ਤੇ ਬੈਠੇ ਹੋਣ ਉਹ ਤੁਹਾਡੀ ਏਜ ਨੂੰ ਵਧਾ ਵੀ ਸਕਦੇ ਨੇ ਅਤੇ ਉਹ ਤੁਹਾਨੂੰ ਯਾਨੀ ਕਿ ਉਮਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈਗਾ। ਠੀਕ ਹੈ, ਉਸ ਤੋਂ ਬਾਅਦ ਅੱਠਵਾਂ ਘਰ ਇਹ ਤੁਹਾਨੂੰ ਦੁੱਖ ਯਾਨੀ ਕਿ ਜਿੱਦਾਂ ਕਿ ਆਪਾਂ ਬਹੁਤ ਸਟਰਗਲ ਵਾਲੀ ਲਾਈਫ 'ਚ ਜਾਂਦੇ ਹਾਂ, ਕਈ ਲੋਕ ਆਪਣੇ ਆਪ 'ਚ ਬੜੇ ਹੀ ਕੋਨਫੀਡੈਂਸ ਹੁੰਦੇ ਹੈਗੇ ਹੈ, ਕੋਨਫੀਡੈਂਟ ਹੁੰਦੇ ਹੈਗੇ, ਜਿਸ ਕਾਰਨ ਉਹਨਾਂ ਨੂੰ ਇਹੋ ਜਿਹੀਆਂ ਜਦੋਂ ਘੜੀਆਂ ਆਉਂਦੀਆਂ ਹੈਗੀਆਂ ਅਤੇ ਲੱਗਦਾ ਨਹੀਂ ਹੈਗਾ ਇਤਨਾ ਹਾਰਡਲੀ ਆਪਣੀ ਲਾਈਫ ਦੇ ਉੱਪਰ ਉਹਨੂੰ ਚੜ੍ਹਨ ਨਹੀਂ ਦਿੰਦੇ ਹੈਗੇ ਅਤੇ ਇਹਨੂੰ ਦੇਖ ਕੇ ਵੀ ਤੁਹਾਡੀ ਲਾਈਫ ਦੇ ਵਿੱਚ ਦੁੱਖ ਜ਼ਿਆਦਾ ਰਹਿਣਾ ਜਾਂ ਸੁੱਖ ਜ਼ਿਆਦਾ ਰਹਿਣਾ ਹੈ, ਇਸ ਘਰ ਨੂੰ ਦੇਖ ਕੇ ਕਿਹੜਾ ਗ੍ਰਹਿ ਬੈਠਾ ਹੈ ਉਸ ਚੀਜ਼ ਦਾ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈਗਾ। ਅਤੇ ਉਸ ਤੋਂ ਬਾਅਦ ਇਸੇ ਘਰ ਨੂੰ ਦੇਖ ਕੇ ਇਕਨੋਮਿਕਲ ਸਿਚੁਏਸ਼ਨ ਯਾਨੀ ਕਿ ਤੁਹਾਡੀ ਆਰਥਿਕ ਸਥਿਤੀ ਥਰੂ ਆਊਟ ਦਾ ਲਾਈਫ ਕਿਸ ਤਰੀਕੇ ਦੀ ਰਹੇਗੀ, ਪੈਸਾ ਢਿੱਲਾ ਕਿਹੋ ਜਿਹਾ ਰਹੇਗਾ, ਕਿ ਤੁਸੀਂ ਕੰਟੀਨਿਊਸਲੀ ਬਈ ਇੱਕ ਸਟੇਬਲ ਕੰਡੀਸ਼ਨ 'ਚ ਰਹੋਗੇ। ਯਾਨੀ ਅੱਜ ਦੀ ਜਨਰੇਸ਼ਨ ਦਾ ਐਵਰੀਬਰੀ ਅੱਜ ਕੱਲ੍ਹ ਐਵਰੀਬਰੀ ਸਾਰਿਆਂ ਦਾ ਇਹ ਕੁਐਸਚਨ ਹੈਗਾ ਆ ਕਿ ਬਈ ਸਾਨੂੰ ਕਮਾਉਂਦੇ ਅਸੀਂ ਬਹੁਤ ਹੈਗੇ ਹਾਂ, ਲੇਕਿਨ ਅਸੀਂ ਸਾਡੇ ਕੋਲ ਸੇਵਿੰਗ ਹਲੇ ਹੋ ਨਹੀਂ ਪਾ ਰਹੀ ਹੈਗੀ ਹੈ, ਇਹਦਾ ਰੀਜ਼ਨ ਕੀ ਹੋ ਰਿਹਾ ਹੈਗਾ। ਠੀਕ ਹੈ ਜੀ, ਫਾਈਨੈਂਸ਼ੀਅਲ ਸਿਚੁਏਸ਼ਨ ਆਪਣੇ ਵੱਲੋਂ ਦੇਖਿਆ ਜਾਏ ਵੀ ਆਰ ਔਨ ਅ ਸੈਟਿਸਫੈਕਟਰੀ ਸਟੇਜ, ਬੜੀ ਸੰਤੁਸ਼ਟੀ ਹੈਗੀ ਜੋ ਵੀ ਅਸੀਂ ਕਮਾ ਰਹੇ ਹੈਗੇ ਹਾਂ, ਲੇਕਿਨ ਸਾਨੂੰ ਉਹਦਾ ਆਊਟਪੁੱਟ ਕੁਛ ਨਜ਼ਰ ਨਹੀਂ ਆ ਰਿਹਾ ਹੈਗਾ, ਇਹਦਾ ਰੀਜ਼ਨ ਕੀ ਹੁੰਦਾ ਹੈ। ਇਸ ਘਰ ਨੂੰ ਦੇਖ ਕੇ ਅਸੀਂ ਸਟੱਡੀ ਕਰ ਸਕਦੇ ਹੈਗੇ ਹਾਂ ਜੇ ਉਸ ਨੂੰ ਫਾਈਨੈਂਸ ਅੱਛਾ ਨਹੀਂ ਆ ਰਿਹਾ ਯਾਨੀ ਆਉਣ ਤੋਂ ਬਾਅਦ ਵੀ ਰੁਕ ਨਹੀਂ ਰਿਹਾ, ਉਹਦਾ ਰੀਜ਼ਨ ਕੀ ਹੈਗਾ। ਠੀਕ ਹੈ, ਉਸ ਤੋਂ ਬਾਅਦ ਕਈਆਂ ਨੂੰ ਉਹਦੇ ਕੁਛ ਉਪਾਅ ਵੀ ਦੱਸ ਸਕਦੇ ਹੈਗੇ ਬਾਕੀ ਗ੍ਰਹਿਾਂ ਨੂੰ ਦੇਖ ਕੇ ਜਿਹੜੇ ਆਸ ਪਾਸ ਦੇ ਗ੍ਰਹਿ ਹੈਗੇ ਉਹਦੇ ਕੋਲ, ਉਹਨਾਂ ਨੂੰ ਅਸੀਂ ਸਟੱਡੀ ਕਰਕੇ ਤੁਹਾਨੂੰ ਕੁਛ ਛੋਟੇ ਮੋਟੇ ਉਪਾਅ ਦੱਸਾਂਗੇ ਜਿਹਨੂੰ ਕੰਟੀਨਿਊਸ ਕਰਨ ਕਰਕੇ ਉਸ ਆਪਣੇ ਗ੍ਰਹਿ ਸਥਾਨਾਂ ਦਾ ਆਪਣੇ ਅੱਠਵੇਂ ਘਰ ਦਾ ਤੁਸੀਂ ਫਾਇਦਾ ਲੈ ਸਕਦੇ ਹੈਗੇ ਹੋ। ਯਾਨੀ ਕਹਿਣ ਦਾ ਭਾਵ ਥੋੜ੍ਹਾ ਜਿਹਾ ਉਪਾਅ ਕਰਨ ਦੇ ਨਾਲ ਜਿਹੜੇ ਕਿ ਤੁਹਾਡੇ ਬੇਸਡ ਔਨ ਮਨੀ ਜਾਂ ਫਿਰ ਰੁਕ ਨਹੀਂ ਰਹੀ ਉਹ ਰੁਕ ਸਕਦੀ ਹੈ ਜੀ, ਉਹ ਗ੍ਰਹਿਾਂ ਦੇ ਹਿਸਾਬ ਨਾਲ ਉਸ ਤੋਂ ਬਾਅਦ ਅੱਠਵਾਂ ਘਰ ਦੱਸਦਾ ਹੈਗਾ ਕਿ ਤੁਹਾਡੀ ਮਾਨਸਿਕ ਕਲੇਸ਼। ਅੱਛਾ ਜੀ, ਕਿ ਪਰਿਵਾਰ ਵਿੱਚ ਕਿਹਸਾ ਹੁੰਦਾ ਮਾਨਸਿਕ ਕਲੇਸ਼ ਦਾ ਮਤਲਬ ਇੱਕ ਪਰਿਵਾਰਿਕ ਕਲੇਸ਼, ਵਪਾਰਿਕ ਕਲੇਸ਼, ਫਿਰ ਹੁੰਦਾ ਇੱਕ ਮਾਨਸਿਕ ਕਲੇਸ਼। ਕਈ ਸੰਸਾਰ ਵਿੱਚ ਤੁਸੀਂ ਲੋਕ ਦੇਖੇ ਹੋਣੇ, ਤੁਹਾਡੇ ਆਸ ਪਾਸ ਬਹੁਤ ਸਾਡੇ ਦਰਸ਼ਕ ਜਿਹਨਾਂ ਗੱਲ ਕਰਦੇ ਹੈਗੇ ਆ ਕਿ ਉਹ ਐਸੇ ਲੋਕਾਂ ਦੇ ਵਿੱਚ ਰਹਿੰਦੇ ਨੇ ਜਿਹੜੇ ਕਿ ਆਪਣੇ ਹੀ ਦਿਮਾਗ ਦੇ ਅੰਦਰ ਹੀ ਅੰਦਰ ਘੁਲਦੇ ਹੀ ਰਹਿੰਦੇ ਆ। ਉਹ ਆਪਣੇ ਆਪ ਨੂੰ ਹੀ ਆਪਣੀ ਸੋਚ ਨੂੰ ਹੀ ਕੰਟਰਾਡਿਕਟ ਕਰ ਦਿੰਦੇ ਹੈਗੇ, ਯਾਨੀ ਕਿ ਅੱਜ ਦੀ ਡੇਟ 'ਚ ਕਹਿ ਰਹੇ ਕਿ ਮੈਂ ਇਹ ਕੰਮ ਕਰਨਾ ਆ, ਆਪਣੇ ਆਪ ਨੂੰ 100% ਮਾਇੰਡ ਵੀ ਬਣਾ ਲੈਂਦੇ ਆ, ਲੇਕਿਨ ਕੁਛ ਹੀ ਟਾਈਮ ਦੇ ਅੰਦਰ ਉਹ ਆਪਣੇ ਡਿਸੀਜ਼ਨ ਨੂੰ ਹੀ ਆਪਣੇ ਆਪ ਗਲਤ ਕਰ ਦਿੰਦੇ ਆ। ਇਹ ਗਲਤ ਹੈ, ਇਹ ਠੀਕ ਨਹੀਂ ਹੋਣਾ ਚਾਹੀਦਾ, ਇਹ ਇੱਦਾਂ ਨਹੀਂ ਹੋਣਾ ਚਾਹੀਦਾ। ਜਾਂ ਮੈਂ ਕਿਸੇ ਨੂੰ ਯਾਰ ਮੈਂ ਕਹਿਤਾ ਕਿਸੇ ਨੂੰ ਉਹ ਗਲਤ ਕਿਹਾ, ਜਾਂ ਕਿਸੇ ਨੂੰ ਸਹੀ ਕਿਹਾ ਤਾਂ ਸਹੀ ਕਿਹਾ ਹੈ ਪਰ ਉਹ ਮੈਂ ਗਲਤ ਹੋ ਗਿਆ ਯਾਰ ਮੈਂ ਸਹੀ ਕਹਿਤਾ ਜੇ ਆਪ ਯਾਨੀ ਕਿ ਆਪਣੇ ਹੀ ਡਿਸੀਜ਼ਨ ਨੂੰ ਉਹ ਆਪੇ ਹੀ ਗਲਤ ਵੀ ਕਹਿ ਦਿੰਦੇ ਨੇ, ਆਪੇ ਸਹੀ ਕਹਿ ਦਿੰਦੇ ਨੇ। ਯਾਨੀ ਕਿ ਕੰਟਰਾਡਿਕਟ ਹੁੰਦੇ ਰਹਿੰਦੇ ਹੈਗੇ ਹੈ,
ਇਸ ਕਰ ਇਸੇ ਕਰਦੇ ਨੇ ਮਾਨਸਿਕ ਕਲੇਸ਼, ਜਿਸ ਕਰਕੇ ਉਹਨਾਂ ਨੂੰ ਫਰਸਟ੍ਰੇਸ਼ਨ ਵੀ ਆ ਜਾਂਦੀ ਹੈਗੀ। ਠੀਕ ਹੈ, ਉਸ ਤੋਂ ਬਾਅਦ ਜਿੱਦਾਂ ਅਸੀਂ ਗੱਲ ਕਰਦੇ ਹੈਗੇ ਕਿ ਹਰ ਘਰ ਦੇ ਵਿੱਚ, ਹਰ ਘਰ ਸਾਡੇ ਸਰੀਰ ਦੇ ਕਿਸੇ ਨਾ ਕਿਸੇ ਅੰਗ ਦੇ ਨਾਲ ਜੁੜਿਆ ਹੋਇਆ। ਠੀਕ ਹੈ ਜੀ। ਠੀਕ ਹੈ, ਹੁਣ ਅੱਠਵਾਂ ਜਿਹੜਾ ਘਰ ਹੈਗਾ, ਕਹਿੰਦੇ ਨੇ ਸਾਡੇ ਜਿਤਨੇ ਵੀ ਜਨਨ ਅੰਗਾਂ ਵਾਲੇ ਰੋਗ ਹੁੰਦੇ, ਠੀਕ ਹੈ, ਜਿਹੜੇ ਗੁਪਤ ਅੰਗ ਵਾਲੇ ਰੋਗ ਹੈਗੇ ਹੈ, ਔਰ ਇਹਨਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ। ਜਿੱਦਾਂ ਅਸੀਂ ਪਹਿਲੇ ਵੀ ਗੱਲ ਜ਼ਿਕਰ ਕੀਤੀ, ਹਰਨੀਆ ਵਗੈਰਾ ਹੋ ਗਿਆ, ਯਾਨੀ ਕਿਸੇ ਨੂੰ ਪਿੱਤੇ ਦਾ ਹੋ ਗਿਆ, ਪਿੱਤੇ ਦਾ ਹੋ ਗਿਆ, ਪਾਇਲਸ ਦੀ ਪ੍ਰੋਬਲਮ ਹੋ ਜਾਂਦੀ ਹੈਗੀ ਹੈ, ਇਹਨਾਂ ਇਸ ਘਰ ਨੂੰ ਦੇਖ ਕੇ ਇਹ ਦੱਸਿਆ ਜਾ ਸਕਦਾ ਹੈ ਕਿ ਉਹਨਾਂ ਨੂੰ ਐਸੀਆਂ ਕੋਈ ਬਿਮਾਰੀਆਂ ਨੂੰ ਫੇਸ ਕਰਨਾ ਪਏਗਾ ਜਾਂ ਨਹੀਂ ਕਰਨਾ ਪਏਗਾ। ਠੀਕ ਹੈ ਜੀ। ਉਸ ਤੋਂ ਬਾਅਦ ਇਹੀ ਘਰ ਤੁਹਾਨੂੰ ਜਿਹੜੇ ਕਿ ਕਹਿ ਲਓ ਕਿ ਅਚਾਨਕ ਆਉਣ ਵਾਲੇ ਪ੍ਰੋਬਲਮ ਦਾ ਦੱਸਦੇ ਹਾਂ, ਅਸੀਂ ਤੁਸੀਂ ਟੇਵੇ ਬਹੁਤ ਸਾਰੇ ਦੇਖਦੇ ਹੈਗੇ ਹਾਂ, ਅਸੀਂ ਜਿਹਦੇ ਅਸੀਂ ਜ਼ਿਕਰ ਕਰਦੇ ਹੈਗੇ ਹਾਂ, ਕੋਈ ਕੋਈ ਟੇਵਾ ਐਸਾ ਆਉਂਦਾ ਹੈ ਜਿਹਨੂੰ ਅਸੀਂ ਦੇਖ ਕੇ ਕਹਿ ਦਿੰਦੇ ਹਾਂ ਕਿ ਥੋੜ੍ਹੇ ਟਾਈਮ ਤੱਕ ਆਹ ਤੁਸੀਂ 6 ਮਹੀਨੇ ਜਾਂ ਸਾਲ ਕੁਝ ਗ੍ਰਹਾਂ ਦਾ ਯੋਗ ਐਸਾ ਬਣ ਰਿਹਾ ਹੈ, ਵਿੱਚ ਆਵਲੇ ਘਰ ਦਾ ਬਹੁਤ ਵੱਡਾ ਮਹੱਤਵ ਹੈਗਾ ਕਿ ਜਿਸ ਕਰਕੇ ਕੋਈ ਐਸਾ ਯੋਗ ਬਣ ਰਿਹਾ ਕਿ ਤੁਹਾਨੂੰ ਕੋਈ ਬਹੁਤ ਵੱਡੀ ਸੱਟ ਲੱਗ ਸਕਦੀ ਹੈਗੀ ਹੈ, ਕੋਈ ਫਾਈਨੈਂਸ਼ਲੀ ਵੀ ਤੁਹਾਨੂੰ ਕੋਈ ਕ੍ਰਾਈਸਿਸ ਤੁਸੀਂ ਝੇਲ ਸਕਦੇ ਹੈਗੇ ਹੋ, ਕੋਈ ਤੁਹਾਨੂੰ ਐਸੀ ਪ੍ਰੋਬਲਮ ਆ ਸਕਦੀ ਹੈਗੀ, ਅਤੇ ਬੜੀ ਹੀ ਇਹ ਜ਼ਰੂਰੀ ਇਹ ਅੱਠਵੇਂ ਘਰ ਨੂੰ ਇਹ ਚੀਜ਼ ਦੇਖ ਕੇ ਅਸੀਂ ਇੱਕ ਇੰਡੀਕੇਸ਼ਨ ਦੇ ਦੇਈਦਾ ਹੁੰਦਾ ਆ ਕਿ ਤੁਹਾਨੂੰ ਕੋਈ ਪ੍ਰੋਬਲਮ ਆਉਣ ਵਾਲੀ ਹੈ। ਉਸ ਤੋਂ ਬਾਅਦ ਸੇਮ ਟਾਈਮ 'ਤੇ ਅਸੀਂ ਲੋਕ ਉਸਨੂੰ ਸਟੱਡੀ ਕਰਕੇ, ਆਸ ਪਾਸ ਦੇ ਬਾਕੀ ਘਰਾਂ ਨੂੰ ਸਟੱਡੀ ਕਰਕੇ, ਕਿਹੜੇ ਗ੍ਰਹਿ ਦਾ ਸਾਨੂੰ ਮੈਕਸੀਮਮ ਬੈਨੀਫਿਟ ਲਈਏ, ਯਾਨੀ ਸਪੋਰਟ ਸਾਨੂੰ ਮਿਲ ਜਾਵੇ, ਫਾਇਦਾ ਹੋਵੇ ਜਿਹੜਾ ਜੀ, ਕੋਈ ਪ੍ਰੋਬਲਮ ਸਾਨੂੰ ਆਉਣ ਵਾਲੀ ਹੈ, ਲੇਕਿਨ ਹੁਣ ਸਾਨੂੰ ਕੀ ਚਾਹੀਦੀ ਹੈਗੀ ਹੈ, ਇੱਕ ਸਾਨੂੰ ਹੈਡਸਅਪ ਮਿਲ ਗਿਆ ਹੈਗਾ, ਅਸੀਂ ਕਿਸੇ ਨੂੰ ਵੀ ਆਪਣਾ ਟੇਵਾ ਦਿਖਾਇਆ, ਉਹਨਾਂ ਨੇ ਦੇਖ ਕੇ ਤੁਹਾਨੂੰ ਸਾਨੂੰ ਦੱਸਦੇ ਤੁਹਾਨੂੰ ਹੈਡਸਅਪ ਮਿਲ ਗਿਆ ਹੈਗਾ। ਉਸ ਤੋਂ ਇਲਾਵਾ ਕੀ ਹੁੰਦਾ ਆ ਕਿ ਇਸੇ ਨੂੰ ਦੇਖ ਕੇ ਇਹ ਚੀਜ਼ ਫਿਰ ਦੱਸ ਦਿੱਤੀ ਜਾਂਦੀ ਹੈਗੀ ਹੈ ਕਿ ਬਈ ਇਸ ਚੀਜ਼ ਨੂੰ ਤੁਸੀਂ ਅਵੋਇਡ ਕਰ ਸਕਦੇ ਹੋ, ਇਹ ਤੁਹਾਡਾ ਕ੍ਰੂਸ਼ਲ ਟਾਈਮ ਪੀਰੀਅਡ ਹੈਗਾ ਜਿਹਦੇ ਵਿੱਚ ਤੁਹਾਨੂੰ ਸੱਟ ਵੱਜ ਸਕਦੀ ਹੈਗੀ ਹੈ, ਐਕਸੀਡੈਂਟ ਹੋ ਸਕਦਾ ਹੈਗਾ, ਤੁਹਾਡੀ ਕੋਈ ਸਰਜਰੀ ਦਾ ਵੀ ਟਾਈਮ ਆ ਸਕਦਾ ਹੈਗਾ, ਜਾਂ ਤੁਹਾਨੂੰ ਕੋਈ ਇਕਨੋਮਿਕਲ ਸਮੱਸਿਆ ਵੀ ਆ ਸਕਦੀ ਹੈਗੀ ਹੈ। ਉਹਨਾਂ ਚੀਜ਼ਾਂ ਨੂੰ ਇਸ ਘਰ ਨੂੰ ਦੇਖ ਕੇ ਸਟੱਡੀ ਕੀਤਾ ਜਾ ਸਕਦਾ ਹੈਗਾ। ਫਿਰ ਜਦੋਂ ਇਸ ਘਰ ਨੂੰ ਸਟੱਡੀ ਕਰਦੇ ਹਾਂ, ਐਸੀ ਕੁਛ ਵੀ ਕ੍ਰਾਈਸਿਸ ਸਾਹਮਣੇ ਆਉਂਦੇ ਹੈ, ਫਿਰ ਬਾਕੀ ਆਸ ਪਾਸ ਦੇ ਘਰਾਂ ਨੂੰ ਦੇਖ ਕੇ, ਜਿਹੜੇ ਉੱਥੇ ਗ੍ਰਹਿ ਬੈਠੇ ਹੁੰਦੇ ਹੈ ਉਹਨਾਂ ਨੂੰ ਦੇਖ ਕੇ ਅਸੀਂ ਇਸ ਗੱਲ ਨੂੰ ਦੱਸਦੇ ਹੈਗੇ ਹਾਂ ਕਿ ਬਈ ਤੁਸੀਂ ਇਹ ਉਪਾਅ ਕਰੋਗੇ ਤਾਂ ਤੁਹਾਨੂੰ ਇਸ ਪ੍ਰੋਬਲਮ ਤੋਂ ਛੁਟਕਾਰਾ ਮਿਲ ਜਾਏਗਾ। ਅਤੇ ਆਓ ਜੀ, ਇਹ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਛੋਟੀ ਜਿਹੀ ਬ੍ਰੇਕ ਤੋਂ ਆਪਾਂ ਹੁਣੇ ਆਏ ਅਤੇ ਹੁਣੇ ਦੋਸਤੋ ਥੋੜ੍ਹਾ ਜਿਹਾ ਇੱਕ ਬ੍ਰੇਕ ਤੋਂ ਬਾਅਦ। Alisha Beauty Salon and Laser Spa, serving you from 2 locations, Fair Hill Avenue. For more information, call them 905-791-5559. Second location ka number note kar le, 205 Van Creek Drive. You can follow them on Facebook and Twitter, Alisha Beauty Salon and Spa. ਮੇਰਾ ਕਿੱਤਾ ਹਰ ਸ਼ਿੰਗਾਰ ਨੀ ਫੈਂਸੀ ਜੂਲਰ ਨੇ, ਸਭ ਪੁੱਛਣ ਬਾਰੰਬਾਰ ਨੀ ਫੈਂਸੀ ਜੂਲਰ ਨੇ, ਕੰਗਣ ਕਲੇ ਬਾਣੀਆਂ ਚੁਮਕੇ ਕੰਨੀ ਤੇ ਨਾਲ ਹਾਰ ਨੀ ਫੈਂਸੀ ਜੂਲਰ ਨੇ। ਫੈਂਸੀ ਜੂਲਰਸ, ਪਿਓਰ 22 and 24 karat gold, huge jewelry sale, Fancy Jewelers, 7086 Airport Road, Unit Number 2, Mississauga. Fancy Jewelers. Welcome to Punjabi by Nature. ਜੀ ਹਾਂ, ਪੰਜਾਬੀ ਬਾਈ ਨੇਚਰ 'ਤੇ ਤੁਸੀਂ ਹਰ ਤਰ੍ਹਾਂ ਦੇ ਪੰਜਾਬੀ ਅਤੇ ਭਾਰਤੀ ਖਾਣੇ ਦਾ ਸਵਾਦ ਮਾਣ ਸਕਦੇ ਹੋ। ਪੰਜਾਬੀ ਬਾਈ ਨੇਚਰ 'ਤੇ ਆ ਕੇ ਸਿੱਟ ਡਾਊਨ ਡਿਨਰ ਕਰੋ, ਜਾਂ ਟੇਕ ਆਊਟ ਕਰੋ, ਜਾਂ ਫਿਰ ਕੇਟਰਿੰਗ ਕਰਵਾਓ 905-794-4667। ਪੰਜਾਬ ਸਪੋਰਟਸ ਕੈਨੇਡਾ 'ਤੇ ਲੱਗੀ ਹੈ ਭਾਰੀ ਸੇਲ, ਟਰੈਕ ਸੂਟਸ, ਕ੍ਰਿਕਟ ਦਾ ਸਮਾਨ, ਵਿੰਟਰ ਜੈਕਟ, ਸਵੈਟਰਸ, ਭੰਗੜੇ ਦੀਆਂ ਵਰਦੀਆਂ, ਜਾਗੋ, ਛੱਜ, ਮਧਾਣੀਆਂ ਦੀ ਸ਼ੋਪਿੰਗ ਵਾਸਤੇ ਅੱਜ ਹੀ ਪੁੱਜੋ 2565 ਸਟੀਲਸ ਐਵਨਿਊ ਈਸਟ, ਯੂਨਿਟ 15, ਬਰੈਂਪਟਨ ਵਿੱਚ, ਟੋਰਬਮਤੀ ਸਟੀਲ ਦੀ ਨੁੱਕਰ 'ਤੇ। ਪੰਜਾਬ ਸਪੋਰਟਸ ਕੈਨੇਡਾ, 905-789-7664। ਦੋਸਤੋ, ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਹੈ। ਜਿੱਦਾਂ ਤੁਸੀਂ ਬੜਾ ਹੰਗਾਰਾ ਭਰਦੇ ਹਾਂ ਆਪਣਾ ਪੰਜਾਬ ਟੀਵੀ ਨੂੰ, ਇਸੇ ਤਰ੍ਹਾਂ ਫੇਸਬੁੱਕ 'ਤੇ ਜਿਹੜੇ ਵੀ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਆ, ਉਹ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ। ਜੇ ਇਹ ਗੱਲਬਾਤ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਆਪਣੇ ਪੇਜ ਤੋਂ ਵੀ ਸ਼ੇਅਰ ਕਰ ਸਕਦੇ ਹਾਂ। ਦੋਸਤੋ, ਤੁਹਾਡੇ ਲਈ ਕੰਮ ਨਹੀਂ ਆ ਸਕਦੀ ਤਾਂ ਦੂਸਰਿਆਂ ਦੇ ਕੰਮ ਜ਼ਰੂਰ ਆਊਗੀ ਕਿਤੇ ਨਾ ਕਿਤੇ। ਜਿਸ ਬੰਦੇ ਨੂੰ ਹੁੰਦਾ ਵੀ ਹਾਂ ਵੀ ਮੈਂ ਥੋੜ੍ਹਾ ਬਹੁਤਾ ਕੰਮ ਕੀਤਾ, ਅਤੇ ਉਹ ਸ਼ੇਅਰ ਜ਼ਰੂਰ ਕਰ ਦਿਉ ਆਪਣਾ ਪੰਜਾਬ ਟੀਵੀ ਦਿਓ, ਜਿੰਨੇ ਵੀ ਸਾਡੇ ਐਪੀਸੋਡ ਆਉਂਦੇ ਆ, ਜੇ ਕਿਸੇ ਨੂੰ ਚੰਗੀ ਲੱਗਦੀ ਆ ਤਾਂ ਸਾਡੇ ਐਪੀਸੋਡ ਜਿੰਨੇ ਆ ਕਿ ਉਹ ਸ਼ੇਅਰ ਕਰਦਿਆ ਕਰੋ ਪਲੀਜ਼। ਹਾਂਜੀ ਪੰਡਿਤ ਜੀ, ਜਿਸ ਤਰ੍ਹਾਂ ਆਪਾਂ ਅੱਠਵੇਂ ਘਰ ਦਾ ਦੱਸਦੇ ਪਏ ਸੀਗੇ ਵੀ ਹਾਂ ਵੀ ਉਹ ਦੱਸਦੇ ਪਈ ਆ ਵੀ ਹਾਂ ਮਾਂ ਨੇ ਜਿਹੜਾ ਕਿ ਤੁਹਾਡੇ ਹੈਗਾ ਆ
ਹੋਰ ਕੀ ਕੀ ਦੱਸਦੇ ਪਏ? ਸਤਵਾਂ ਘਰ ਸਾਨੂੰ ਲੱਗਦਾ ਹੈਗਾ ਕਾਲ ਸਾਡੇ ਵਿੱਚ ਆ ਰਹੇ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜੀ ਪੰਡਿਤ ਨਾਲ ਗੱਲ ਕਰਨੀ ਸੀ। ਹਾਂਜੀ ਪੰਡਿਤ ਜੀ, ਨਾ ਗੱਲ ਕਰਨ ਤੋਂ ਪਹਿਲਾਂ ਸਾਨੂੰ ਥੋੜ੍ਹੇ ਜਿਹੇ ਡੇਟ ਆਫ ਬਰਥ ਦੱਸੋ। ਹਾਂਜੀ, ਮੇਰਾ ਨਾਮ ਗਗਨਪ੍ਰੀਤ ਕੌਰ ਹੈ, ਮੇਰੀ ਡੇਟ 29 December 1992 ਹੈ। ਲੁਧਿਆਣਾ ਦਾ ਮੇਰਾ ਬਰਥ ਹੈ ਤੇ ਸਵੇਰ 2:15 ਤੇ ਆਇਆ ਸੀ। 2:15 ਕਿਹੜੇ ਸਰ? ਡਿਸਟ੍ਰਿਕਟ ਲੁਧਿਆਣਾ ਜੀ। ਹਾਂਜੀ ਹਾਂਜੀ, ਠੀਕ ਹੈ। ਗਗਨ ਜੀ, ਤੁਹਾਡਾ ਹੋਰੋਸਕੋਪ ਮੇਰੇ ਕੋਲ ਹੈਗਾ, ਤੁਸੀਂ ਦੱਸੋ ਆਪਣਾ ਕੁਐਸਚਨ ਪੁੱਛੋ। ਸਰ, ਮੈਂ ਆਪਣੀ ਲਾਈਫ ਬਾਰੇ ਪੁੱਛਣਾ ਚਾਹੁੰਦੀ ਹਾਂ, ਬਿਕੋਜ਼ ਮੈਨੂੰ ਬਹੁਤ ਪ੍ਰੋਬਲਮਸ ਆ ਰਹੀਆਂ ਆ, ਮੇਰੀ ਲਾਈਕ ਮੇਰੀ ਪਰਸਨਲ ਲਾਈਫ ਬਹੁਤ ਪ੍ਰੋਬਲਮ ਆ ਰਹੀਆਂ, ਬਸ ਮੈਂ ਉਹਦੇ ਬਾਰੇ ਪੁੱਛਣਾ ਚਾਹੁੰਦੀ ਕਿ ਕਿੱਦਾਂ ਚੱਲੇਗੀ ਮੇਰੀ ਲਾਈਫ। ਠੀਕ ਹੈ ਜੀ, ਮੈਂ ਜਿੰਨਾ ਮੇਰੇ ਕੋਲ ਟਾਈਮ ਹੈਗਾ ਉਹਦੇ ਟਾਈਮ ਦੇ ਹਿਸਾਬ ਨਾਲ ਤੁਹਾਨੂੰ ਅਸੀਂ ਕਾਲਾਂ ਦਾ ਜ਼ਰੂਰ ਤੁਹਾਡੇ ਕੁਐਸਚਨ ਦਾ ਜ਼ਰੂਰ ਜਵਾਬ ਦੇਵਾਂਗੇ। ਇੱਕ ਵਾਰੀ ਸਾਨੂੰ ਡੇਟ ਆਫ ਬਰਥ ਰਿਪੀਟ ਕਰ ਦੋਗੇ ਜੀ? ਕਨਫਰਮ ਕਰ ਲਓ। ਹਾਂਜੀ, ਕਨਫਰਮ ਕਰ ਦਈਏ। 29 December 1992। ਠੀਕ ਹੈ, 2:15 ਤੜਕੇ, ਰਾਈਟ? ਹਾਂਜੀ ਹਾਂਜੀ। ਠੀਕ ਹੈ ਜੀ, ਕੁੰਭ ਰਾਸ਼ੀ, ਕੁੰਭ ਰਾਸ਼ੀ ਦਾ ਸਵਾਮੀ ਸ਼ਨੀ ਅਤੇ ਨਕਸ਼ੱਤਰ ਤੁਹਾਡਾ ਸ਼ਤਭਿਸ਼ਾ ਅਤੇ ਪਹਿਲਾ ਚਰਨ। ਰਾਹੂ ਤੁਹਾਡਾ ਨਕਸ਼ੱਤਰ ਸਵਾਮੀ ਹੈਗਾ ਅਤੇ ਸੱਤਵੇਂ ਘਰ ਦਾ ਲਗਨ ਹੈਗਾ, ਤੁਲਾ ਰਾਸ਼ੀ, ਕਲ ਰਾਸ਼ੀ ਦਾ ਤੁਹਾਡਾ ਲਗਨ ਹੈਗਾ। ਅਤੇ ਜਿਹੜੀ ਤੁਸੀਂ ਕਹਿ ਰਹੇ ਹੋ ਪ੍ਰੋਬਲਮ ਆ ਰਹੀ ਹੈਗੀ ਹੈ ਕਿ ਕਲੇਸ਼ ਤੋਂ, ਚਲੋ ਤੁਸੀਂ ਕੁੰਡਲੀ ਤੋਂ ਵੈਸੇ ਮੁਗਲੀਕ ਨਹੀਂ ਹੈਗੇ ਹੋ। ਹਾਂਜੀ ਪੰਡਿਤ, ਜਿੱਦਾਂ ਇਹ ਤੁਹਾਡਾ ਕੁਐਸਚਨ ਆਏਗਾ ਵੀ ਤੁਹਾਡੀ ਲਾਈਫ ਜਿਹੜੀ ਆ ਉਹ ਦੇ ਬਾਰੇ ਆ ਜਿਹੜਾ ਤੁਸੀਂ ਪੁੱਛਣਾ ਚਾਹੁੰਦੇ ਹੋ। ਹਾਂਜੀ, ਕੋਈ ਨਹੀਂ ਪੰਡਿਤ ਜੀ, ਦੇਖ ਰਹੇ ਆ ਤੁਹਾਡੀ ਗੁਰੂ ਦੀ ਦਸ਼ਾ ਹੈਗੀ ਹੈ, ਚੱਲ ਰਹੀ ਹੈਗੀ ਹੈ, ਹੈ ਨਾ? ਅਤੇ ਤੁਹਾਡਾ ਗੁਰੂ ਬੈਠਾ ਹੈਗਾ ਪਹਿਲੇ 12ਵੇਂ ਘਰ ਦਾ ਤੁਹਾਡਾ ਗੁਰੂ ਲਕਸ਼ਮੀ ਸ਼ੁਕਰ ਸ਼ਨੀ ਕੇਤੂ ਚੰਦਰ। ਤੇ ਤੁਸੀਂ ਇਹ ਰੀਸੈਂਟਲੀ ਤੁਹਾਨੂੰ ਸਟੱਡੀ ਕਰ ਰਹੇ ਹੋ ਤੁਸੀਂ ਹਲੇ? ਹਾਂਜੀ ਹਾਂਜੀ। ਪੜ੍ਹਾਈ ਦੇ ਵਿੱਚ ਵੀ ਤੁਹਾਨੂੰ ਹਾਰਡ ਟਾਈਮ ਆ ਰਿਹਾ ਇਸ ਵੇਲੇ? ਨਹੀਂ, ਪੜ੍ਹਾਈ 'ਚ ਨਹੀਂ। ਤੁਹਾਡਾ ਮੇਨ ਜੇ ਪੜ੍ਹਾਈ ਦੇ ਵਿੱਚ ਇਸ਼ੂ ਤੁਹਾਨੂੰ ਨਹੀਂ ਆ ਰਿਹਾ ਤਾਂ ਮਤਲਬ ਆਈ ਗੈਸ ਹੋਰ ਕੁਛ ਪ੍ਰੋਬਲਮ ਜਿਹੜੀ ਆ ਵੀ ਰਹੀ ਹੈਗੀ ਹੈ। ਤੁਸੀਂ ਰਿਲੇਸ਼ਨਸ਼ਿਪ ਦੀ ਕਹਿ ਰਹੇ ਹੋ ਕਿ ਤੁਹਾਨੂੰ ਮੁਸ਼ਕਿਲ ਜ਼ਿਆਦਾ ਹੋ ਰਹੀ ਹੈ ਕੁਛ, ਹੈ ਨਾ? ਤੇ ਤੁਸੀਂ ਗੁਰੂ ਦੀ ਦਸ਼ਾ ਚੰਦਰ, ਤੁਸੀਂ ਆਪਣੇ ਆਪ ਦੇ ਵਿੱਚ ਕਨਫਿਊਜ਼ ਰਹਿੰਦੇ ਹੋ ਕੁਛ ਕਿ ਨਹੀਂ, ਦੱਸੋ ਮੈਨੂੰ ਪਹਿਲੇ। ਕਈ ਕਈ ਵਾਰ ਨਹੀਂ, ਤੁਹਾਡੀ ਇੱਕ ਨੇਚਰ ਹੈਗੀ ਹੈ, ਤੁਹਾਡਾ ਇੱਕ ਦੋ ਗ੍ਰਹਾਂ ਦਾ ਯੋਗ ਬਣਾ ਕੇ ਤੁਹਾਨੂੰ ਜਿੱਦਾਂ ਅਸੀਂ ਥੋੜ੍ਹਾ ਜ਼ਿਕਰ ਕਰਦੇ ਸੀਗੇ ਕਿ ਕੰਟਰਾਡਿਕਟ ਤੁਹਾਡੀ ਨੇਚਰ ਹੈਗੀ ਹੈ, ਕਿਸੇ ਵੀ ਚੀਜ਼ ਨੂੰ ਤੁਸੀਂ ਆਪਣੇ ਆਪ ਹੀ ਜਦੋਂ ਕੋਈ ਫੈਸਲਾ ਲੈਂਦੇ ਹੋ ਆਪਣੇ ਆਪ ਹੀ ਆਪਣੇ ਫੈਸਲੇ 'ਤੇ ਤੁਸੀਂ ਡਾਊਟ ਕਰਦੇ ਹੈਗੇ ਹੋ। ਕਈ ਵਾਰ ਨਹੀਂ, ਤੁਹਾਨੂੰ ਤੁਸੀਂ ਨੋਟ ਨਹੀਂ ਕਰਦੇ ਹੈਗੇ ਹੋ ਜ਼ਿਆਦਾਤਰ, ਲੇਕਿਨ ਇਹ ਤੁਹਾਡੇ ਨਾਲ ਬਹੁਤ ਜ਼ਿਆਦਾ ਹੁੰਦਾ ਆ। ਤੁਸੀਂ ਇੱਕ ਛੋਟਾ ਜਿਹਾ ਚੇਂਜ ਕਰੋ ਆਪਣੀ ਲਾਈਫ ਦੇ ਵਿੱਚ, ਇਸ ਤੋਂ ਬਾਅਦ ਤੁਸੀਂ ਕੋਈ ਵੀ ਜਦੋਂ ਫੈਸਲਾ ਲੈਂਦੇ ਹੈਗੇ ਹੋ ਕਿਸੇ ਵੀ ਚੀਜ਼ ਦੇ ਬਾਰੇ, ਚਾਹੇ ਪੜ੍ਹਾਈ ਵਾਸਤੇ ਹੋਵੇ, ਰਿਲੇਸ਼ਨਸ਼ਿਪ ਲਈ ਹੋਵੇ, ਚਾਹੇ ਫਾਈਨੈਂਸ ਵਾਸਤੇ ਜਾਂ ਨੌਕਰੀ ਵਾਸਤੇ ਹੋਵੇ, ਤੁਸੀਂ ਉਸ 'ਤੇ ਅਮਲ ਕਰੋ ਐਟਲੀਸਟ ਕੁਛ ਟਾਈਮ ਤੱਕ। ਕੁਛ ਟਾਈਮ ਨਾਲ ਕਹਾਂਗਾ ਕਿ ਅਗਰ ਡਿਪੈਂਡ ਹੈ, ਜੇ ਜੋਬ ਵਾਸਤੇ ਹੈਗਾ ਤਾਂ ਉਹਨੂੰ ਐਟਲੀਸਟ ਤੁਸੀਂ ਮੌਕਾ ਦੋ 2-4 ਮਹੀਨੇ ਦਾ, ਠੀਕ ਆ? ਅਤੇ ਉਸ ਦੂਸਰੀ ਗੱਲ ਤੁਹਾਨੂੰ ਮੈਂ ਦੱਸਿਆ, ਤੁਹਾਡੀ 1, 2, 3, 4, 5 ਤੁਸੀਂ ਨਾਂ ਦੱਸਿਆ ਗਗਨ, ਰਾਈਟ? ਗਗਨਦੀਪ। ਹਾਂਜੀ ਹਾਂਜੀ, ਗਗਨਪ੍ਰੀਤ ਕੌਰ। ਗਗਨਪ੍ਰੀਤ ਕੌਰ, ਤੁਹਾਡਾ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਇਹ 3 ਦਿਨ ਆਪਣੇ ਆਪ 'ਚ ਬਹੁਤ ਖਰਾਬ ਜਾਂਦੇ ਹੈਗੇ ਆ, ਤੁਸੀਂ ਇਹਨਾਂ ਨੂੰ ਨੋਟ ਕਰੋ। ਮੰਗਲਵਾਰ, ਬੁੱਧਵਾਰ ਅਤੇ ਸ਼ੁੱਕਰਵਾਰ, ਸ਼ੁੱਕਰਵਾਰ ਇਹ 3 ਦਿਨ ਤੁਹਾਡੇ ਬਹੁਤ ਖਰਾਬ ਜਾਂਦੇ। ਜੇ ਤੁਹਾਨੂੰ ਰਿਲੇਸ਼ਨਸ਼ਿਪ ਦੀ ਕੋਈ ਪ੍ਰੋਬਲਮ ਇਹਨਾਂ ਦਿਨਾਂ ਦੇ ਵਿੱਚ ਹੁੰਦੀ ਹੈਗੀ ਆ, ਠੀਕ ਹੈ ਨਾ? ਹਾਂਜੀ ਹਾਂਜੀ। ਤੇ ਤੇ ਆ ਤੇ ਜਿਸ ਦੇ ਨਾਲ ਜਿਹੜੇ ਵੀ ਤੁਹਾਡੇ ਜਿਹਦੇ ਨਾਲ ਵੀ ਤੁਸੀਂ ਰਿਲੇਸ਼ਨਸ਼ਿਪ 'ਚ ਹੈਗੇ ਹੋ, ਜੇ ਉਹਨਾਂ ਦਾ ਨਾਮ ਇੱਕ ਸੱਸੇ ਤੋਂ ਨਾਮ 'ਚ ਜਿਹਨਾਂ ਦਾ ਨਾਮ ਸ਼ੁਰੂ ਹੋਣ, ਜਿਹਦੇ ਤੁਹਾਡੇ ਰਿਲੇਸ਼ਨਸ਼ਿਪ ਜਿਹਨਾਂ ਪ੍ਰੋਬਲਮਸ ਹੈਗੀ ਆ, ਉਹਨਾਂ ਦਾ ਨਾਮ ਸੱਸੇ ਤੋਂ ਹੈਗਾ? ਨਹੀਂ ਜੀ, ਡੀ ਡੀ ਦਵਿੰਦਰ, ਸੱਸਾ ਦੱਦਾ ਦਲਵੀਰ, ਦਲਵੀਰ, ਠੀਕ ਹੈ। ਅਤੇ ਫਿਲਹਾਲ ਤੁਹਾਨੂੰ ਕਹੂੰਗੇ ਅਤੇ ਇਸ ਦੌਰਾਨ ਜਿਹਨੂੰ ਕਹਿ ਲਓ ਕਿ ਰਿਲੇਸ਼ਨਸ਼ਿਪ ਵੱਲੋਂ ਤੁਹਾਨੂੰ ਪ੍ਰੋਬਲਮ ਆ ਰਹੀ ਹੈਗੀ, ਤੁਸੀਂ ਉਮੀਦ ਕਰ ਸਕਦੇ ਹੈਗੇ ਹੋ ਕਿ ਰੀਸੈਂਟਲੀ ਇਸ ਨਾਚ ਤੁਹਾਡੇ ਗ੍ਰਹਿ ਤੁਹਾਨੂੰ ਇਜਾਜ਼ਤ ਨਹੀਂ ਦਿੰਦੇ ਕਿ ਇਸ ਵੇਲੇ ਤੁਸੀਂ ਆਪਣੇ ਕਿਸੇ ਵੀ ਰਿਲੇਸ਼ਨਸ਼ਿਪ ਦੇ ਵਿੱਚ ਤੁਸੀਂ ਜਾਓ, ਠੀਕ ਹੈ? ਐਟਲੀਸਟ ਘੱਟੋ ਘੱਟ ਵੀ ਤੁਹਾਨੂੰ ਕਿ 2019 ਦੇ ਐਂਡ ਤੱਕ ਤੁਹਾਨੂੰ ਕਿਸੇ ਵੀ ਰਿਲੇਸ਼ਨਸ਼ਿਪ 'ਚ ਉਹ ਸਕਸੈਸਫੁਲ
ਸਕਸੈਸ ਜਾਂ ਸੈਟੀਸਫੈਕਟਰੀ ਲਾਈਕ ਸਿਚੁਏਸ਼ਨਸ ਨਹੀਂ ਮਿਲੇਗੀ। ਜਿਹਨੂੰ ਕਹਿ ਲਓ ਕਿ ਵੀ ਅਸੀਂ ਰਿਲੇਸ਼ਨਸ਼ਿਪ 'ਚ ਹੈਗੇ ਹਾਂ, ਆਪਣੀ ਵੱਲੋਂ ਬਹੁਤ ਖੁਸ਼ ਵੀ ਹੈਗੇ ਹਾਂ, ਹਾਂਜੀ ਸਾਨੂੰ ਆਪਣੀ ਰਿਲੇਸ਼ਨਸ਼ਿਪ 'ਚ ਸਾਰਾ ਕੁਝ ਮਿਲ ਰਿਹਾ ਹੈਗਾ, ਬਿਲਕੁਲ ਇੱਕ ਸੈਟੀਸਫੈਕਟਰੀ ਰਿਲੇਸ਼ਨਸ਼ਿਪ ਤੁਹਾਡੀ ਨਹੀਂ ਹੋਏਗੀ, ਸਕਸੈਸ ਵਾਲੀ ਨਹੀਂ ਹੋਏਗੀ। ਲੇਕਿਨ ਜੇ ਤੁਸੀਂ ਚਾਹੁੰਦੇ ਹੀ ਹੈਗੇ ਹੋ, ਹਾਂ ਇਹਨਾਂ ਦਾ ਕੁਐਸਚਨ ਆ ਵੀ ਮੈਨੂੰ ਸੈਟਿਸਫਾਈ ਨਹੀਂ ਹੈਗੇ ਵੀ ਹਾਂ ਵੀ ਜਿੱਦਾਂ ਕਨਫਿਊਜ਼ ਰਹਿੰਦੇ ਆ, ਤੇ ਉਹਦਾ ਉਪਾਅ ਵੀ ਹੋ ਸਕਦਾ। ਕਨਫਿਊਜ਼ਨ ਦੀ ਉਪਾਅ ਰੱਖਣ ਵਾਸਤੇ ਤੁਹਾਡਾ ਕੀ ਹੁੰਦਾ, ਤੁਹਾਡਾ ਫੋਕਸ ਮਿਸਿੰਗ ਹੋ ਰਿਹਾ ਹੈਗਾ, ਠੀਕ ਹੈ। ਆਪਣੇ ਫੋਕਸ ਨੂੰ ਕੰਟਰੋਲ 'ਚ ਕਰਨ ਵਾਸਤੇ ਤੁਸੀਂ ਕਰੋ, ਕੋਈ ਫਾਸਟ ਕਰਦੇ ਤੁਸੀਂ? ਹਾਂ ਐਕਚੁਅਲੀ ਮੇਰੀ ਇੰਗੇਜਮੈਂਟ ਹੋਈ ਹੋਈ ਆ ਇੰਡੀਆ। ਇੰਡੀਆ ਹੋਈ ਹੈ, ਓਕੇ, ਦੈਟ ਮੇਕ ਸੈਂਸ, ਕਿਉਂਕਿ ਮੈਨੂੰ ਲੱਗਿਆ ਸੀਗਾ ਇੱਥੇ ਹੈਗੇ ਤੋਂ ਸ਼ਾਇਦ ਉਹ ਵੀ ਇੱਧਰ ਹੀ ਹੈਗੇ ਨੇ। ਬਟ ਯਾ ਲੋਂਗ ਡਿਸਟੈਂਸ ਰਿਲੇਸ਼ਨਸ਼ਿਪ ਤੋਂ ਦੇਰ ਟੂ ਬੀ ਵੈਰੀ ਓਨੈਸਟ, ਜੇ ਤੁਹਾਡਾ ਟਾਈਮ ਅਗਲਾ 1-2-3 ਇਸੇ ਸਾਲ ਦਸੰਬਰ ਤੱਕ ਕਹਿ ਲਓ ਕਿ ਤੁਹਾਡਾ ਨਿਕਲ ਜਾਂਦਾ ਠੀਕ ਠਾਕ, ਰਾਈਟ, ਤਾਂ ਉਸ ਤੋਂ ਬਾਅਦ ਕਹਿ ਲਓ ਕਿ ਬੈਟਰ ਹੋ ਜੂਗਾ ਇਹ ਰਿਲੇਸ਼ਨਸ਼ਿਪ ਤੁਹਾਡਾ, ਜਿੰਨਾ ਵੀ ਕਹਿ ਲਓ। ਜਾਣੀ ਕਹਿੰਦਾ ਬਾਬਾ ਦਸੰਬਰ ਤੱਕ ਮੁਸ਼ਕਲ ਆਇਆ ਥੋੜ੍ਹੀ ਜਿਹੀ, ਦਸੰਬਰ ਤੱਕ ਤੁਹਾਡੇ ਵਾਸਤੇ ਅੰਡਰਸਟੈਂਡ ਕਰਨਾ ਬਹੁਤ ਹਾਰਡ ਹੋਏਗਾ। ਇਹਨਾਂ ਦਾ ਤੁਸੀਂ ਬਲੇਮ ਚਾਹੇ ਆਪਣੇ ਗ੍ਰਹਾਂ ਨੂੰ ਦੇ ਸਕਦੇ ਹੈਗੇ ਹੋ, ਚਾਹੇ ਤੁਹਾਡੀ ਪਰਸਨੈਲਿਟੀ ਵੀ ਹੋ ਸਕਦੀ ਹੈਗੀ ਹੈ, ਜਾਂ ਫਿਰ ਜਿਹੜੇ ਵੀ ਯਾਨੀ ਤੁਹਾਡੇ ਜਿਹੜੇ ਪਾਰਟਨਰ ਹੈਗੇ ਫਿਊਚਰ ਵਾਲੇ, ਅਤੇ ਉਹਨਾਂ ਦੀ ਪਰਸਨੈਲਿਟੀ ਵੀ ਹੋ ਸਕਦੀ ਹੈਗੀ, ਕੁਛ ਨਾ ਕੁਛ ਦੋਨਾਂ ਦੇ ਵਿੱਚ ਮਿਸਅੰਡਰਸਟੈਂਡਿੰਗ ਵੀ ਹੋ ਸਕਦੀ, ਮਿਸਅੰਡਰਸਟੈਂਡਿੰਗ ਜਾਂ ਉਹ ਕਮਿਊਨੀਕੇਸ਼ਨ ਮਿਸਕਮਿਊਨੀਕੇਸ਼ਨ ਹੋ ਸਕਦੀ ਹੈ, ਜਿਸ ਕਰਕੇ ਤੁਹਾਡੀ ਰਿਲੇਸ਼ਨਸ਼ਿਪ ਸਕਸੈਸ ਨਹੀਂ ਹੋ ਪਾ ਰਹੀ ਹੈ। ਅਤੇ ਤੁਸੀਂ ਬਸ ਇਹਦਾ ਟਾਈਮ ਇਹੀ ਹੈਗਾ, ਤੁਸੀਂ ਕੋਸ਼ਿਸ਼ ਕਰੋ ਕਿ ਅਗਲੇ 6 ਮਹੀਨੇ ਤੱਕ ਕਹਿ ਲਓ, ਇਸ ਦਸੰਬਰ ਤੱਕ ਕੰਟਰੋਲ ਕਰਕੇ ਆਪਣੇ ਐਕਸ਼ਨਸ 'ਤੇ, ਉਹਦੇ ਐਕਸ਼ਨਸ 'ਤੇ ਥੋੜ੍ਹਾ ਕਮਿਊਨੀਕੇਸ਼ਨ ਨੂੰ ਘੱਟ ਕਰਕੇ ਇਹ ਔਖਾ ਟਾਈਮ ਕਢਾ ਲਓ, ਅਤੇ ਉਸ ਤੋਂ ਬਾਅਦ ਇਹ ਸਿਚੁਏਸ਼ਨ ਤੁਹਾਡੀ ਬੈਟਰ ਹੋ ਜਾਏਗੀ, ਰਿਲੇਸ਼ਨਸ਼ਿਪ ਤੁਹਾਡੀ ਬੈਟਰ ਹੋ ਜਾਣਗੇ। ਜੇ ਕਿਤੇ ਗੁੱਸਾ ਵੀ ਆਉਂਦਾ, ਇੱਕ ਜਣਾ ਜਾਣੀ ਕਹਿਣ ਦਾ ਭਾਵ ਇੱਕ ਦੱਬ ਜਾਓ ਜਾਂ ਕੁਛ ਵੀ ਹੋ ਸਕਦਾ, ਵੀ ਇਹਨਾਂ ਕਹਿਣ ਦਾ ਭਾਵ ਤੁਸੀਂ ਜਾ ਕਹਿ ਲਓ ਵੀ ਮੈਂ 5 ਮਿੰਟ ਬਾਅਦ ਫੋਨ ਕਰਦੀ ਹਾਂ, ਜਾਂ ਉਹ ਕਹਿ ਦੇਣ ਇੱਕ ਦੂਜੇ ਨੂੰ, ਇਹ 6 ਮਹੀਨੇ ਤੱਕ ਕਰਨਾ ਪੈਣਾ ਪਰ ਜੀ ਜਿਸ ਹਿਸਾਬ ਨਾਲ ਦੱਸ ਰਹੇ ਜੀ। ਠੀਕ ਹੈ ਜੀ, ਥੈਂਕ ਯੂ ਸੋ ਮਚ, ਨੋ ਪ੍ਰੋਬਲਮ ਜੀ। ਹਾਂਜੀ ਪੰਡਿਤ ਜੀ, ਅਤੇ ਜਿੱਦਾਂ ਆਪਾਂ ਬ੍ਰੇਕ ਤੋਂ ਪਹਿਲਾਂ ਆਪਾਂ 8ਵੇਂ ਘਰ ਦਾ ਜ਼ਿਕਰ ਕਰ ਰਹੇ ਸੀਗੇ ਜੀ ਕੱਲ੍ਹ ਤੋਂ ਪਹਿਲਾਂ, ਅਤੇ 8ਵੇਂ ਘਰ ਦਾ ਹੋਰ ਕੀ ਦੱਸ ਰਹੀ ਆ ਵੀ ਆਪਾਂ ਨੂੰ ਕਿਹੜੇ ਕਿਹੜੇ ਪ੍ਰਭਾਵ ਹੁੰਦੇ ਇਹਨਾਂ ਦੇ, ਕਿਹੜੇ ਕਿਹੜੇ ਲੱਛਣ ਹੁੰਦੇ ਜੀ? ਅਸੀਂ ਇੱਕ ਘਰ ਹੋਰ ਅਸੀਂ ਵਾਰ ਵਾਰ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੈਗੇ, ਜਿੱਦਾਂ ਹੁਣੇ ਸਾਡੇ ਕੋਲ ਫੋਨ ਆਇਆ, ਜਦੋਂ ਕੋਈ ਵੀ ਐਸੀ ਰਿਲੇਸ਼ਨਸ਼ਿਪ ਵਾਲੀ ਪ੍ਰੋਬਲਮਸ ਹੁੰਦੀਆਂ ਹੈਗੀਆਂ ਨਾ, ਅਤੇ ਕਿੱਥੇ ਚੀਜ਼ਾਂ ਮਿਸ ਹੋ ਜਾਂਦੀਆਂ ਹੈਗੀਆਂ ਉਹਨਾਂ ਦੀ ਕੰਪੈਟੇਬਿਲਿਟੀ ਦੇ ਵਿੱਚ, ਯਾਨੀ ਕਿ ਕਿਸੇ ਬਈ ਇੱਕ ਦੇ ਗ੍ਰਹਿ ਆਪਣੇ ਆਪ ਨੂੰ ਕੁਛ ਹੋਰ ਚੀਜ਼ ਕਿਸੇ ਹੋਰ ਚੀਜ਼ ਨੂੰ ਰਿਪ੍ਰਜੈਂਟ ਕਰ ਰਹੇ ਹੈਗੇ ਆਪਣੇ ਆਪ ਦੇ ਵਿੱਚ, ਕਿ ਉਹ ਉਹਨਾਂ ਨੂੰ ਕੋਈ ਛੋਟੀ ਚੀਜ਼ਾਂ ਜ਼ਿਆਦਾ ਬੋਦਰ ਕਰਦੀਆਂ ਹੋਣੀਆਂ। ਦੂਸਰਾ ਜਿਹੜਾ ਪਾਰਟਨਰ ਹੋਏਗਾ ਉਹਨਾਂ ਨੂੰ ਉਹਨਾਂ ਦਾ ਸੁਭਾਅ ਕੰਪਲੀਟਲੀ ਡਿਫਰੈਂਟ ਹੋਏਗਾ, ਅਤੇ ਕਿਆ ਹੁੰਦਾ ਹੈ ਕਿ ਜਦੋਂ ਮਿਊਚੁਅਲੀ ਅਸੀਂ ਦੋਨੋਂ ਕੁੰਡਲੀਆਂ ਨੂੰ ਦੇਖ ਕੇ ਇਹ ਕੰਪੈਟੇਬਿਲਿਟੀ ਦੇਖ ਕੇ ਅਸੀਂ ਦੱਸ ਸਕਦੇ ਹੈਗੇ ਹਾਂ ਵੀ ਤੁਹਾਨੂੰ ਇਸ ਚੀਜ਼ 'ਤੇ ਥੋੜ੍ਹਾ ਜਿਹਾ ਉਪਾਅ ਕਰ ਲੈਣਾ ਚਾਹੀਦਾ, ਅਤੇ ਜਿਹੜਾ ਤੁਹਾਡਾ ਆਪੋਜ਼ਿਟ ਪਾਰਟਨਰ ਹੈਗਾ ਉਹਨੂੰ ਇਸ ਚੀਜ਼ ਦੇ ਉੱਪਰ ਥੋੜ੍ਹਾ ਇੰਜੋਏ ਕੰਸਨਟ੍ਰੇਟ ਕਰ ਲੈਣਾ ਚਾਹੀਦਾ। ਜੇ ਦੋਨੋਂ ਵਰਕਆਊਟ ਕਰ ਲੈਣਗੇ ਆਪਣੇ ਆਪਣੇ, ਅਤੇ ਉਹ ਦੋਨਾਂ ਦੀ ਰਿਲੇਸ਼ਨਸ਼ਿਪ ਜਿਹੜੀ ਹੈ ਅੰਡਰਸਟੈਂਡਿੰਗ ਹੈ ਬੈਟਰ ਹੋ ਸਕਦੀ ਹੈ। ਮੇਰਾ ਖਿਆਲ ਗਗਨਦੀਪ ਪ੍ਰੀਤ ਜੀ ਸੁਣ ਰਹੇ ਹੋਣੇ ਆ, ਇਸ ਤੋਂ ਬਾਅਦ ਸ਼ੋਅ ਤੋਂ ਬਾਅਦ ਕੱਲ੍ਹ ਨੂੰ ਤੁਸੀਂ ਪੰਡ ਜੀ ਨੂੰ ਫੋਨ ਕਰ ਸਕਦੇ ਹਾਂ 416-838-7731 'ਤੇ, ਤੁਸੀਂ ਬਾਅਦ 'ਚ ਵੀ ਸ਼ੋਅ ਤੋਂ ਬਾਅਦ ਤੁਸੀਂ ਗੱਲਬਾਤ ਕਰ ਸਕਦੇ ਹਾਂ, ਕਿਉਂਕਿ ਇਹ ਮਸਲਾ ਐਸਾ ਹੈ ਕਿਉਂਕਿ ਸ਼ੋਅ ਦੇ ਵਿੱਚ ਆਪਾਂ ਨਹੀਂ ਜ਼ਿਕਰ ਵੀ ਕਰ ਸਕਦੇ, ਕੁਛ ਐਸੀ ਜਿਹੀਆਂ ਮੁਸ਼ਕਲਾਂ ਹੁੰਦੀਆਂ ਸਾਨੂੰ ਜੀ ਸ਼ੋਅ ਕਰ ਰਹੇ ਹਾਂ, ਅਤੇ ਉਸ ਤੋਂ ਪਹਿਲਾਂ ਅਪੁਆਇੰਟਮੈਂਟ ਬਣਾ ਕੇ ਤੁਹਾਡੇ ਨਾਲ ਗੱਲਬਾਤ ਪ੍ਰੋਪਰ ਕੀਤੀ ਜਾਵੇ, ਦੋਨਾਂ ਦੀ ਕੁੰਡਲੀ ਉਹਨਾਂ ਦੇ ਫੈਂਸੀ ਦੀ ਜਾਂ ਆਪਣੀ ਦੋਨਾਂ ਦੀ ਕੁੰਡਲੀ ਲੈ ਕੇ ਜਨਮ ਪੱਤਰਾ ਲੈ ਕੇ ਉਹਨਾਂ ਨੂੰ ਦਿਖਾਇਆ ਜਾਵੇ ਤਾਂ ਬੈਟਰ ਰਹੂਗਾ ਜੀ। ਮੇਰਾ ਖਿਆਲ ਕਾਫੀ ਲੰਮੀ ਚੌੜੀ ਇਹ ਗੱਲ ਹੋ ਜਾਂਦੀ ਹੈ, ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਹ ਹੈਲਪ ਹੋ ਜਾਂਦੀ ਹੈਗੀ ਹੈ। ਅਤੇ ਜਿੱਦਾਂ ਅਸੀਂ ਕਹਿ ਲੈਂਦੇ ਹੈਗੇ ਹਾਂ ਕਿ ਕਈ ਵਾਰੀ ਕਿਆ ਹੁੰਦਾ ਹੈਗਾ, ਜੋ ਇੱਕ ਛੋਟਾ ਜਿਹਾ ਮੈਂ ਇੱਕ ਰੈਫਰੈਂਸ ਦਿੰਦਾ ਐਗਜ਼ਾਮਪਲ ਵਾਸਤੇ, ਕਈ ਵਾਰੀ ਕਿਆ ਹੁੰਦਾ ਜਿੱਦਾਂ ਕਹਿ ਲਓ ਨਾ ਵੀ ਤੁਹਾਡੇ ਕੋਲ ਇੱਕ ਚੀਜ਼ ਤਾਂ ਹੈਗੀ ਹੈ, ਹਾਂਜੀ ਠੀਕ ਹੈ ਜੀ, ਲੇਕਿਨ ਤੁਹਾਨੂੰ ਉਹਦਾ ਜੋੜਾ ਚਾਹੀਦਾ, ਦੋਨੋਂ ਸਿਮਿਲਰ ਹੋਣੇ ਚਾਹੀਦੇ ਹੈ, ਉਹ ਤਾਂ ਹੀ ਰੇਲ ਕਹਿੰਦੇ ਗੱਡੀ ਤਾਂ ਹੀ ਠੀਕ ਚੱਲੂਗੀ ਜੇ ਦੋਨੋਂ ਪਹੀਏ ਇੱਕ ਵਰਗੇ ਹੈਗੇ। ਬਿਲਕੁਲ, ਇੱਕ ਖਰਾਬ ਜਿਵੇਂ, ਇੱਕ 'ਚ ਹਵਾ ਨਾ ਹੋਵੇ, ਇੱਕ 'ਚ ਪੂਰੀ ਹਵਾ ਹੋਵੇ, ਤਾਂ ਉਹ ਇੱਕ ਦੂਜੇ ਨੂੰ ਖਿੱਚਦੀ, ਇੱਕ 'ਚ ਜ਼ਿਆਦਾ ਹੋਵੇ ਦੂਜੇ 'ਚ ਘੱਟ ਹੋਵੇ, ਜਾਂ ਤਾਂ ਜ਼ਿਆਦਾ ਵਾਲੇ ਦੀ ਹਵਾ ਘਟਾ ਲਓ ਜਾਂ ਘੱਟ ਵਾਲੇ ਦੀ ਵਧਾ ਲਓ, ਅਤੇ ਯਾਨੀ ਕਿ ਦੋਨੋਂ ਜੇ ਟੇਵੇ ਸਾਡੇ ਕੋਲ ਹੋਣਗੇ, ਅਸੀਂ ਦੋਨੋਂ ਹੀ ਟੇਵਿਆਂ ਨੂੰ ਸਟੱਡੀ ਕਰਕੇ ਕੋਈ ਨਾ ਕੋਈ ਉਪਾਅ ਦਿੱਤੇ ਜਾ ਸਕਦੇ ਨੇ, ਜਿਸ ਕਰਕੇ ਉਹਨਾਂ ਦੀ ਅੰਡਰਸਟੈਂਡਿੰਗ ਆਪਸ ਦੇ ਵਿੱਚ ਬੈਟਰ ਹੋ ਸਕਦੀ ਹੈ। ਅਤੇ ਘਬਰਾਓ ਨਹੀਂ, ਜੇ ਫਿਰ ਵੀ ਤੁਹਾਡੇ ਕੁਐਸਚਨ ਆਉਂਦੇ ਹੈਗੇ, ਜੇ ਤੁਸੀਂ ਡਿਟੇਲ ਦੇ ਵਿੱਚ ਡਿਸਕਸ ਕਰਨਾ ਆ, ਜਿਹਨੂੰ ਸਾਨੂੰ ਟਾਈਮ ਚਾਹੀਦਾ ਹੁੰਦਾ ਆ, 2-4 ਦਿਨ ਸਾਨੂੰ ਟਾਈਮ ਚਾਹੀਦਾ ਹੁੰਦਾ, ਤੁਸੀਂ ਡਿਟੇਲ ਭੇਜੋ, ਈਮੇਲ ਕਰੋ, ਵਟਸਐਪ ਰਾਹੀਂ, ਫੇਸਬੁੱਕ ਰਾਹੀਂ, ਕਿਸੇ ਵੀ ਰਾਹੀਂ ਤੁਸੀਂ ਸਾਨੂੰ ਜੁੜੋਗੇ,
ਤੇ ਤੁਹਾਨੂੰ ਅਸੀਂ ਤੁਹਾਡੀ ਕੁਐਸਚਨ ਦਾ ਜ਼ਰੂਰ ਜਵਾਬ ਦੇਣਾ ਚਾਹਾਂਗੇ ਜੀ। ਤੇ ਆਈਏ ਫਿਰ ਅਸੀਂ ਅੱਗੇ ਵਧਾਉਂਦੇ ਹੈਗੇ ਹਾਂ। ਹੁਣ ਅੱਠਵੇਂ ਘਰ ਦਾ ਅਸੀਂ ਹਾਲੇ ਤੱਕ ਜ਼ਿਕਰ ਕਰ ਚੁੱਕੇ ਹੈਗੇ ਹਾਂ, ਉਸ ਤੋਂ ਬਾਅਦ ਜਿਹੜੀ ਗੱਲ ਆਉਂਦੀ ਹੈਗੀ ਕਿ ਕੁੰਡਲੀ ਦਾ ਨੌਵਾਂ ਘਰ, ਜਦੋਂ ਕੁੰਡਲੀ ਬਣਾਉਂਦੇ ਹਾਂ ਉਹਦਾ ਨੌਵਾਂ ਘਰ ਆਪਣੇ ਆਪ ਦੇ ਵਿੱਚ ਕਿਸ ਚੀਜ਼ ਨੂੰ ਰਿਪ੍ਰਜੈਂਟ ਕਰਦਾ ਹੈ? ਠੀਕ ਹੈ ਜੀ, ਨੌਵੇਂ ਘਰ ਨੂੰ ਲੱਕ ਦਾ ਘਰ ਵੀ ਕਹਿੰਦੇ ਹੈਗੇ ਆ। ਕਾਹਦਾ ਜੀ? ਲੱਕ ਦਾ ਘਰ, ਕਿਸਮਤ, ਕਿਸਮਤ ਭਾਗਯ, ਭਾਗਯ ਸਥਾਨ ਵੀ ਕਿਹਾ ਜਾਂਦਾ ਹੈਗਾ ਕਿ ਨੌਵੇਂ ਘਰ ਨੂੰ। ਤੇ ਇਹ ਭਾਵ ਅਧਿਆਤਮਿਕ ਪ੍ਰਗਤੀ, ਅਧਿਆਤਮਿਕ ਯਾਨੀ ਕਿ ਸਪਿਰਿਚੁਅਲੀ, ਸਪਿਰਿਚੁਅਲੀ ਤੁਸੀਂ ਆਪਣੀ ਲਾਈਫ ਦੇ ਵਿੱਚ ਤੁਹਾਨੂੰ ਕਿਤਨਾ ਜ਼ਿਆਦਾ ਤੁਸੀਂ ਭਗਤੀ ਭਾਵ ਵਾਲੇ ਹੋਵੋਗੇ। ਦੇਖੋ ਚਿੰਤਾ ਅਤੇ ਚਿੰਤਨ ਦੋ ਸ਼ਬਦ ਹੈਗੇ ਨੇ, ਠੀਕ ਹੈ ਜੀ। ਯਾਨੀ ਕਿ ਕਈ ਲੋਕ ਆਪਣੀ ਲਾਈਫ ਨੂੰ ਸਿਰਫ ਚਿੰਤਾ ਦੇ ਵਿੱਚ ਹੀ ਬਤਾ ਦਿੰਦੇ ਹੈਗੇ, ਬਈ ਚਿੰਤਾ ਸਾਨੂੰ ਹੋ ਰਹੀ ਹੈਗੀ ਹੈ, ਕਿਉਂ ਹੋ ਰਹੀ ਹੈਗੀ ਹੈ, ਚਿੰਤਾ ਕਰ, ਹਾਏ ਮੇਰਾ ਇਹ ਹੋ ਗਿਆ, ਮੇਰਾ ਇਹ ਹੋ ਗਿਆ, ਮੈਨੂੰ ਕਰਨਾ ਨਹੀਂ ਹੁੰਦਾ, ਮੇਰੇ ਬੱਚੇ ਪੜ੍ਹਦੇ ਨਹੀਂ ਹੈਗੇ ਆ, ਜਾਂ ਪੜ੍ਹ ਚੁੱਕੇ ਹੈਗੇ, ਹੁਣ ਨੌਕਰੀ ਨਹੀਂ ਮਿਲਦੀ ਹੈ, ਨੌਕਰੀ ਮਿਲ ਰਹੀ ਹੈ ਅਤੇ ਨੌਕਰੀ ਇੰਨੀ ਅੱਛੀ ਨਹੀਂ ਹੈਗੀ ਹੈ, ਜਾਂ ਇੱਕੋ ਨੌਕਰੀ 'ਤੇ 5 ਸਾਲ ਹੋ ਗਿਆ, ਕੋਈ ਤਰੱਕੀ ਨਹੀਂ ਹੋ ਰਹੀ ਹੈਗੀ ਹੈ। ਹੁਣ ਇਹ ਹੋ ਗਈ ਚਿੰਤਾ। ਉਸ ਤੋਂ ਬਾਅਦ ਜੇ ਚਿੰਤਨ ਕੀਤਾ ਜਾਵੇ, ਚਿੰਤਨ ਨੂੰ ਅਸੀਂ ਚਿੰਤਨ ਹੁੰਦਾ ਹੈ ਸ਼ੋਧ, ਬੇਸਿਕਲੀ ਤੁਸੀਂ ਜੋ ਵੀ ਜਿਸ ਬਾਰੇ ਤੁਹਾਨੂੰ ਚਿੰਤਾ ਹੋ ਰਹੀ ਹੈ ਉਸ ਚਿੰਤਾ ਦੇ ਕਾਰਨਾਂ ਦੇ ਬਾਰੇ ਨੂੰ ਸੋਚਣਾ, ਉਹਦੇ 'ਤੇ ਵਰਕਆਊਟ ਕਰਨਾ, ਬਈ ਇਹ ਮੈਨੂੰ ਚਿੰਤਾ ਹੋ ਰਹੀ ਇਹਦਾ ਕਾਰਨ ਕੀ ਹੈਗਾ, ਅਤੇ ਉਹਨਾਂ ਕਾਰਨਾਂ ਨੂੰ ਪਕੜ ਕੇ ਉਹਦੇ ਉੱਪਰ ਵਰਕਆਊਟ ਕਰਨਾ, ਅਤੇ ਜਿਸ ਕਰਕੇ ਚਿੰਤਾ ਘੱਟ ਹੋ ਜਾਵੇ, ਚਿੰਤਨ ਕਰਨਾ, ਉਹਦੇ ਕਰਕੇ ਹੀ ਤੁਹਾਨੂੰ ਲਾਈਫ ਦੇ ਵਿੱਚ ਸਕਸੈਸ ਤੁਹਾਨੂੰ ਆਉਂਦੀ ਹੈਗੀ ਹੈ। ਇਸ ਕਰਕੇ ਕਹਿੰਦੇ ਨੇ ਇਹਨੂੰ ਅਧਿਆਤਮਿਕ ਪ੍ਰਗਤੀ, ਜਿਸ ਇਨਸਾਨ ਦੇ ਵਿੱਚ ਕਹਿ ਲਓ ਕਿ ਥੋੜ੍ਹੀ ਬਹੁਤੀ ਸਪਿਰਿਚੁਅਲਿਟੀ ਹੋਏਗੀ, ਯਾਨੀ ਕਿ ਸਪਿਰਿਚੁਅਲੀ ਉਹ ਕਨੈਕਟਡ ਹੈਗਾ ਆਪਣੇ ਆਪ ਨਾਲ, ਬਾਕੀਆਂ ਦੀ ਗੱਲਾਂ ਛੱਡੋ, ਸੰਸਾਰ ਦੇ ਨਾਲ ਕਨੈਕਟ ਹੋਣ ਨਾਲ ਤੁਹਾਨੂੰ ਸਕਸੈਸ ਲਾਈਫ ਦੇ ਵਿੱਚ ਇਤਨੀ ਜ਼ਿਆਦਾ ਨਹੀਂ ਮਿਲੇਗੀ। ਆਪਣੇ ਆਪ ਨਾਲ ਸੈਲਫ ਕਨੈਕਟਡ ਜਿਸ ਦਿਨ ਤੁਸੀਂ ਹੋ ਜਾਓਗੇ, ਤੁਸੀਂ ਕੋਈ ਵੀ ਕੰਮ ਕਰੋਗੇ ਬਹੁਤ ਜ਼ਿਆਦਾ ਫੋਕਸ ਨਾਲ ਕਰੋਗੇ, ਉਸ ਤੋਂ ਬਾਅਦ ਆਪਣੇ ਵੱਡਿਆਂ ਦਾ ਆਸ਼ੀਰਵਾਦ ਵੀ ਲੈ ਕੇ ਕਰੋਗੇ, ਸੱਚਾਈ ਦੇ ਨਾਲ ਕਰੋਗੇ, ਆਨੈਸਟੀ ਦੇ ਨਾਲ ਕਰੋਗੇ, ਉਹ ਹੋ ਸਕਦਾ ਹੈ ਕਿ ਤੁਹਾਨੂੰ ਐਟ ਏ ਟਾਈਮ ਇਤਨਾ ਜ਼ਿਆਦਾ ਰਿਜ਼ਲਟ ਨਾ ਦੇ ਜਾਂ ਉਹਦਾ ਤੁਹਾਨੂੰ ਪ੍ਰੋਫਿਟ ਨਾ ਹੋਵੇ, ਠੀਕ ਹੈ ਜੀ, ਲੇਕਿਨ ਲੌਂਗ ਟਰਮ ਦੇ ਵਿੱਚ ਜਾ ਕੇ ਫਾਇਦਾ ਹੋਊਗਾ, ਫਾਇਦਾ ਹੋਊਗਾ। ਸਪਿਰਿਚੁਅਲੀ ਤੁਸੀਂ ਆਪਣੇ ਆਪ ਨੂੰ ਇੰਨਾ ਹਾਈ ਲੈਵਲ 'ਤੇ ਲੈ ਜਾਂਦੇ ਹੈਗੇ ਹੋ ਕਿ ਤੁਹਾਨੂੰ ਆਸ ਪਾਸ ਦੀਆਂ ਚੀਜ਼ਾਂ ਬਦਰ ਨਹੀਂ ਕਰਦੀਆਂ ਹੈਗੀਆਂ, ਠੀਕ ਹੈ। ਯਾਨੀ ਕਿ ਕਹਿ ਲਓ ਕਿ ਮੇਰੀ ਪਰਸਨੈਲਿਟੀ ਹੁਣ ਇਤਨੀ ਹਾਈ ਹੋ ਚੁੱਕੀ ਹੈ, ਮੇਰੇ ਬਾਰੇ ਕੋਈ ਪੁੱਠੀ ਛੁੱਟੀਆਂ ਮੱਟੀਆਂ ਪੁੱਠੀਆਂ ਜਿਹੀਆਂ ਗੱਲਾਂ ਕਰਦਾ, ਇਟ ਡਜ਼ਨਟ ਬਦਰ ਮੀ, ਮੈਨੂੰ ਉਹ ਤੰਗ ਨਹੀਂ ਕਰਦੀਆਂ ਹੈਗੀਆਂ। ਜੇ ਉਹ ਮੈਨੂੰ ਤੰਗ ਕਰਨਗੀਆਂ, ਇਹਦਾ ਮਤਲਬ ਮੈਂ ਹਾਲੇ ਉਹਨਾਂ ਦੇ ਹੀ ਲੈਵਲ 'ਤੇ ਹੈਗਾ, ਠੀਕ ਹੈ ਜੀ, ਮੈਂ ਉਹਨਾਂ ਦੇ ਲੈਵਲ ਤੋਂ ਅੱਗੇ ਗਿਆ ਹੀ ਨਹੀਂ। ਸਿੰਪਲ ਜਿਹਾ ਫੈਕਟ ਹੈਗਾ ਇਸ ਬਾਰੇ। ਅਤੇ ਅੱਠਵਾਂ, ਨੌਵੇਂ ਭਾਗ ਨੂੰ ਅਸੀਂ ਅਧਿਆਤਮਿਕ ਪ੍ਰਗਤੀ ਦਾ ਵੀ ਸਥਾਨ ਕਹਿੰਦੇ ਹੈਗੇ ਕਿ ਕਿਸੇ 'ਚ ਸਪਿਰਿਚੁਅਲਿਟੀ ਕਿਤਨੀ ਹੈਗੀ, ਇਹ ਜਿਹਨੂੰ ਕਹਿ ਲਓ ਸੰਤ ਭਾਵ ਵੀ ਹੁੰਦਾ ਹੈ, ਕਿਸੇ ਕਿਸੇ ਦਾ ਬੜਾ ਸੰਤਾਂ ਵਰਗਾ ਨੇਚਰ ਹੁੰਦਾ ਆ, ਠੀਕ ਹੈ ਜੀ। ਉਸ ਤੋਂ ਬਾਅਦ ਇਹੀ ਭਾਗਯ ਉਦੈ ਜਿਹਨੂੰ ਕਹਿੰਦੇ ਨੇ, ਇਸ ਘਰ ਨੂੰ ਦੇਖ ਕੇ ਤੁਹਾਡਾ ਭਾਗਯ ਉਦੈ ਕਦੋਂ ਹੋਣਾ ਆ, ਕਿਸ ਏਜ ਦੇ ਵਿੱਚ ਜਾ ਕੇ ਹੋਣਾ ਆ, ਉਸ ਚੀਜ਼ ਦਾ ਵੀ ਸਟੱਡੀ ਕੀਤੀ ਜਾ ਸਕਦੀ ਹੈਗੀ ਆ, ਜ਼ਿਕਰ ਕੀਤਾ ਜਾ ਸਕਦਾ ਹੈਗਾ। ਜਿਹੜਾ ਵੀ ਗ੍ਰਹਿ ਉੱਤੇ ਬੈਠਾ ਹੋਏਗਾ ਉਹਨੂੰ ਦੇਖ ਕੇ ਅਸੀਂ ਦੱਸ ਸਕਦੇ ਹੈਗੇ ਕਿ ਵੀ ਤੁਹਾਡੀ ਜਿਹੜਾ ਪੀਕ ਟਾਈਮ ਹੈ, ਪੀਕ ਟਾਈਮ ਥਰੂ ਆਊਟ ਦਾ ਤੁਹਾਡੀ ਲਾਈਫ ਦਾ ਹੈਗਾ ਉਹ ਬਈ 25 ਤੋਂ 35 ਹੋ ਗਿਆ ਜੀ, 30 ਤੋਂ 40 ਹੋ ਗਿਆ, ਜਾਂ ਫਿਰ ਕੁਛ ਵਿੱਚ ਦਾ ਵੀ ਹੋ ਸਕਦਾ। ਅਸੀਂ ਫਿਰ ਈਅਰ ਦੇ ਹਿਸਾਬ ਨਾਲ ਵੀ ਦੱਸ ਸਕਦੇ ਹਾਂ ਬਈ 2022 ਤੋਂ ਲੈ ਕੇ 2029 ਤੱਕ ਇਹ ਤੁਹਾਡਾ ਜੀ ਗੋਲਡਨ ਪੀਰੀਅਡ ਹੈਗਾ, ਜਿੰਨੀ ਜ਼ਿਆਦਾ ਮਿਹਨਤ ਕਰ ਲਓ ਤੁਹਾਡਾ ਭਾਗਯ ਬਿਲਕੁਲ ਤੁਹਾਡੇ ਹੱਥ ਵਿੱਚ ਹੈਗਾ, ਯਾਨੀ ਤੁਸੀਂ ਮਿੱਟੀ 'ਚ ਵੀ ਹੱਥ ਪਾਓਗੇ ਤੁਹਾਨੂੰ ਸੋਨਾ ਬਣ ਕੇ ਪ੍ਰੋਫਿਟ ਦਊਗੀ। ਕਈ ਬੰਦੇ ਕਹਿੰਦੇ ਜੀ ਐਨ ਆਹ ਟਾਈਮ ਤੇਰਾ ਆ ਗਿਆ ਵੀ ਜੋ ਵੀ ਮਰਜ਼ੀ ਕਰ ਲਾ ਉਹ ਸਕਸੈਸ ਵੱਲ ਜਾਊਗਾ। ਕਈ ਵਾਰੀ ਹੁਣ ਇਸੇ ਘਰ ਨੂੰ ਜ਼ਿਕਰ ਕਰਦੇ ਹੋਏ ਆਪਾਂ ਕਹਿੰਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਸੀਗਾ ਵੀ ਹਾਂ ਬਈ ਇਹ ਵਧੀਆ ਘਰ ਆ, ਜਿੱਦਾਂ ਮੀਨ ਹਰ ਪਾਸਿਓਂ ਜੀ ਮੇਰੇ ਹਿਸਾਬ ਨਾਲ ਜੀ, ਅਤੇ ਬਾਕੀ ਤੁਹਾਨੂੰ ਪਤਾ ਵੀ ਘਰ ਇਹ ਜਿੱਦਾਂ ਹੁਣ ਘਰ ਆ, ਜਿੱਦਾਂ ਮੰਨ ਲਓ 24 ਘਰ ਆ, ਮੈਂ ਥੋੜ੍ਹਾ ਜਿਹਾ ਹਟ ਕੇ ਗੱਲ ਕਰਨ ਲੱਗਾ ਸੀਗਾ, 24 ਘਰ ਆ, ਮੰਨ ਲਓ ਇਹ ਸਾਰੇ ਘਰ ਜਿਹੜੇ ਇੱਕੋ ਜਗ੍ਹਾ 'ਤੇ ਬੈਠ ਸਕਦੇ ਇੱਕ 'ਤੇ? ਨਹੀਂ 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 ਨਹੀਂ, ਇਹ ਥੋੜ੍ਹਾ ਜਿਹਾ ਕਨਫਿਊਜ਼ਨ ਇਸ ਚੀਜ਼ ਦੀ ਹੈਗੀ ਹੈ ਕਿ ਜਿਹੜੇ ਟੋਟਲ ਘਰ ਹੈਗੇ ਉਹ 12 ਆ, ਘਰ 12 ਹੈਗੇ, ਗ੍ਰਹਿ 9 ਹੈਗੇ, ਹਾਂਜੀ ਠੀਕ ਹੈ। ਇਹ ਨਹੀਂ 12 ਜਿੱਦਾਂ ਪਹਿਲੇ ਵੀ ਜ਼ਿਕਰ ਕੀਤਾ ਸੀਗੇ, ਇੱਕ ਕੁੰਡਲੀ ਦੇ 12 ਘਰ ਹੈਗੇ ਆ, ਮੈਂ ਤੁਹਾਨੂੰ ਗ੍ਰਾਫ ਦਿਖਾਉਣਾ ਸਾਡੇ ਦਰਸ਼ਕਾਂ ਨੂੰ ਤਾਂ ਕਿ ਉਹਨਾਂ ਨੂੰ ਇਹ ਗੱਲ ਪਤਾ ਲੱਗ ਜਾਵੇ, ਸਮਝੋ ਤਸੱਲੀ ਹੋ ਜਾਵੇ। ਆ ਇੱਕ ਛੋਟੀ ਜਿਹੀ ਕੁੰਡਲੀ ਹੈਗੀ ਹੈ, ਜਦੋਂ ਕਿਤੇ ਜਾਓ ਆ ਇੱਕ ਰੈਕਟੈਂਗਲ ਬਣਾਓ, ਕੋਨੇ ਤੋਂ ਕੋਨਾ ਮਿਲਾ ਦਿਓ, ਅਤੇ ਸਾਈਡ ਵਾਲੀ ਦੁਬਾਰਾ ਦੇ ਮਿਡਲ ਟੂ ਮਿਡਲ ਤੁਸੀਂ ਮਿਲਾਓ, ਇਹ 12 ਘਰ ਹੈਗੇ, 1 2 3 4 5 6 7 8 9 10 11 12 ਘਰਾਂ ਦੇ ਵਿੱਚ ਹੀ, ਯਾਨੀ 12 ਰਾਸ਼ੀਆਂ ਹੈਗੀ ਜਿਹੜੀ ਗੱਲ, 12 ਘਰਾਂ ਦੇ ਵਿੱਚ
ਹੀ ਤੁਹਾਡੀ ਸਾਰੀ ਲਾਈਫ ਦਾ ਸਾਰ ਹੈ। ਕਈਆਂ ਨੂੰ ਕਨਫਿਊਜ਼ ਹੁੰਦਾ ਜੀ 12 ਕਾ 9 ਗ੍ਰਹਿ, ਜਿਹਨੇ ਗ੍ਰਹਿ ਚੇਂਜ ਹੋ ਸਕਦੇ, ਘਰ ਨਹੀਂ ਚੇਂਜ ਹੋ ਸਕਦੇ। ਘਰ ਨਹੀਂ ਚੇਂਜ ਹੈ ਉਸ, ਜਿੱਦਾਂ ਕਹਿ ਲਓ ਕਿ ਤੁਹਾਡੇ ਘਰ 'ਚ 4 ਕਮਰੇ ਹੈਗੇ, ਤੁਸੀਂ ਕਮਰੇ ਨਹੀਂ ਬਦਲ ਸਕਦੇ। ਹਾਂ, ਬੰਦੇ ਬਦਲ ਦੋਗੇ, ਗੈਸਟ ਇੱਧਰ ਉੱਧਰ ਕਰ ਲੈ ਸਕਦੇ ਆ ਜੀ, ਹੈ ਨਾ, ਬੱਚੇ ਇੱਧਰ ਕਰ ਸਕਦੇ ਆ, ਉੱਪਰੋਂ ਥੱਲੇ ਆ, ਇੱਧਰ ਉੱਧਰੋਂ ਕਰ ਸਕਦੇ, ਜਾਣੀ ਕਹਿੰਦਾ ਵਾ ਗ੍ਰਹਿ ਹੀ ਘੁੰਮ ਸਕਦੇ ਆ, ਘਰ ਨਹੀਂ ਘੁੰਮਾ ਸਕਦੇ। ਜੀ 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 ਕਈਆਂ ਨੂੰ ਕਨਫਿਊਜ਼ ਹੁੰਦਾ ਵੀ, ਤਾਂ ਮੈਂ ਇਸ ਕਰਕੇ ਜ਼ਿਕਰ ਕੀਤਾ ਸੀਗਾ ਵੀ ਕਈ ਬੰਦੇ ਕਹਿੰਦੇ ਜੀ 12 ਘਰ 9 ਗ੍ਰਹਿ ਤੇ ਇਹ ਕਿੱਦਾਂ ਵਰਕ ਕਰਦੇ ਆ, ਠੀਕ ਨਹੀਂ ਜੀ। ਤੇ ਕਈ ਤੁਸੀਂ ਜ਼ਿਕਰ ਕੀਤਾ ਸੀਗਾ ਇੱਕ ਘਰ ਦੇ ਵਿੱਚ 2 ਵੀ ਘਰ ਗ੍ਰਹਿ ਬੈਠ ਸਕਦੇ ਆ, 3 ਵੀ ਬੈਠ ਸਕਦੇ ਆ, 4 5 ਵੀ ਹੋ ਸਕਦੇ ਹੈਗੇ ਆ, ਤੇ ਰੇਅਰ ਕੋਈ ਕੁੰਡਲੀਆਂ ਹੁੰਦੀਆਂ ਜਿਨ੍ਹਾਂ 'ਚ 6-6 7-7 ਘਰ ਵੀ ਵਿੱਚ ਬਹਿ ਸਕਦੇ ਹੈਗੇ ਆ। ਹਾਂਜੀ, ਠੀਕ ਹੈ ਜੀ। ਤਾਂ ਉਹ ਵਾਪਸ ਚਲਦੇ ਆ 9ਵੇਂ ਘਰ ਦੇ ਜ਼ਿਕਰ ਕਰਦੇ ਸੀਗੇ, ਭਾਗਯ ਉਦੇ, ਇਹ ਘਰ ਤੁਹਾਡਾ ਭਾਗਯ ਵੀ ਉਦੇ ਕਰਦਾ ਹੈ, ਇਹ ਦੱਸਦਾ ਹੈ ਬੇਸਿਕਲੀ, ਇਹਨੂੰ ਦੇਖ ਕੇ ਅਸੀਂ ਸਟੱਡੀ ਕਰ ਸਕਦੇ ਹੈਗੇ। ਉਸ ਤੋਂ ਬਾਅਦ ਬੁੱਧੀਮਤਾ, ਯਾਨੀ ਕਿ ਤੁਸੀਂ ਤੁਹਾਡੇ 'ਚ ਇੰਟੈਲੀਜੈਂਸ ਕਿੰਨੀ ਹੈਗੀ ਹੈ, ਇਹ ਘਰ ਨੂੰ ਦੇਖ ਕੇ ਦੱਸਿਆ ਜਾ ਸਕਦਾ। ਉਸ ਘਰ ਵਿੱਚ ਜਿਹੜਾ ਵੀ ਗ੍ਰਹਿ ਉੱਥੇ ਬੈਠਾ ਆ, ਠੀਕ ਹੈ, ਉਹ ਗ੍ਰਹਿ ਆਪਣੇ ਆਪ ਦੇ ਵਿੱਚ ਕਿੰਨਾ ਪਾਵਰ ਦੇ ਵਿੱਚ ਹੈ, ਠੀਕ ਹੈ ਜੀ, ਠੀਕ ਹੈ। ਅਤੇ ਨਾਲੇ ਉਹ ਲਾਭ ਸਥਾਨ 'ਚੋਂ ਆਇਆ, ਲਾਭੇਸ਼ ਹੈ, ਲਗਨੇਸ਼ ਹੈ, ਕਾਫੀ ਸਾਰੇ ਹੋਰ ਸ਼ਬਦ ਹੈਗੇ ਨੇ ਕਿਹੜੇ ਕਿਹੜੇ ਜੀ, ਕਿ ਜਿਹੜਾ ਵੀ ਘਰ ਹੈ ਉੱਚ ਗ੍ਰਹਿ ਬੈਠਾ ਹੈ, ਨੀਚ ਗ੍ਰਹਿ ਬੈਠਾ ਹੈ, ਉਹਦੀ ਪਾਵਰ ਆਪਣੇ ਆਪ 'ਚ ਕਿੰਨੀ ਲੈ ਕੇ ਆਇਆ ਹੈਗਾ ਜਿੱਥੇ ਉਹ ਬੈਠਾ ਆ, ਅਤੇ ਤੁਹਾਨੂੰ ਉਹ ਕਿਤਨਾ ਜ਼ਿਆਦਾ ਆਸ ਪਾਸ ਦਾ ਕੋਈ ਜਿਹੜਾ ਨੀਚ ਗ੍ਰਹਿ ਬੈਠਾ ਜਿਹੜਾ ਤੁਹਾਨੂੰ ਨੁਕਸਾਨ ਕਰ ਸਕਦਾ, ਉਹਦੇ 'ਤੇ ਉਸਦਾ ਕਿਤਨਾ ਕੰਟਰੋਲ ਹੈਗਾ, ਉਸ ਚੀਜ਼ ਨੂੰ ਦੇਖ ਕੇ ਇਹ ਦੱਸਿਆ ਜਾ ਸਕਦਾ ਕਿ ਇੱਥੇ ਰਹਿਣ ਵਾਲਾ ਪਰਸਨ ਇਸ ਕੁੰਡਲੀ 'ਚ ਇਸ ਘਰ 'ਚ ਬੈਠਾ ਹੋਇਆ ਗ੍ਰਹਿ ਇਹ ਤੁਹਾਨੂੰ ਆਪਣੇ ਆਪ 'ਚ ਬਹੁਤ ਜ਼ਿਆਦਾ ਇੰਟੈਲੀਜੈਂਸ ਦੇ ਰਿਹਾ ਹੈਗਾ, ਤੁਹਾਨੂੰ 1000 ਬੰਦਿਆਂ ਤੋਂ ਇੱਕ ਅਲੱਗ ਲੈਵਲ ਤੁਹਾਨੂੰ ਮਿਲਦਾ ਆ, ਠੀਕ ਹੈ ਜੀ, ਠੀਕ ਹੈ ਨੀ, ਤੁਹਾਡੀ ਇੱਕ ਡਿਫਰੈਂਟ ਪਰਸਨੈਲਿਟੀ ਹੋ ਜਾਂਦੀ ਹੈਗੀ, ਆਪਣੇ ਆਪ ਨੂੰ ਡਿਵੈਲਪ ਕਰਦਾ ਆ। ਉਸ ਤੋਂ ਬਾਅਦ ਇਸ ਘਰ ਨੂੰ ਇਹਨੂੰ ਇਹਨੂੰ ਇਸੇ ਘਰ ਨੂੰ ਪਿਤਾ ਦਾ ਭਾਵ ਵੀ ਕਹਿੰਦੇ ਹੈਗੇ ਹਾਂ ਅਸੀਂ, ਨੌਵਾਂ ਭਾਵ ਜਿਹੜਾ ਹੈਗਾ, ਨੌਵਾਂ ਘਰ ਹੈ, ਇਹਨੂੰ ਪਿਤਾ ਦਾ ਭਾਵ ਵੀ ਕਿਹਾ ਜਾ ਸਕਦਾ ਹੈਗਾ। ਉਸ ਤੋਂ ਬਾਅਦ ਇਸ ਘਰ ਨੂੰ ਦੇਖ ਕੇ ਗੁਰੂ ਦਾ ਵੀ ਪਤਾ ਚੱਲ ਜਾਂਦਾ ਹੈਗਾ ਬਈ ਤੁਸੀਂ ਆਪਣੀ ਲਾਈਫ ਦੇ ਵਿੱਚ ਤੁਹਾਨੂੰ ਕਿਸੇ ਗੁਰੂ ਨੂੰ ਤੁਸੀਂ ਫੋਲੋ ਕਰੋਗੇ ਜਾਂ ਨਹੀਂ ਕਰੋਗੇ, ਯਾਨੀ ਕਿ ਗੁਰੂ ਤੁਹਾਡਾ ਅਧਿਆਤਮਿਕ ਗੁਰੂ ਵੀ ਹੋ ਸਕਦਾ ਹੈਗਾ, ਤੁਹਾਡਾ ਕੰਮ ਦਾ ਗੁਰੂ ਵੀ ਹੋ ਸਕਦਾ ਹੈਗਾ, ਜਿਹੜਾ ਕਿ ਤੁਹਾਨੂੰ ਕੰਪਲੀਟਲੀ ਇਸ ਬਾਰੇ ਮੈਂਟੋਰ ਜਿਹਨੂੰ ਕਹਿ ਲਓਗੇ ਤੁਹਾਡੀ ਲੈਂਗੁਏਜ ਦੇ ਵਿੱਚ, ਜਿਹੜਾ ਤੁਹਾਨੂੰ ਮੈਂਟਰਿੰਗ ਕਰਦਾ ਰਹਿੰਦਾ ਹੈਗਾ ਕਿ ਤੁਸੀਂ ਆਪਣੀ ਲਾਈਫ ਨੂੰ ਇੱਦਾਂ ਸਟੱਡੀ ਕਰੋ। ਜੇ ਤੁਸੀਂ ਬਿਜ਼ਨਸ ਵਿੱਚ ਜਾ ਰਹੇ ਹੈਗੇ ਹੋ ਉਹ ਤੁਹਾਨੂੰ ਬੇਸਿਕਲੀ ਇੱਕ ਤੁਹਾਡਾ ਗਾਈਡ ਬਣ ਜਾਂਦਾ ਹੈਗਾ, ਤੁਹਾਨੂੰ ਕੰਪਲੀਟਲੀ ਗਾਈਡ ਕਰਦਾ ਰਹਿੰਦਾ ਹੈਗਾ। ਇਸੇ ਘਰ ਨੂੰ ਦੇਖ ਕੇ ਇਹ ਵੀ ਪਤਾ ਚੱਲ ਜਾਂਦਾ ਹੈਗਾ ਕਿ ਕੱਲ੍ਹ ਨੂੰ ਤੁਹਾਡੇ ਵਿੱਚ ਉਹ ਕੈਪੇਬਿਲਿਟੀਜ਼ ਆਉਣਗੀਆਂ, ਇੰਟੈਲੀਜੈਂਸ ਉਸ ਲੈਵਲ ਦੀ ਹੋਏਗੀ ਜਾਂ ਨਹੀਂ, ਜਿਸ ਕਰਕੇ ਕੱਲ੍ਹ ਨੂੰ ਤੁਸੀਂ ਵੀ ਲੋਕਾਂ ਨੂੰ ਗਾਈਡ ਕਰ ਸਕੋ। ਇਹ ਆਪਣੇ ਆਪ 'ਚ ਇਹ ਘਰ ਬੇਸਿਕਲੀ ਇਹ ਦੱਸਦਾ ਹੈਗਾ ਕਿ ਕਿਸੇ ਇਨਸਾਨ ਦੇ ਵਿੱਚ ਸੰਤ ਸੁਭਾਅ ਕਿੰਨਾ ਕੁ ਹੈਗਾ, ਕਿ ਉਹ ਆਪਣੇ ਆਪ ਦੇ ਵਿੱਚ ਕਿਸੇ ਐਸੇ ਵੱਡੇ ਅਹੁਦੇ ਦੇ ਵਿੱਚ ਜਾ ਸਕਦਾ ਜਿੱਥੇ ਕਿ ਉਹਦੇ ਡਿਸਿਪਲਿਨ ਹੋਣ, ਯਾਨੀ ਕਿ ਲੋਕ ਉਸਨੂੰ ਫੋਲੋ ਕਰਨਾ ਸ਼ੁਰੂ ਕਰਦੇ। ਜਾਣੀ ਕਹਿੰਦਾ ਭਾਵ ਪਹਿਲਾਂ ਤਾਂ ਆਪ ਉਸਤਾਦ ਕੋਲ ਸਿੱਖਿਆ ਅਤੇ ਫਿਰ ਉਸਤਾਦ ਦੀਆਂ ਗੱਲਾਂ ਜਿਹੜੀਆਂ ਕਿ ਅੱਗੇ ਸਿਖਾਉਂਦੇ ਪਏ ਆ, ਉਹ ਇੱਕ ਕਹਿ ਲਓ ਇਹ ਨੌਵੇਂ ਗ੍ਰਹਿ ਦਾ ਜਿਹੜਾ ਹੈਗਾ ਆ, ਇਹ ਨੌਵਾਂ ਘਰ, ਨੌਵਾਂ ਘਰ, ਸੋਰੀ, ਇਸ ਨੂੰ ਦੱਸਦਾ। ਉਸ ਤੋਂ ਬਾਅਦ ਇਸੇ ਘਰ ਨੂੰ ਬੜਾ ਹੀ ਕਾਮਨ ਕੁਐਸਚਨ ਜਿਹਨਾਂ ਨੂੰ ਹੁੰਦਾ ਹੈ ਕਿ ਸਾਡਾ ਵਿਦੇਸ਼ ਯੋਗ ਬਣਦਾ ਹੈ ਕਿ ਨਹੀਂ, ਕਦੀ ਕਦੀ ਸਾਨੂੰ ਲਾਈਫ ਦੇ ਵਿੱਚ ਦੁਨੀਆ ਦੇ ਵਿੱਚ ਵਿਦੇਸ਼ ਜਾਣ ਨੂੰ ਮਿਲੇਗਾ। ਵਿਦੇਸ਼ ਯਾਨੀ ਜਨਮ ਸਥਾਨ, ਜਿੱਥੇ ਬੰਦਾ ਜਨਮਿਆ ਉਸ ਛੱਡ ਕੇ ਭਾਵੇਂ ਕਿਤੇ ਵੀ ਹੋ ਸਕਦਾ, ਜਾਂ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਜਾਂ ਉਹ ਚੰਡੀਗੜ੍ਹ ਚਲੇ ਗਿਆ, ਜਾਂ ਕਿਤੇ ਚਲੇ ਗਿਆ ਰਹਿਣ ਲਈ, ਉਹ ਵੀ ਵਿਦੇਸ਼ੀ ਹੋ ਗਿਆ ਜੀ। ਬਿਲਕੁਲ ਬਿਲਕੁਲ, ਇਹ ਨਹੀਂ ਵੀ ਜ਼ਰੂਰੀ ਤੁਸੀਂ ਕਨੇਡਾ ਜਾਂ ਅਮੈਰੀਕਾ ਦੇ ਵਿੱਚ ਹੀ ਆਉਣਾ ਆ, ਅਤੇ ਇਹ ਗ੍ਰਹਿ ਵੱਖਰੇ ਵੱਖਰੇ ਢੰਗ ਨਾਲ ਹੀ ਦੱਸ ਰਹੇ ਆ, ਕਿਉਂਕਿ ਜਿਸ ਹਿਸਾਬ ਨਾਲ ਪੰਡਿਤ ਜੀ ਨੇ ਦੱਸਿਆ ਅੱਜ ਨੌਵੇਂ ਗ੍ਰਹਿ ਬਾਰੇ, ਮੇਰਾ ਖਿਆਲ ਇਹ ਘਰ ਜਿਹੜਾ ਕਿ ਹਾਲੇ ਥੋੜ੍ਹੇ ਜਿਹਾ ਜਿੱਦਾਂ ਹਾਲੇ ਬਾਕੀ ਦੀਆਂ ਰਹਿੰਦੀਆਂ ਇਹਦੇ ਕਮੀ ਜਿੱਦਾਂ ਕਮੀਆਂ ਕਹਿ ਲਓ, ਸੋਰੀ, ਖੂਬੀਆਂ ਰਹਿੰਦੀਆਂ ਆ। ਇਸ ਤੋਂ ਪਹਿਲਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਦੋਸਤੋ, ਇਸੇ ਤਰ੍ਹਾਂ ਆਪਣਾ ਪੰਜਾਬ ਟੀਵੀ ਦੇਖਦੇ ਰਹਿਣਾ, ਅਸੀਂ ਹੁਣੇ ਗਏ ਤੇ ਹੁਣੇ ਵਾਪਸ ਆਏ। ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ, ਪੇਂਟਿੰਗ, ਪਲੰਬਿੰਗ ਅਤੇ ਫਲੋਰਿੰਗ ਦਾ ਤਸੱਲੀ ਬਖਸ਼ ਅਤੇ ਟਾਈਮ ਤੇ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਚੀਨਾ ਰੈਨੋਵੇਸ਼ਨ, ਫੋਨ ਨੰਬਰ 6478232013, 6478232013। ਮੇਰਾ ਕਿੱਤਾ ਹਰ ਸ਼ਿੰਗਾਰ ਨੀ ਫੈਂਸੀ ਜੁਲਰ ਨੇ, ਸਭ ਪੁੱਛਣ ਬਾਰੰਬਾਰ ਨੀ ਫੈਂਸੀ ਜੁਲਰ ਨੇ, ਕੰਗਣ ਕਲੇ ਬਾਣੀਆਂ ਚੁਮਕੇ ਕੰਨੀ ਤੇ ਨਾਲ ਹਾਰ ਨੀ ਫੈਂਸੀ ਜੁਲਰ ਨੇ। ਫੈਂਸੀ ਜੁਲਰਸ, pure 22 and 24 karat gold, huge jewelry sale, fancy jewelers, 7086 airport road, unit number 2, Mississauga.
Fancy Jewelers. Welcome to Punjabi by Nature. Ji haan, Punjabi by Nature te tusi har tarah de Punjabi te Bharti khane da swaad maan sakde ho. Punjabi by Nature te aake sit down dinner karo ya take out karo ya fir catering karwao 905-794-4667. Punjab Sports Canada te lagi hai bhari sale, track suits, cricket da samaan, winter jacket, sweaters, bhangde diyan vardiyan, jago, chhaj madaniyan di shopping waste aaj hi pujjo 2500 Steels Avenue East, Unit 15, Brampton vich, Torbamti Steel di nukkar te. Punjab Sports Canada 905-789-7664. Jit dosto, break to baad phir tuhanu swagat hai jehda ki apna Punjab TV de vich call kar rahe hain, unhan da vi bahut bahut swagat hai. ਜਿਸ ਤਰ੍ਹਾਂ ਆਪਾਂ ਹਰੇਕ ਦੀ ਤਰ੍ਹਾਂ ਪੜ੍ਹਦੇ ਆਪਾਂ ਦੱਸਦੇ ਹੁੰਦੇ ਹਾਂ ਬਈ ਜਿਹੜੇ ਕਿ ਸਾਡੇ ਜਿੰਨੇ ਵੀ ਸਾਡੇ ਸਰੋਤੇ ਜਾਂ ਦੇਖ ਰਹੇ ਆ ਆਪਣਾ ਪੰਜਾਬ ਟੀ ਵੀ 'ਤੇ ਜਾਂ ਫਿਰ ਉਹ ਫੇਸਬੁੱਕ ਰਾਹੀਂ ਸਾਨੂੰ ਵੀ ਕਾਲ ਕਰ ਰਹੇ ਆ ਨਾ, ਉਹਨਾਂ ਦਾ ਬਹੁਤ ਬਹੁਤ ਥੈਂਕ ਯੂ। ਇਹਨਾਂ ਤੋਂ ਬਜਾਏ ਆਪਾਂ ਕੁਛ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦੇ ਹੰਗਾਰੇ ਨਾਲ ਹੀ ਆਪਣਾ ਪੰਜਾਬ ਟੀ ਵੀ ਚੱਲਦਾ ਹੈ। ਹਾਂਜੀ, ਇੱਕ ਕਾਲ ਲੈਂਦੇ ਹਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਆਪਣੇ ਬੇਟੇ ਬਾਰੇ ਪੁੱਛਣਾ ਸੀਗਾ? ਹਾਂਜੀ ਹਾਂਜੀ, ਬੇਟੇ ਬਾਰੇ ਪੁੱਛਣਾ ਭਾਜੀ। ਉਹ ਮੇਰੇ ਬੇਟੇ ਦਾ ਬਰਥ ਡੇਟ, ਹਾਂਜੀ, ਮਤਲਬ 5 ਜਨਵਰੀ, ਹਾਂਜੀ, 1988, ਹਾਂਜੀ, ਦਿਨ ਮੰਗਲਵਾਰ। ਉਹਨਾਂ ਦੀ ਲਾਈਫ ਬਾਰੇ ਮੈਂ ਪੁੱਛਣਾ ਚਾਹੁੰਦੀ। ਉਹਦਾ ਆਪਣਾ ਘਰ ਨਹੀਂ ਆ, ਟਾਈਮ ਦੱਸੋ ਪਲੀਜ਼। ਕਦੋਂ ਬਣੇਗਾ? 4:30 ਵਜੇ। ਸਾਡੇ ਕਿਹੜੀ ਜਗ੍ਹਾ ਜੀ? ਫਰੀਦਾਬਾਦ ਜੀ। ਫਰੀਦਾਬਾਦ, ਹਾਂਜੀ, ਠੀਕ ਹੈ ਜੀ। ਘਰ ਤੇ ਹੈ ਸੀ ਪਹਿਲੇ, ਛੋਟਾ ਜਿਹਾ ਸੀਗਾ ਤੇ ਉਹ ਅਸੀਂ ਛੋੜ ਆਏ ਘਰ, ਤੇ ਰੈਂਟ ਤੇ ਰਹਿ ਰਹੇ ਹੁਣ ਅਸੀਂ। ਕੋਈ ਨਹੀਂ ਜੀ, 5 ਜਨਵਰੀ 1988 4:30 ਸਵੇਰੇ ਦੇ ਟਾਈਮ ਹੈਗਾ ਜੀ। ਹਾਂਜੀ, 4:30 ਦਾ ਤੇ ਫਰੀਦਾਬਾਦ। ਹਾਂਜੀ, ਫਰੀਦਾਬਾਦ। ਤੇ ਇਹਨਾਂ ਦੇ ਲਾਈਫ ਬਾਰੇ ਪੁੱਛਣਾ ਵੀ, ਹਾਂ ਵੀ ਕਿਉਂ ਸਟਰਗਲ ਕਰ ਰਹੇ ਆ ਜਾਂ ਫਿਰ ਕਿਉਂ ਨਹੀਂ ਆਪਣਾ ਘਰ ਬਣ ਰਿਹਾ ਜੀ? ਠੀਕ ਹੈ ਜੀ। ਹਾਂਜੀ, ਕੋਸ਼ਿਸ਼ ਬਹੁਤ ਆ, ਮਿਹਨਤ ਬਹੁਤ ਕਰਦਾ, ਲੇਕਿਨ ਪਤਾ ਨਹੀਂ ਕਿਉਂ ਨਹੀਂ ਕਰਦਾ ਲਿਆ। ਹੁਣੇ ਪੰਡ ਜੀ ਤੁਹਾਡੇ ਮੇਰਾ ਖਿਆਲ ਜਨਮ ਪੱਤਰੀ ਖੋਲ ਕੇ ਬੈਠੇ ਹੋਏ ਆ। ਖੋਲ ਕੇ ਕਿਤੇ ਮੈਨੂੰ ਦੱਸੋ, ਇਹਨਾਂ ਦਾ ਸ਼ਾਦੀ ਹੋ ਗਈ ਹੈ ਹਨਾ? ਹਾਂਜੀ, ਸ਼ਾਦੀ ਹੋ ਗਈ, ਬੱਚਾ ਵੀ ਆਇਆ ਇੱਕ ਜੀ, 1 ਸਾਲ ਦਾ ਬੱਚਾ। ਬਿਲਕੁਲ ਠੀਕ ਹੈ। ਇਹਨਾਂ ਇਹ ਮੰਗਲੀਕ ਹੈਗੇ, ਤੁਹਾਨੂੰ ਪਤਾ ਹੋਣਾ? ਹਾਂਜੀ ਹਾਂਜੀ, ਮੰਗਲੀਕ, ਦੋਨੋਂ ਮੰਗਲੀਕ ਆ। ਠੀਕ ਆ, ਹੋਰ ਵੀ ਮੰਗਲੀਕ ਆ ਜੀ। ਬਿਲਕੁਲ ਠੀਕ ਆ, ਬਸ ਕੋਈ ਨਾ, ਬਸ ਇਹ ਪੁੱਛਣਾ ਸੀਗਾ ਤੁਹਾਨੂੰ। ਤੇ ਕਰੰਟਲੀ ਕਹੋ ਕਿ ਇਹਨਾਂ ਦੀ ਬੁੱਚ ਸੂਰਜ ਦੀ ਦਸ਼ਾ ਹੈਗੀ। ਤੁਸੀਂ ਮਾਰਚ 2018 ਤੱਕ ਇਹ ਜਿੰਨਾ ਵੀ ਆਪਣੇ ਆਪ 'ਚ ਮਿਹਨਤ ਕਰ ਲਵੇ, ਇਹਨੂੰ ਕੁਛ ਉਹ ਰਿਜ਼ਲਟ ਪੋਜ਼ਿਟਿਵ ਮਿਲਣ ਵਾਲਾ ਨਹੀਂ ਹੈਗਾ, ਨਹੀਂ ਮਿਲੇਗਾ। ਬਹੁਤ ਬਹੁਤ ਹਾਰਡਲੀ ਕਹਿ ਲਓ ਕਿ ਰੇਅਰ ਚਾਂਸਿਸ ਹੈਗੇ ਹੈ। ਥੋੜ੍ਹਾ ਜਿਹਾ ਇੱਕ ਗ੍ਰਹਿ ਦਾ ਯੋਗ ਐਸਾ ਬਣ ਰਿਹਾ ਹੈਗਾ ਜਿਸ ਕਰਕੇ ਇਸ ਨੂੰ ਪਰੇਸ਼ਾਨੀ ਵੀ ਹੋ ਰਹੀ ਹੈਗੀ ਹੈ, ਅਤੇ ਆਪਣੇ ਆਪ ਨੂੰ ਫੋਕਸ ਨਹੀਂ ਕਰ ਪਾ ਰਿਹਾ, ਅਤੇ ਥੋੜ੍ਹਾ ਕੁਛ ਡਿਸੀਜ਼ਨ ਲੈ ਨਹੀਂ ਪਾ ਰਿਹਾ ਹੈਗਾ। ਇਹਦੇ ਕੋਲ ਕਰੰਟਲੀ ਆਫਰਸ ਵੀ ਆ ਰਹੀਆਂ ਹੋਣਗੀਆਂ ਨੌਕਰੀ ਵਾਸਤੇ, ਠੀਕ ਹੈ। ਤੇ ਲੇਕਿਨ ਬਿਜ਼ਨਸ ਕਰ ਰਿਹਾ ਪੰਡਿਤ ਜੀ, ਬਿਜ਼ਨਸ ਕਰ ਰਿਹਾ ਇਹ ਤੇ ਫੋਰਨ ਮਾਲ ਆਉਂਦਾ ਇਹਨਾਂ ਦਾ। ਨਹੀਂ ਨਹੀਂ ਨਹੀਂ, ਉਹ ਗੱਲ ਤਾਂ ਤੁਹਾਡੀ ਮੈਂ ਠੀਕ ਨਹੀਂ, ਬਿਜ਼ਨਸ ਤਾਂ ਕਰ ਰਿਹਾ ਹੈਗਾ, ਪਰ ਮੈਂ ਆਪਣੇ ਵੱਲੋਂ ਕਹਿ ਰਿਹਾ ਕਿ ਇਹਨੂੰ ਅਪੋਰਚੁਨਿਟੀਜ਼ ਆ ਰਹੀਆਂ ਹੋਣੀਆਂ। ਜੇ ਤੁਸੀਂ ਇਹਨਾਂ ਜ਼ਿਕਰ ਕਰੋਗੇ ਤੁਹਾਨੂੰ ਦੱਸੂਗਾ ਕਿ ਸ਼ਾਇਦ ਐਸਾ ਕੁਛ ਇਹਨੂੰ ਪਲੈਨਿੰਗ ਜਾਂ ਕਿ ਟੂ ਮੇਕ ਇਟ ਈਜ਼ੀ ਫੋਰ ਯੂ, ਕਿ ਇਹਨੂੰ ਕੁਛ ਐਸੀ ਆਪਸ਼ਨਸ ਇਹਦੇ ਹੱਥ ਵਿੱਚ ਆ ਰਹੀ ਹੈ ਜਿਹਦੇ ਵਿੱਚ ਇਹਨੂੰ ਐਸਾ ਲੱਗ ਰਿਹਾ ਹੋਵੇ ਕਿ ਇਹਨੂੰ ਇਹ ਜਗ੍ਹਾ ਛੋੜ ਕੇ ਕਿੱਥੇ ਜਾਣਾ ਪੈਣਾ। ਹਾਂ, ਛੋੜਨਾ ਨਹੀਂ ਚਾਹੁੰਦਾ ਹੈਗਾ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਅਤੇ ਲੇਕਿਨ ਕੁਛ ਸਿਚੁਏਸ਼ਨ ਕਹਿ ਲਓ ਕਿ ਇਹ ਗ੍ਰਹਾਂ ਦਾ ਯੋਗ ਐਸਾ ਬਣ ਰਿਹਾ ਜਿਸ ਕਰਕੇ ਆਪਣੇ ਆਪ 'ਚ ਥੋੜ੍ਹਾ ਜਿਹਾ ਉਖੜਿਆ ਹੋਇਆ। ਇਹਨੂੰ ਬੋਲੋ ਥੋੜ੍ਹਾ ਜਿਹਾ ਕਿ ਇਹ ਜਿਸ ਤਰੀਕੇ ਨਾਲ ਕਰਕੇ ਸਾਰਾ ਕੁਝ ਸਟੱਡੀ ਕਰਕੇ ਆਪਣੇ ਬਿਜ਼ਨਸ ਦੇ ਦੁਆਰਾ ਇੱਕ ਵਾਰੀ ਕੰਪਲੀਟਲੀ ਥੋਰਲੀ ਸਟੱਡੀ ਕਰੇ ਅਤੇ ਦੇਖੇ ਵੀ ਕਿੱਥੇ ਚੀਜ਼ ਗਲਤ ਜਾ ਰਹੀ ਹੈਗੀ ਹੈ। ਅਤੇ ਸਿਰਫ ਮਾਰਚ 2018, ਬਲਕਿ ਮਾਰਚ ਦਾ ਪਹਿਲਾ ਹਫ਼ਤਾ ਹੀ ਹੈਗਾ ਸਮਝ ਲਓ, ਉਦੋਂ ਤੱਕ ਕਿਸੇ ਵੀ ਤਰੀਕੇ ਨਾਲ ਆਪਣੇ ਕੰਮ ਨੂੰ ਥੋੜ੍ਹਾ ਜਿਹਾ ਕੰਟਰੋਲ 'ਚ ਕਰ ਲਿਆ ਜਿੱਥੇ ਲੱਗ ਰਿਹਾ ਕਿ ਇਹਨੂੰ ਇਦੋਂ ਕੁਛ ਵੀ ਮੁਸ਼ਕਲ ਆ ਰਹੀ ਹੈਗੀ ਹੈ। ਅਤੇ ਉਸ ਤੋਂ ਬਾਅਦ ਜਿਹੜੀ ਘਰ ਦੀ ਗੱਲ ਕਰ ਰਿਹਾ ਹੈਗਾ ਘਰ ਲੈਣ ਵਾਸਤੇ ਜਾਂ ਬਿਜ਼ਨਸ ਐਕਸਪੈਂਡ ਹੋਣ ਦਾ, ਅਤੇ ਨੈਕਸਟ ਈਅਰ ਜੂਨ ਤੋਂ ਬਾਅਦ, ਅਗਲੇ ਸਾਲ ਜੂਨ ਤੋਂ ਬਾਅਦ, ਸੋ ਆਲਮੋਸਟ ਇਹ ਅਗਸਤ ਸ਼ੁਰੂ ਹੋ ਗਿਆ, ਜੁਲਾਈ ਤੋਂ 10 ਮਹੀਨੇ ਪਏ ਹੈਗੇ, ਅਤੇ 10 ਮਹੀਨੇ ਤੋਂ ਬਾਅਦ ਇਸ ਨੂੰ ਇਹਦਾ ਘਰ ਵੀ ਬਣੂਗਾ ਅਤੇ ਇਹ ਬਿਜ਼ਨਸ ਨੂੰ ਵੀ ਐਕਸਪੈਂਡ ਕਰਨ ਦੀ ਪਲੈਨਿੰਗ ਕਰ ਰਿਹਾ ਹੋਏਗਾ ਅਤੇ ਇਹਦਾ ਬਿਜ਼ਨਸ ਵੀ ਐਕਸਪੈਂਡ ਹੋਊਗਾ ਜ਼ਰੂਰ। ਯਾਨੀ ਕਹਿਣ ਦਾ ਭਾਵ ਪੰਡਿਤ ਜੀ ਦੱਸ ਰਹੇ ਕਿ ਜਿਹੜਾ ਕਿ ਹੁਣ ਬਿਜ਼ਨਸ ਕਰ ਰਿਹਾ ਇਸ ਤੋਂ ਗਾਹਾਂ ਵਧੂਗਾ ਹੋਰ, ਠੀਕ ਹੈ, ਥੈਂਕ ਯੂ ਜੀ, ਇਹ ਹੋ ਜਾਊਗਾ। ਦੂਸਰੀ ਗੱਲ ਇਹ ਹੈਗੀ ਹੈ ਕਿ ਇਹਦੇ ਬੱਚੇ ਬਾਰੇ ਦੱਸੋ, ਮਤਲਬ ਕਿ ਬੱਚੇ ਕਿੰਨੇ ਆ? ਪਹਿਲੇ ਇਹ ਬੇਟਾ ਇੱਕ ਛੋਟਾ ਜਿਹਾ 1.5 ਸਾਲ ਦਾ। ਜੀ ਜੀ ਹਾਂਜੀ,
ਨਹੀਂ ਬੱਚੇ ਇਕੱਲੇ ਦਾ ਤਾਂ ਫਿਰ ਇਹਦੇ ਇਕੱਲੇ ਕਰਕੇ ਅਸੀਂ ਜਵਾਬ ਨਹੀਂ ਦੇ ਪਾਵਾਂਗੇ। ਬੱਚੇ ਜੇ ਕਈ ਵਾਰੀ ਹੁੰਦਾ ਕਿ ਪੁੱਛਣਾ ਕਿ ਚਲੋ ਵੀ ਬਈ ਇਹਨਾਂ ਦੇ ਚਿਲਡਰਨਸ ਵਗੈਰਾ ਕਿੰਨੇ ਹੈਗੇ, ਤਾਂ ਸਾਨੂੰ ਦੋਨਾਂ ਦੀ ਫਿਰ ਚਾਹੀਦੀ ਹੁੰਦੀ ਹੈ। ਇਕੱਲੇ ਦੇ ਬੇਸ 'ਤੇ ਅਸੀਂ ਦੱਸ ਨਹੀਂ ਪਾਉਂਦੇ ਹੋ ਤੁਹਾਨੂੰ ਉਹੋ ਜਿਹੀ ਐਗਜ਼ੈਕਟਲੀ, ਕਿਉਂਕਿ ਬਰਥਡੇ ਤਾਂ ਹੈਗਾ। ਤੁਸੀਂ ਉਹਦੇ ਵਾਸਤੇ ਕੀ ਕਰੀਓ, ਤੁਸੀਂ ਮੈਨੂੰ ਕੱਲ੍ਹ ਦੇ ਦਿਨ ਟੋਰਾਂਟੋ ਟਾਈਮ ਦੇ ਹਿਸਾਬ ਨਾਲ ਦੁਪਹਿਰ ਵਜੇ 2 ਤੋਂ ਲੈ ਕੇ 5 ਵਜੇ ਦੇ ਵਿੱਚ ਫੋਨ ਕਰੀਓ, ਕਿਉਂਕਿ ਉਹ ਜਿਹੜੀ ਕੈਲਕੂਲੇਸ਼ਨ ਹੈਗੀ ਉਹਦੇ ਵਾਸਤੇ ਸਾਨੂੰ ਥੋੜ੍ਹਾ ਜ਼ਿਆਦਾ ਟਾਈਮ ਚਾਹੀਦਾ। ਮਾਫੀ ਚਾਹਵਾਂਗੇ। ਹਾਂ, ਪਰ ਜ਼ਰੂਰ ਉਸ ਚੀਜ਼ ਦਾ ਜਵਾਬ ਦੇ ਦਿੱਤਾ ਜਾ ਸਕਦਾ ਹੈਗਾ ਤੁਹਾਨੂੰ। ਤੁਸੀਂ ਇੱਦਾਂ ਕਰੋ, ਫੋਨ ਨੰਬਰ 5 ਦਾ ਲਿਖ ਲਓ, ਸ਼ੋਅ ਤੋਂ ਬਾਅਦ ਕੱਲ੍ਹ ਨੂੰ 2 ਤੋਂ 5 ਤੁਸੀਂ ਫੋਨ ਕਰ ਲਿਓ, ਪੂਰੀ ਡਿਟੇਲ ਨਾਲ, ਭਾਵੇਂ ਅੱਧਾ ਘੰਟਾ ਲਾਇਓ, ਭਾਵੇਂ ਫਿਰ ਕੋਈ ਦੇਖੋ, ਫਿਰ ਕੋਈ ਗੱਲ ਨਹੀਂ, ਕਿਉਂਕਿ ਸਾਡਾ ਸ਼ੋਅ ਦਾ ਥੋੜ੍ਹਾ ਜਿਹਾ ਲਿਮਿਟ ਟਾਈਮ ਹੁੰਦਾ ਹੈ, ਵੀ ਕੱਲ੍ਹਾਂ ਹੋਰ ਤਾਂ ਹੁੰਦੀਆਂ ਅਤੇ ਵਿੱਚ ਨਾ ਮੇਰਾ ਫੋਨ ਜਿਹੜਾ ਨਾ ਇੰਡੀਆ ਦਾ ਵਾ। ਹਾਂਜੀ, ਚਲੋ ਠੀਕ ਆ, ਓਕੇ ਜੀ। ਹਾਂਜੀ, ਜਿਸ ਤਰ੍ਹਾਂ ਆਪਾਂ 8ਵੇਂ ਘਰ ਦੇ ਵਿੱਚ, ਸੋਰੀ 9ਵੇਂ ਘਰ ਦਾ ਜ਼ਿਕਰ ਕਰ ਰਹੇ ਸੀਗੇ ਜੀ, ਅਤੇ ਉਸ ਤੋਂ ਜਿਸ ਤਰ੍ਹਾਂ ਉਹ ਕਹਿੰਦੇ ਸੀਗੇ, ਤੁਸੀਂ ਦੱਸਿਆ, ਮੇਰਾ ਖਿਆਲ ਬਹੁਤ ਬਹੁਤ ਖੂਬੀਆਂ ਵੀ ਕਾਫ਼ੀ ਆ ਉਹਦੇ ਵਿੱਚ 9ਵੇਂ ਘਰ ਦੇ ਵਿੱਚ ਜੀ, ਅਤੇ ਪਰਸਨੈਲਿਟੀ ਨੂੰ ਕਵਰ ਕਰਦਾ ਆ ਵੀ ਹਾਂ ਵੀ ਤੁਸੀਂ 1000 ਬੰਦਿਆਂ ਦੇ ਵਿੱਚ ਖੜ੍ਹੇ ਆ ਅਤੇ ਤੁਹਾਡੀ ਪਰਸਨੈਲਿਟੀ ਡਿਫਰੈਂਟ ਹੋ ਸਕਦੀ ਹੈ ਜੀ। ਠੀਕ ਹੈ ਜੀ, ਇਸ ਤੋਂ ਪਹਿਲਾਂ ਫਿਰ ਆਪਾਂ ਕਾਲ ਨਾ ਲੈ ਲਈਏ। ਜ਼ਰੂਰ ਜ਼ਰੂਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਣਾ ਪੰਜਾਬ ਟੀਵੀ ਦੇ ਵਿੱਚ ਕਾਲ ਕਰਨ ਦਾ ਜੀ। ਹਾਂਜੀ, ਤੁਸੀਂ ਕੀ ਪੁੱਛਣਾ ਚਾਹੁੰਦੇ ਪੰਡਿਤ ਜੀ ਨੂੰ, ਅਤੇ ਡੇਟ ਆਫ ਬਰਥ ਪਹਿਲਾਂ ਦੱਸੋ ਤੁਸੀਂ। 22 ਜੂਨ 1992। 22 ਜੂਨ 1992 ਜੀ। ਔਰ ਟਾਈਮ? 9:56 ਸੁਬਹਾ। 56 AM, ਠੀਕ ਹੈ ਜੀ। ਦਿੱਲੀ ਜੀ, ਨਿਊ ਦਿੱਲੀ ਜੀ। ਠੀਕ ਹੈ ਜੀ, 22 ਜੂਨ 1992 ਸੁਬਹਾ 9:56 ਤੇ AM ਨਿਊ ਦਿੱਲੀ। ਹਾਂਜੀ, ਠੀਕ ਹੈ ਜੀ। ਲਓ ਪੰਡਿਤ ਜੀ ਨਾਲ ਗੱਲ ਕਰੋ ਜੀ। ਹੈਲੋ ਜੀ। ਹਾਂਜੀ, ਹੈਲੋ ਜੀ। ਇੱਕ ਵਾਰੀ ਮੈਂ ਦੁਬਾਰਾ ਕਨਫਰਮ ਕਰੂੰਗਾ ਤੁਹਾਡੇ ਨਾਲ ਡੇਟ ਆਫ ਬਰਥ ਅਤੇ ਟਾਈਮ। 22 ਜੂਨ 1992, 9:56 ਸਵੇਰ ਦੇ, ਅਤੇ ਦਿੱਲੀ ਇੰਡੀਆ ਦਾ ਇਹਨਾਂ ਦਾ ਬੋਰਨ ਹੈਗਾ। ਹਾਂਜੀ, ਕੁੰਭ ਰਾਸ਼ੀ ਹੈ, ਰਾਸ਼ੀ ਹੈ ਸਵਾਮੀ ਸ਼ਨੀ ਹੈਗਾ, ਅਤੇ ਤੁਸੀਂ ਦੱਸੋ ਇਹਨਾਂ ਦੇ ਬਾਰੇ ਕੀ ਪੁੱਛਣਾ ਚਾਹੁੰਦੇ ਤੁਸੀਂ? ਨੌਕਰੀ ਕਰੀ, ਨੌਕਰੀ ਨਹੀਂ ਲੱਗਦੀ। ਤਾਂ ਨੌਕਰੀ ਦੀ ਮੁਸ਼ਕਿਲ ਹੋ ਰਹੀ ਹੈ ਤੁਹਾਡੀ? ਗ੍ਰਹਿ ਤਾਂ ਆਪਣੇ ਆਪ ਦੇ ਵਿੱਚ ਪੈਲ ਦਾ ਕਿਆ ਰੁਪਏ ਘਰ ਦੇ ਵਿੱਚ, ਤੁਹਾਡੇ ਨੌਕਰੀ ਨਹੀਂ ਮਿਲ ਰਹੀ ਹੈਗੀ। ਤੁਹਾਡੇ ਗ੍ਰਹਿ ਆਪਣੇ ਆਪ ਦੀ ਕੁੰਡਲੀ ਦੇ ਵਿੱਚ ਬੜਾ ਸੋਹਣਾ ਇੱਕ ਯੋਗ ਬਣਦਾ ਹੈਗਾ, ਜਿਸ ਕਰਕੇ ਤੁਹਾਨੂੰ ਨੌਕਰੀ ਦੀ ਮੁਸ਼ਕਿਲ ਆਉਣੀ ਨਹੀਂ ਚਾਹੀਦੀ ਬਿਲਕੁਲ ਵੀ। ਐਸਾ ਵੀ ਹੋਇਆ ਕਿ ਰੀਸੈਂਟਲੀ ਤੁਹਾਨੂੰ ਜੋਬ ਆਫਰ ਆਈ ਹੋਈ, ਤੁਸੀਂ ਆਪਣੀ ਕਨਵੀਨੀਅੰਟ ਕਰਕੇ ਤੁਸੀਂ ਉਹਨੂੰ ਯੈਸ ਨਾ ਕੀਤੀ ਹੋਵੇ? ਨਹੀਂ, ਐਸਾ ਕੁਛ ਨਹੀਂ। ਔਰ ਆਪਕੇ ਸਰ ਲੱਗ ਨਹੀਂ ਪਾ ਰਹੀ, ਲੇਕਿਨ ਟਾਈਮ ਤੋਂ ਨਹੀਂ ਗਲਤ ਜਾਂ ਫਿਰ ਕੁਛ ਐਸਾ? ਯੋਗ ਬਣਤਾ ਤੋ ਹੈ ਬਹੁਤ ਸੁੰਦਰ ਨੌਕਰੀ ਕਾ। 24 ਸਪੈਸ਼ਲੀ ਕਹਿ ਲੋ ਕਿ ਯੇ ਅਪ੍ਰੈਲ ਕੇ ਬਾਅਦ ਸੇ ਸ਼ੁਰੂ ਹੋ ਗਿਆ ਥਾ, 26 ਅਪ੍ਰੈਲ ਕੇ ਬਾਅਦ ਸੇ ਇਹ ਆਪਕਾ ਯੋਗ ਬਣਾ ਹੁਆ ਥਾ। ਤੋ ਯੇ ਰੀਸੈਂਟਲੀ ਆਪਕੇ ਪਾਸ ਜੋਬ ਨਹੀਂ ਹੈ ਕਿ ਪਿਛਲੇ 3 ਮਹੀਨੋਂ ਸੇ ਨਹੀਂ ਹੈ ਆਪਕਾ? ਆਪਕੇ ਹਾਥ ਮੇ ਸਮੇਂ ਜੋਬ ਹੋਣੀ ਚਾਹੀਏ ਥੀ। ਯਦਿ ਨਹੀਂ ਹੈ ਤੋ ਆਪ ਕਹਿ ਲੋ ਕਿ ਬਸ ਸਮਝ ਲੋ ਆਪਕੇ ਦਾਇਮ ਬਾਤ ਹੋ ਰਹੀ ਹੈ, ਰਾਈਟ ਟਾਈਮ ਪੇ ਆਪ ਵਹਾਂ ਪਰ ਪਹੁੰਚ ਰਹੇ ਹੋ ਜਹਾਂ ਪਰ ਆਪਕੇ ਲਈ ਜੋਬ ਖੜੀ ਹੈ। ਤੋ ਇੱਕ ਛੋਟਾ ਸਾ ਕਾਮ ਕਰੋ, ਆਪ ਅਗਰ ਉਪਾਏ ਕਰਨਾ ਚਾਹਤੇ ਹੈ ਆਪ ਇਸ ਚੀਜ਼ ਕੇ ਲੀਏ ਤੋ। ਹਾਂਜੀ, ਆਪਨੇ ਕੋਈ ਸਟੋਨ ਪਹਿਨਾ? ਨਹੀਂ, ਅਭੀ ਨਹੀਂ, ਕੁਛ ਨਹੀਂ ਪਹਿਨਾ। ਕੁਛ ਵੀ ਨਹੀਂ ਪਹਿਨਾ ਹੁਆ ਤੋ ਕੋਈ ਨਹੀਂ। ਤੋ ਆਪ ਇੱਕ ਛੋਟਾ ਸਾ ਕਾਮ ਕੀਜੀਏ, ਸਿਰਫ ਕਰਨੇ ਕੇ ਲਈ ਇੱਕ ਗੁਰੂ ਕਾ ਉਪਾਏ ਕੀਜੀਏ। ਤੋ ਐਵਰੀ ਥਰਸਡੇ ਕੇ ਦਿਨ ਯਦਿ ਪਾਸ ਮੇਂ ਮੰਦਿਰ ਹੋ, ਅਗਰ ਆਪ ਜਾ ਸਕਤੇ ਹੋ ਵਹਾਂ ਪਰ, ਠੀਕ ਹੈ, ਤੋ ਵਹਾਂ ਪਰ 9 ਗ੍ਰਹੋਂ ਕੀ ਮੂਰਤੀ ਹੋਤੀ ਹੈ, ਉਸਮੇਂ ਸੇ ਇੱਕ ਬ੍ਰਹਿਸਪਤੀ ਗ੍ਰਹਿ ਕੀ ਮੂਰਤੀ ਹੋਤੀ ਹੈ, ਠੀਕ ਹੈ, ਜੋ ਕਿ ਜੈਸੇ ਆਪ ਜਾਓਗੇ ਸਭਸੇ ਪਹਿਲੇ ਮਡਲ ਮੇਂ ਸ਼ਨੀ ਜੀ ਹੋਗੇ, ਸੂਰਜ ਜੀ, ਸੂਰਿਆ ਗ੍ਰਹਿ ਕੇ ਬਿਲਕੁਲ ਪਿੱਛੇ ਬ੍ਰਹਿਸਪਤੀ ਗ੍ਰਹਿ ਕੀ ਮੂਰਤੀ ਹੋਗੀ, ਜਿਸ ਕੋ ਜਾ ਕੇ ਆਪ ਪੀਲਾ ਕੁਛ ਵੀ ਚੜ੍ਹਾਈਏ, ਪੀਲੀ ਹਲਦੀ ਚੜ੍ਹ ਸਕਦੀ ਹੈ, ਪੀਲੀ ਦਾਲ ਚੜ੍ਹ ਸਕਦੀ ਹੈ, ਪੀਲੇ ਕੇਲੇ ਲੈ ਜਾਈਏ, ਔਰ ਜਾ ਕਰ ਆਪ ਮਨ ਸੇ ਪ੍ਰਾਰਥਨਾ ਕਰੇਗੀ ਵੀ ਜੋ ਵੀ ਮੇਰਾ ਨੌਕਰੀ ਕਾ ਕਾਮ ਨਹੀਂ ਹੈ, ਬਨ ਨਹੀਂ ਰਹਾ,
وہ آپ کا بنے. اور کرنے کے لیے دو چیزیں اور کیجیے آپ کے لیے. منڈے اور سیٹرڈے دو دن آپ نے اوائڈ کرنے ہیں کوئی بھی جاب کی اپلیکیشن کے لیے. یدی آپ کے ہاتھ میں اپنا ٹائم آپ رکھ سکتے ہیں انٹرویو کا, یعنی آپ کو آپشن دی جاتی ہے, تو کوشش کیجیے کہ آپ یا تو منگلوار جائیں, بدھوار یا شکروار, سمجھ رہے نا, یعنی ویک ڈیز میں پہلا تیسرا پانچواں دن, منڈے ویڈنسڈے یا فرائیڈے, منڈے ویڈنسڈے فرائیڈے, ان تین دنوں کو آپ یوز کریں میکسیمم کسی بھی چیز کے لیے, اسپیشلی آپ کے لیے جاب کے لیے. اور مجھے پوری امید ہے کہ اس مہینے کے ختم ہونے سے پہلے پہلے کہ آپ کے ہاتھ میں کوئی نہ کوئی جاب آنی چاہیے ضرور. جی دیکھو پن جی کنے ودیے ڈنگ نال دس رہے ہیں بھی پورے حوصلے دس رہے ہیں بھی ہونی چاہیے مین کہن دا پاور تھوڑے گرہ جڑے بہت اچھے ہیں اور دکھا رہے ہیں پنڈت جی نو جڑے گرہ ہے آپ دی نوکری بارے بہت ہی اچھے. آپ کی نوکری آس پاس ہی گھوم رہی ہے, بس آپ کوشش کرتے رہے, آپ بس کلک ہونے والی ہے سمجھ لیجیے. ٹھیک ہے ٹھیک ہے ٹھیک ہے, میں اپائے کر دیتا ہوں. ٹھیک ہے اوکے جی تھینک یو. اوکے ٹھیک. ہاں جی پنڈت جی جس طرح ہر ایک بندے اپنا اپنا ہوں جی, دیکھو کوئی پریشان نوکریاں تو آ کوئی پریشان اپنے ہوں آ بھائی. تسلی بخش اتے ٹائم تے کام کروانا چاہتے ہو تا آج ہی کانٹیکٹ کرو چینا رینوویشن, فون نمبر 647-823-2013. کنگن کلے بانیاں جمکے کنی تے نال ہار نی فینسی جولر نے. فینسی جولرز پیور 22 اینڈ 24 کیرٹ گولڈ, huge jewelry sale. Fancy Jewelers, 7086 Airport Road, unit number 2, Mississauga. Fancy Jewelers. ویلکم ٹو پنجابی بائی نیچر. جی ہاں پنجابی بائی نیچر تے تسی ہر طرح دے پنجابی تے بھارتی کھانے دا سواد مان سکتے ہو. پنجابی بائی نیچر تے آ کے سٹ ڈاؤن ڈنر کرو یا ٹیک آؤٹ کرو یا پھر کیٹرنگ کرواؤ 905-794-4667. پنجاب سپورٹس کینیڈا تے لگ گئی ہے پاری سیل, ٹریک سوٹس, کرکٹ دا سامان, ونٹر جیکٹ, سویٹرز, بھنگڑے دیاں وردیاں, جاگو, چھج, مدانیاں دی شاپنگ واسطے اج ہی پجو 2560 سٹیلز ایونیو ایسٹ, یونٹ 15, برمپٹن وچ, ٹاربمتری سٹیل دی نکر تے. پنجاب سپورٹس کینیڈا 905-789-7664. جے تسی ہاں جی بریک تو بعد پھر سواگت ہے تہاڈا, آپ سب دا جنے بھی اپاں اپنا پنجاب ٹی وی دیکھ رہے ہیں سارے کا بہت بہت تھینک یو. پن جی تھوڑا بھی بہت بہت دھنواد جڑا کہ انفارمیشن دے رہے ہیں جڑے کہ سانو سروتے دس رہے ہیں, انہوں کے پرواب کے نام انہوں کے دسن کے نال ہی تھی اپنے جڑے کہ بچار سانجے کر رہے ہیں. ہاں جی آپ ایک کارن لڑیے. ہاں جی ست سری اکال جی. ہاں جی ست سری اکال جی. ہاں جی ہاں جی میں پوچھنا کہ جی ڈیٹ آف برتھ ہے 22 جولائی 1979. لدھیانہ جی. ٹھیک ہے جی ڈسٹرکٹ لدھیانہ پہ جی تھوڑے. ہاں جی ٹھیک ہے جی. کس بارے پوچھنا چاہتے ہیں پنڈت جی نو؟ پوچھنا چاہتے ہیں بچہ ہے بھائی وہ مطلب بیاہ 8-9 سال ہو گئے کوئی بال بچہ نہیں ہویا. ٹھیک ہے جی ہے کوئی جو. ہاں جی ٹھیک ہے جی. یہ تھوڑے منڈے دی ہے میرا خیال ہے نا؟ ہاں جی ہاں جی ٹھیک ہے جی. انہاں دے پنڈت جی میرا خیال انہاں دے منڈے دی ڈیٹ آف برتھ دسی ہے 22 جولائی 1979 9:37 پی ایم لدھیانے کی ہے. تو یہاں کے کہنے کا بھاؤ ہے بھی یہاں کے منڈے کے منڈا دسو جی. ٹھیک ہے جی تھی اپنا شبھ نام دسو پا جی تھی فون کرتے جڑے کٹے گئے. ہلو ہاں جی میرا خیال وہ اسی پھر بےنتی کرتے ہیں جڑے کہ سروتے لاسٹ سے سارے
ਮੇਰਾ ਖਿਆਲ ਉਹ ਦੁਬਾਰਾ ਫੋਨ ਕਰ ਲੈਣ, ਕਿਸੇ ਕਾਰਨ ਕਰਕੇ ਉਹਨਾਂ ਦੀ ਫੋਨ ਦੀ ਲਾਈਨ ਜਿਹੜੀ ਡਿਸਕਨੈਕਟ ਹੋ ਗਈ। ਤੁਸੀਂ ਫੋਨ ਕਰ ਸਕਦੇ ਆ ਰਾਈਟ ਵੇ ਜੇ ਸਾਨੂੰ ਸੁਣਦੇ ਆ। ਜੇ ਤੁਸੀਂ ਦੇਖ ਹੀ ਰਹੇ ਹੋ, ਵੈਸੇ ਟੀ ਵੀ ਚੱਲਦਾ ਸੀ, ਆਵਾਜ਼ ਆ ਰਹੀ ਸੀ, ਤੁਸੀਂ ਸ਼ੋਅ ਦੇਖ ਹੀ ਰਹੇ ਹੋ। ਤੁਸੀਂ ਜਿਹੜੀ ਸਾਨੂੰ ਡਿਟੇਲ ਦਿੱਤੀ ਹੈਗੀ ਹੈ, 22 ਜੁਲਾਈ 1979 ਯਾਨੀ 1979 1:80 9:35 ਸ਼ਾਮ ਦੇ, ਅਤੇ ਲੁਧਿਆਣਾ ਪੰਜਾਬ ਦਾ ਇਹਨਾਂ ਦਾ ਬੋਰਨ ਹੈਗਾ। ਅਤੇ ਇਹਨਾਂ ਦਾ ਕੁਐਸਚਨ ਸੀਗਾ ਕਿ ਵੀ ਵਿਆਹ ਨੂੰ ਕਾਫੀ ਟਾਈਮ ਹੋ ਗਿਆ, 8-9 ਸਾਲ ਹੋ ਗਏ ਹੈ, ਅਤੇ ਘਰ ਵਿੱਚ ਕੋਈ ਖੁਸ਼ੀ ਨਹੀਂ ਹੈਗੀ ਹੈ। ਅਤੇ ਆਪਾਂ, ਮੈਂ ਥੋੜ੍ਹੀ ਦੇਰ ਪਹਿਲੇ ਵੀ ਜ਼ਿਕਰ ਕੀਤਾ ਜੇ ਤੁਸੀਂ ਸਾਡਾ ਸ਼ੋਅ ਦੇਖ ਰਹੇ ਹੈਗੇ ਹੋ, ਕਿ ਇਹਨਾਂ ਜਦੋਂ ਕਿ ਕਿਸੇ ਵੀ ਸੰਤਾਨ ਦੀ ਗੱਲ ਆ ਜਾਂਦੀ ਹੈਗੀ ਹੈ, ਪਰਿਵਾਰ ਦੇ ਵਿੱਚ ਖੁਸ਼ੀ ਦੀ ਗੱਲ ਆ ਜਾਂਦੀ ਹੈਗੀ, ਅਤੇ ਇਕੱਲੇ ਇਕੱਲੇ ਦੀ ਕੁੰਡਲੀ ਦਾ ਇੰਪੋਰਟੈਂਸ ਹੈਗੀ ਤਾਂ ਆ, ਲੇਕਿਨ ਜੇ ਸਾਨੂੰ ਉਹਦੇ ਪਾਰਟਨਰ ਦੀ ਵੀ ਕੁੰਡਲੀ ਮਿਲ ਜਾਵੇ ਤਾਂ ਸਾਡੇ ਵਾਸਤੇ ਐਨਾਲਾਈਜ਼ ਕਰਨਾ, ਉਹ ਸਟੱਡੀ ਕਰਕੇ ਉਹਨੂੰ ਜਵਾਬ ਦੇਣਾ ਥੋੜ੍ਹਾ ਈਜ਼ੀ ਹੋ ਜਾਂਦਾ ਆ। ਠੀਕ ਹੈ, ਕਿਉਂਕਿ ਕਈ ਵਾਰੀ ਕੀ ਹੁੰਦਾ ਹੈਗਾ ਕਿ ਦੋਨੋਂ ਪਾਰਟਨਰ ਦੇ ਵਿੱਚ, ਪਤੀ ਮੀਆਂ ਬੀਬੀ ਦੇ ਵਿੱਚ, ਕਿਸੇ ਇੱਕ ਦੇ ਗ੍ਰਹਿ ਤਾਂ ਬਣਦੇ ਹੈਗੇ ਕਿ ਉਹਨੂੰ ਵੀ ਚੱਲ ਵੀ ਚੰਗੇ ਗ੍ਰਹਿ ਹੁੰਦੇ, ਆਪਣੇ ਬੱਚੇ ਦਾ ਸੁੱਖ ਮਿਲਣਾ ਹੈਗਾ, ਕਿ ਦੂਸਰੇ ਦੇ ਗ੍ਰਹਿ 'ਚ ਵੀ ਹੁੰਦਾ ਕਿ ਉਹਨੂੰ ਚਾਹੇ ਉਸ ਚੀਜ਼ ਦਾ ਸੁੱਖ ਨਹੀਂ ਵੀ ਮਿਲਣਾ ਹੈਗਾ। ਇਹ ਹੋ ਸਕਦਾ ਆ, ਜ਼ਰੂਰੀ ਨਹੀਂ ਹੈਗਾ, ਬਟ ਇਟਸ ਆਲਵੇਜ਼ ਗੁੱਡ ਕਿ ਜੇ ਸਾਨੂੰ ਦੋਨੋਂ ਪਾਸੇ ਹੀ ਇਨਫੋਰਮੇਸ਼ਨ ਮਿਲ ਜਾਏ। ਮੇਰਾ ਖਿਆਲ ਉਹਨਾਂ ਦੀ ਕਾਲ ਹੀ ਆ ਗਈ। ਹਾਂਜੀ ਭਾਜੀ। ਹਾਂਜੀ ਹਾਂਜੀ, ਸੋਰੀ ਤੁਹਾਡੀ ਲਾਈਨ ਕੱਟ ਡਿਸਕਨੈਕਟ ਹੋ ਗਈ ਸੀਗੀ ਕਿਸੇ ਕਾਰਨ। ਕੋਈ ਨਹੀਂ, ਮੈਂ ਜ਼ਿਕਰ ਦੇਖ ਰਿਹਾ ਸੀਗਾ, ਤੁਸੀਂ ਟੀਵੀ ਵੀ ਦੇਖਦੇ ਰਹੋ, ਉੱਥੇ ਵੀ ਤੁਹਾਨੂੰ ਆਵਾਜ਼ ਆ ਜਾਏਗੀ। ਅਤੇ ਅਸੀਂ ਜ਼ਿਕਰ ਕਰਦੇ ਸੀਗੇ ਕਿ ਜਦੋਂ ਐਸੇ ਕੁਐਸਚਨ ਆ ਜਾਂਦੇ ਹੈਗੇ ਕਿ ਪਰਿਵਾਰ ਦੇ ਵਿੱਚ ਵਿਆਹ ਨੂੰ ਕਾਫੀ ਟਾਈਮ ਹੋ ਗਿਆ ਹੋਵੇ, ਅਤੇ ਘਰ ਵਿੱਚ ਜੇ ਖੁਸ਼ੀ ਨਾ ਹੋਵੇ, ਸੰਤਾਨ ਨਾ ਹੋਵੇ, ਅਤੇ ਇਕੱਲੇ ਇਕੱਲੇ ਦੀ ਕੁੰਡਲੀ ਨੂੰ ਅਸੀਂ ਉਹਨਾਂ ਮਹੱਤਵ ਦਿੰਦੇ ਤਾਂ ਹੈਗੇ, ਲੇਕਿਨ ਜੇ ਪਾਰਟਨਰ ਦੀ ਵੀ ਕੁੰਡਲੀ ਸਾਡੇ ਕੋਲ ਹੋਵੇ ਤਾਂ ਐਨਾਲਾਈਜ਼ ਕਰਨਾ ਸਾਨੂੰ ਥੋੜ੍ਹਾ ਸੌਖਾ ਹੋ ਜਾਂਦਾ ਹੈਗਾ। ਵਿੱਚ ਕਮਜ਼ ਆਫਟਰ, ਅਤੇ ਕੋਈ ਨਹੀਂ, ਜੇ ਤੁਸੀਂ ਬੇਟੇ ਡਿਟੇਲ ਦਿੱਤੀ ਇਹਦੇ ਬੇਸਿਸ 'ਤੇ, ਫਿਲਹਾਲ ਵਾਸਤੇ ਮੈਂ ਤੁਹਾਨੂੰ ਜਿੰਨਾ ਮੇਰੇ ਕੋਲ ਟਾਈਮ ਹੈਗਾ ਸਟੱਡੀ ਵਾਸਤੇ, ਮੈਂ ਤੁਹਾਨੂੰ ਦੇਖ ਕੇ ਜੇ ਮੈਂ ਦੱਸਾਂ, ਇਹ ਚੌਥੇ ਘਰ ਕੁੰਡਲੀ ਤੋਂ ਚੌਥੇ ਘਰ 'ਚ ਮੰਗਲ ਹੈਗਾ, ਜਿਸ ਕਰਕੇ ਇਹ ਤੁਹਾਡੇ ਬੇਟੇ ਨੂੰ ਮੰਗਲੀਕ ਬਣਾਉਂਦਾ ਆ। ਤੁਹਾਨੂੰ ਜੇ ਯਾਦ ਹੋਵੇ, ਜਦੋਂ ਇਹਦਾ ਵਿਆਹ ਕੀਤਾ ਸੀ, ਉਸ ਵੇਲੇ ਤੁਸੀਂ ਟੇਵੇ ਵਗੈਰਾ ਮਿਲਾਏ ਸੀ, ਚੈੱਕ ਕਰਾਏ ਸੀਗੇ? ਕੋਈ ਨਹੀਂ, ਦੈਟਸ ਓਕੇ, ਨਾਟ ਅ ਬਿਗ ਡੀਲ, ਕੋਈ ਐਸੀ ਗੱਲ ਨਹੀਂ ਭਾਜੀ। ਮੈਂ ਸਿਰਫ ਆਪਣੀ ਨੌਲੇਜ ਵਾਸਤੇ ਜਾਣਨਾ ਚਾਹ ਰਿਹਾ, ਕਿਉਂਕਿ ਉਹਦੇ ਬੇਸਿਸ 'ਤੇ ਕਈ ਵਾਰੀ ਤੁਹਾਡੇ ਕੋਲ ਜਵਾਬ ਹੁੰਦਾ ਆ ਆਲਰੇਡੀ, ਕਿ ਕਈ ਵਾਰੀ ਕਿਉਂਕਿ ਬੇਟਾ ਤੁਹਾਡਾ ਹੈਗਾ ਚੌਥੇ ਘਰ ਦਾ ਮੰਗਲ, ਜਿਸ ਕਰਕੇ ਮੰਗਲੀਕ ਹੋ ਜਾਂਦਾ ਆ। ਠੀਕ ਆ, ਤੋ ਕੋਈ ਐਸੀ ਗੱਲ ਨਹੀਂ। ਪੁੱਤ ਸੂਰੀ 12 ਦਸੰਬਰ, ਤੁਸੀਂ ਇੱਕ ਛੋਟਾ ਜਿਹਾ ਕਸ਼ਟ ਇੱਕ ਗੱਲ ਕਰ ਸਕਦੇ ਹੋ ਕਿ ਤੁਸੀਂ ਉਮੀਦ ਕਰੋ, 2-4 ਵਾਰ ਜੇ ਤੁਹਾਡੇ ਮਨ ਇਸ ਸਾਲ ਦਸੰਬਰ ਦੀ 8 ਤਰੀਕ ਤੋਂ ਬਾਅਦ ਕਹਿ ਲਓ ਕਿ ਇੱਦਾਂ ਸਮੇਂ ਇਹ ਲਾਈਫ ਦੇ ਵਿੱਚ ਕੁਝ ਚੇਂਜਸ ਦੇਖ ਰਿਹਾ, ਕਿਆ ਉਸ ਦੌਰਾਨ ਦੇ ਵਿੱਚ ਕੁਝ ਹੋਰ ਵੀ ਪਲੈਨਿੰਗ ਕਰ ਰਿਹਾ ਹੈਗਾ ਕਿ ਆਪਣੇ ਆਪ ਦੇ ਵਿੱਚ ਬਿਜ਼ਨਸ ਚੇਂਜ ਕਰਨਾ ਜਾਂ ਨੌਕਰੀ ਚੇਂਜ ਕਰਨੀ ਹੈਗੀ ਕੁਝ ਐਸੀ? ਠੀਕ ਆ, ਤੁਸੀਂ ਫਿਰ ਸਾਨੂੰ ਸੁਣੋ ਜੀ, ਟੀਵੀ ਦੀ ਵੋਲਿਊਮ ਤੁਸੀਂ ਘੱਟ ਕਰ ਲਓ ਜਾਂ ਤੁਸੀਂ ਦੂਸਰੇ ਰੂਮ ਦੇ ਵਿੱਚ ਚਲ ਜਾਓ, ਸਾਨੂੰ ਸੁਣੋ। ਤੁਸੀਂ ਫੋਨ ਲਾਇਆ ਹੋਇਆ? ਹਾਂਜੀ, ਅਤੇ ਘਰਦਿਆਂ ਨੂੰ ਟੀਵੀ ਦੇਖਣ ਦਿਓ, ਤੁਸੀਂ ਦੂਸਰੇ ਰੂਮ 'ਤੇ ਆ ਜਾਓ, ਅਤੇ ਥੋੜ੍ਹਾ ਜਿਹਾ ਫਿਰ ਈਜ਼ੀ ਹੋ ਜਾਂਦਾ ਹੈ ਨਾ। ਅਤੇ ਕੋਈ ਮੈਂ ਜ਼ਿਕਰ ਕਰਦਾ ਸੀਗਾ ਕਿ ਤੁਸੀਂ ਉਮੀਦ ਇੱਕ ਛੋਟਾ ਜਿਹਾ ਕਰੋ, ਮੈਨੂੰ ਪਤਾ ਜੇ ਤੁਸੀਂ ਗੱਲ ਕਹੀ ਹੈ, ਤੁਸੀਂ ਕਹਿ ਲਓ ਕਿ ਇਸ ਸਾਲ ਦੇ 12-8 ਦਸੰਬਰ ਤੱਕ ਤੁਸੀਂ ਕਹਿ ਲਓ ਕਿ ਇਸ ਨੂੰ ਥੋੜ੍ਹਾ ਜਿਹਾ ਉਮੀਦ ਕਰੋ ਕਿ ਆਪਣੇ ਵੱਲੋਂ ਜੋ ਵੀ ਕੋਸ਼ਿਸ਼ ਕਰ ਰਹੇ ਹੈਗੇ ਉਮੀਦ ਕਰੋ, ਲੇਕਿਨ ਨੈਕਸਟ ਈਅਰ ਜਦੋਂ ਸ਼ੁਰੂ ਹੋ ਰਿਹਾ ਇਹਦੀ ਲਾਈਫ ਦੀ ਥੋੜ੍ਹੀ ਜਿਹੀ ਦਸ਼ਾ ਚੇਂਜ ਹੋ ਰਹੀ ਹੈ, ਬੁੱਧ 'ਚ ਸ਼ੁੱਕਰ ਦੀ ਦਸ਼ਾ ਆਉਂਦੀ ਹੈ, ਜਦੋਂ ਸ਼ੁੱਕਰ ਗ੍ਰਹਿ ਦਾ ਆਉਣਾ ਹੁੰਦਾ ਹੈ, ਆਪਣੇ ਆਪ ਨੂੰ ਤੁਹਾਨੂੰ ਸੰਤਾਨ ਵੱਲੋਂ ਜਾਂ ਮਾਂ ਵੱਲੋਂ ਜਾਂ ਪਿਤਾ ਵੱਲੋਂ ਉਹਨਾਂ ਨੂੰ ਸੁੱਖ ਮਿਲਣ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ ਹੈਗੇ, ਯਾਨੀ ਕਿ ਕਹਿ ਲਓ ਕਿ ਜਦੋਂ ਸ਼ੁੱਕਰ ਪ੍ਰਬਲ ਹੁੰਦਾ ਆ। ਯਾਨੀ ਕਹਿਣ ਦਾ ਭਾਵ ਵੀ ਅਗਲੇ ਸਾਲ ਜਨਵਰੀ ਦੇ ਵਿੱਚ ਕੁਝ ਨਾ ਕੁਛ ਤੁਹਾਨੂੰ ਜੋ ਤੁਸੀਂ ਚਾਹੁੰਦੇ ਆ, ਯਾਨੀ ਕਿ ਦਾਦਾ ਜਾਂ ਦਾਦੀ ਬਣਨਾ, ਦਸੰਬਰ ਤੋਂ ਬਾਅਦ, ਦਸੰਬਰ ਤੋਂ ਬਾਅਦ ਹੋਪਫੁਲੀ ਜਿਹੜੇ ਗ੍ਰਹਿ ਚੇਂਜ ਹੋ ਰਹੇ ਆ, ਜੋ ਹਿਸਾਬ ਨਾਲ ਪੰਡਿਤ ਜੀ ਦੱਸ ਰਹੇ ਆ, ਉਹ ਹੋ ਸਕਦੇ ਆ। ਬਹੁਤ ਤੁਹਾਨੂੰ ਮੈਂ ਆਪਣੇ ਆਪ 'ਚ 70% ਸ਼ੋਰ ਹੈਗਾ ਇਸ ਇਹਦੇ ਇਕੱਲੇ ਦੇ ਗ੍ਰਹਿਣ ਕਰਕੇ ਜੋ ਭੇਜੇ ਹੈ, ਕਿ ਅਗਲੇ ਸਾਲ ਦੇ ਇਸੇ 5 ਮਹੀਨੇ ਤੋਂ ਬਾਅਦ, ਦਸੰਬਰ ਤੋਂ ਬਾਅਦ ਕਹਿ ਲਓ ਕਿ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਖੁਸ਼ੀ ਆਊਗੀ, ਕੋਈ ਨਾ ਕੋਈ ਆਉਣਾ ਸ਼ੁਰੂ ਹੋ ਜਾਏਗਾ। ਲੇਕਿਨ ਫਿਰ ਵੀ ਮੈਂ ਚਾਹੂੰਗਾ ਕਿ ਜ਼ਰੂਰ ਤੁਸੀਂ ਮੈਨੂੰ ਇੱਕ ਦਿਨ ਵੇਲੇ ਫੋਨ ਕਰਕੇ ਮੈਨੂੰ ਨਾਲ ਦੇ ਨਾਲ ਆਪਣੀ ਬਹੂ ਰਾਣੀ ਦੀ ਡਿਟੇਲ ਦਿਓ, ਤਾਂ ਕਿ ਮੈਂ ਬੇਟੇ ਦੀ ਅਤੇ ਤੁਹਾਡੀ ਨੂੰਹ ਰਾਣੀ ਦੀ ਦੋਹਾਂ ਦੀ ਕੁੰਡਲੀ ਨੂੰ ਸਟੱਡੀ ਕਰਕੇ ਤਾਂ ਫਿਰ ਮੈਂ ਇੱਕ ਜ਼ਿਆਦਾ ਫਰਮ ਜਿਹਾ ਤੁਹਾਨੂੰ ਆਨਸਰ ਦੇ ਪਾਊਂਗਾ।
ਕਿਉਂਕਿ ਦੋਨਾਂ ਦੀ ਕੁੰਡਲੀ ਮਿਲਾ ਕੇ ਦੋਹਾਂ ਦੇ ਗ੍ਰਹਿ ਚੱਕਰ ਜਿੰਨੇ ਵੀ ਸੀਗੇ ਉਹ ਮਿਲਾ ਕੇ ਫਿਰ ਉਹਨਾਂ ਨੂੰ ਦੱਸਣਗੇ ਹਾਂ ਬਈ ਦਸੰਬਰ ਤੋਂ ਬਾਅਦ ਜਨਵਰੀ ਦੇ ਵਿੱਚ ਕਿਹੜਾ ਟਾਈਮ ਤੁਹਾਡੇ ਲਈ ਬੈਸਟ ਹੈਗਾ। ਠੀਕ ਹੈ ਜੀ, ਹਾਂਜੀ, ਕਿਉਂਕਿ ਇੱਕ ਦੀ ਕੁੰਡਲੀ ਦੇ ਵਿੱਚ, ਕਿਉਂਕਿ ਕਈ ਵਾਰੀ ਹੁੰਦਾ ਆ ਭਰਾ ਜੀ ਮੇਰੀ ਕੁੰਡਲੀ ਦੇ ਵਿੱਚ ਸੰਤਾਨ ਦਾ ਸੁੱਖ ਹੈਗਾ ਆ, ਮੰਨ ਲਓ ਦੂਸਰੇ ਪਾਰਟਨਰ ਦੇ ਵਿੱਚ ਜਿਹੜਾ ਕਿ ਆਪਣੇ ਸਾਥੀ ਜੀਵਨ ਹੁੰਦਾ ਆ, ਸ਼ਾਇਦ ਉਹਦੇ ਘਰ ਦੇ ਗ੍ਰਹਿਾਂ ਦੇ ਚੱਕਰ ਨਾਲ ਥੋੜ੍ਹਾ ਜਿਹਾ ਸਲੋਅ ਹੋ ਸਕਦਾ ਆ, ਉਹ ਇਸੇ ਕਰਕੇ ਪੰਡਿਤ ਜੀ ਦੋਨਾਂ ਦੀ ਕੁੰਡਲੀ ਮਿਲਾਓਗੇ ਅਤੇ ਉਸ ਤੋਂ ਬਾਅਦ ਤੁਹਾਨੂੰ ਐਗਜੈਕਟ ਦੱਸੂਗੇ ਵੀ ਹਾਂ ਬਈ ਡੈਫੀਨੇਟਲੀ ਅਗਲੇ ਸਾਲ ਖੁਸ਼ੀ ਮਿਲਣ ਦਾ ਚਾਂਸ ਹੈਗਾ ਜੀ। ਠੀਕ ਹੈ ਜੀ, ਅਤੇ ਤੁਸੀਂ ਫੋਨ ਕਰ ਲਿਓ ਬਾਅਦ ਚੋਂ, ਪੰਡਿਤ ਜੀ ਨੂੰ ਨੰਬਰ ਹੈਗਾ ਸਕਰੀਨ 'ਤੇ ਆ ਰਿਹਾ ਪੰਡਿਤ ਜੀ ਦਾ, ਆਫਟਰ ਸ਼ੋਅ ਤੋਂ ਬਾਅਦ ਤੁਸੀਂ ਗੱਲਬਾਤ ਕਰ ਸਕਦੇ ਹਾਂ, ਕੱਲ੍ਹ ਅਪੁਆਇੰਟਮੈਂਟ ਬਣਾ ਲਿਓ, ਕੋਈ ਚਾਰਜ ਨਹੀਂ ਹੁੰਦੇ ਪੰਡਿਤ ਜੀ ਦੇ, ਬਾਅਦ 'ਚੋਂ ਵੀ ਆਫਟਰ, ਇਹ ਨਹੀਂ ਸੋਚਿਓ ਵੀ ਦਰਸ਼ਕੋ, ਅਸੀਂ ਹਮੇਸ਼ਾ ਦੀ ਤਰ੍ਹਾਂ ਕਹਿੰਦੇ ਹਾਂ ਬਈ ਜਦੋਂ ਵੀ ਕੋਈ ਵੀ ਪੰਡਿਤ ਜੀ ਕਰਦੇ ਆ ਕੰਮ ਜਿਹੜਾ ਕਿ ਹੋਨੈਸਟੀ ਨਾਲ ਕਰਦੇ ਆ, ਕੋਈ ਵੀ ਚਾਰਜ ਨਹੀਂ ਕਰਦੇ, ਹਾਂ ਜਿਹੜੇ ਅਪੁਆਏ ਕਰਦੇ ਆ ਉਹ ਤੁਸੀਂ ਕਰਨੇ ਆ, ਉਹ 'ਚ ਪੈਸਾ ਤੁਹਾਡਾ ਲੱਗਣਾ। ਠੀਕ ਹੈ ਜੀ, ਅਤੇ ਇਸ ਕਰਕੇ ਅਸੀਂ ਪੰਡਿਤ ਜੀ ਦਾ ਨੰਬਰ ਦੇ ਦਿੰਦੇ ਹਾਂ ਹਮੇਸ਼ਾ ਦੀ ਤਰ੍ਹਾਂ 416-838-7731 'ਤੇ ਤੁਸੀਂ ਕਾਲ ਕਰਕੇ ਅੱਜ ਜਾਂ ਕੱਲ੍ਹ ਅਪੁਆਇੰਟਮੈਂਟ ਬਣਾ ਕੇ 2 ਤੋਂ 5 ਜਿੰਨੇ ਵਜੇ ਵੀ, ਜਾਂ ਤੁਸੀਂ ਮੈਸੇਜ ਕਰ ਲਿਓ, ਮੈਸੇਜ ਕਰਕੇ ਤੁਸੀਂ ਅਪੁਆਇੰਟਮੈਂਟ ਬਣਾ ਕੇ ਅਤੇ ਗੱਲਬਾਤ ਕਰ ਸਕਦੇ ਹਾਂ। ਠੀਕ ਹੈ ਜੀ, ਓਕੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਡਿਤ ਜੀ, ਜਿਸ ਤਰ੍ਹਾਂ ਆਪਾਂ ਹੁਣ ਮੇਰਾ ਖਿਆਲ 1-2 ਮਿੰਟ ਹੀ ਰਹਿ ਗਏ ਆਪਣੇ ਸ਼ੋਅ ਦੇ ਸਮਾਪਤੀ ਵੱਲ ਜਾਣ ਦੇ, ਅਤੇ ਜਿੱਦਾਂ ਵਾਸਤੂ ਦਾ ਆਪਾਂ ਹਰੇਕ ਦੀ ਤਰ੍ਹਾਂ ਦੱਸਦੇ ਹਾਂ, ਉਸੇ ਤਰ੍ਹਾਂ ਅੱਜ ਵੀ ਮੇਰਾ ਖਿਆਲ ਵਾਸਤੂ ਦਾ ਦੱਸੋਗੇ ਤੁਸੀਂ? ਹਾਂਜੀ, ਹੁਣ ਸਾਡੇ ਕੋਲ 1 ਮਿੰਟ ਹੀ ਬਚਿਆ ਹੈਗਾ, ਬਟ ਸਾਨੂੰ ਖੁਸ਼ੀ ਇਸ ਗੱਲ ਦੀ ਹੈਗੀ ਹੈ ਕਿ ਅਸੀਂ ਭਾਵੇਂ ਆਪਣੀ ਵੱਲੋਂ ਇਨਫੋਰਮੇਸ਼ਨ ਹੋਰ ਵੀ ਤੁਹਾਨੂੰ ਦੇ ਰਹੇ ਹੈਗੇ ਹਾਂ, ਜਿਸ 'ਚ ਤੁਹਾਨੂੰ ਤੁਹਾਡੀ ਨੌਲੇਜ ਵੀ ਬਣ ਰਹੀ ਹੈਗੀ ਹੈ, ਲੇਕਿਨ ਵਿੱਚ ਸਾਨੂੰ ਜਿਹੜੀ ਕਾਲਸ ਆਉਂਦੀਆਂ ਹੈਗੀਆਂ, ਠੀਕ ਹੈ, ਆਪਾਂ ਪਹਿਲੇ ਵੀ ਗੱਲ ਕਰਦੇ ਹੈਗੇ, ਤੁਹਾਡਾ ਕੋਈ ਵੀ ਪ੍ਰਸ਼ਨ ਹੁੰਦਾ ਹੈ ਕਿ ਬਹੁਤ ਸੇ ਲੋਕਾਂ ਦਾ ਸਿਮਿਲਰ ਕੁਐਸਚਨਸ ਹੁੰਦੇ ਹੈਗੇ ਕਈ ਵਾਰੀ, ਠੀਕ ਹੈ ਜੀ, ਠੀਕ ਹੈ, ਉਸ ਇੱਕ ਜਵਾਬ ਨੂੰ ਦੇਖ ਕੇ ਬਾਕੀਆਂ ਨੂੰ ਵੀ ਉਸ ਦਾ ਕੋਈ ਨਾ ਕੋਈ ਹਿੰਟ ਮਿਲ ਜਾਂਦਾ, ਹੱਲ ਮਿਲ ਜਾਂਦਾ ਹੈ। ਇਸੇ ਕਰਕੇ ਸਾਡਾ ਵੀ ਜਿਹੜਾ ਕਿ ਆਪਣਾ ਪੰਜਾਬ ਟੀਵੀ ਦਾ ਟੀਮ ਦਾ ਜਿਹੜਾ ਕਿ ਉਹ ਇੱਕੋ ਇੱਕ ਵੀ ਜਿੰਨੀ ਤੋਂ ਜਿੰਨੀ ਹੈਲਪ ਹੋ ਸਕੇ ਆਪਣੇ ਸਰੋਤਿਆਂ ਦੀ, ਦੇਖਣ ਵਾਲਿਆਂ ਦੀ, ਚਾਹਣ ਵਾਲਿਆਂ ਦੀ, ਉਹੀ ਅਸੀਂ ਕੰਮ ਕਰਾਂਗੇ ਜਿਹੜਾ ਕਿ ਦੂਸਰਿਆਂ ਨੂੰ ਹੈਲਪ ਮਿਲੇਗੀ। ਇਸੇ ਤਰ੍ਹਾਂ ਅਸੀਂ ਪੰਡਿਤ ਜੀ ਨੂੰ ਪਹਿਲੇ ਦਿਨ ਤੋਂ ਵੀ ਕਿਹਾ, ਇਹਨਾਂ ਨੇ ਸਾਨੂੰ ਪਹਿਲੇ ਦਿਨ ਤੋਂ ਇੱਕੋ ਰਿਕੁਐਸਟ ਕੀਤੀ ਆ, ਮੇਰੇ ਕੋਲ ਜਿੰਨੀ ਵੀ ਹੈਲਪ ਹੋ ਸਕਦੀ ਹੈ ਮੈਂ ਕਰੂੰਗਾ ਜੀ। ਬਿਲਕੁਲ ਜੀ, ਅਤੇ ਆਓ ਜੀ ਅੱਜ ਦਾ ਸਾਦਾ ਵਾਸਤੂ ਦਾ ਟਿਪ, ਮੈਨੂੰ ਬੜਾ ਇੱਕ ਕਾਮਨ ਜਿਹਾ ਕੁਐਸਚਨ ਜਾਂ ਕਹਿ ਲਓ ਕਿ ਸਾਰਿਆਂ ਨੂੰ ਥੋੜ੍ਹੀ ਜਿਹੀ ਗਾਈਡੈਂਸ ਚਾਹੀਦੀ ਹੁੰਦੀ ਹੈ, ਇਸ ਕਰਕੇ ਉਹ ਕਹਿੰਦੇ ਕਿ ਬਈ ਜਿੱਦਾਂ ਕਹਿ ਲਓ ਕਿ ਕੁਬੇਰ, ਯਾਨੀ ਸਾਡਾ ਜਿਹੜੇ ਖਜ਼ਾਨੇ ਹੈਗੇ ਆ, ਧਨ ਦੇ ਜਿਹੜੇ ਮਾਲਕ ਹੈਗੇ ਉਹ ਕੁਬੇਰ ਉਹਨੂੰ ਕਹਿੰਦੇ ਹੈਗੇ ਆ, ਕੁਬੇਰ ਭਗਵਾਨ ਜੀ ਕਹਿ ਲਓ, ਜੇ ਜਿਹੜੇ ਵੀ ਦੀਵਾਲੀ ਦੀ ਪੂਜਾ ਕਰਦੇ ਉਹਨਾਂ ਨੂੰ ਪਤਾ ਹੈ ਕੁਬੇਰ ਭਗਵਾਨ ਜੀ, ਯਾਨੀ ਕਿ ਜਿੱਥੇ ਦੁਕਾਨ ਹੁੰਦੇ ਬਿਜ਼ਨਸ ਵਾਲੇ ਹੁੰਦੇ ਜਿੱਥੇ ਗੱਲਾਂ ਰੱਖਿਆ ਹੁੰਦਾ ਉਹਨਾਂ ਨੇ ਪੈਸੇ ਸਾਂਭਦੇ ਆ, ਉੱਥੇ ਕਹਿੰਦੇ ਨੇ ਕੁਬੇਰ ਭਗਵਾਨ ਜੀ ਦੀ ਪਿਕਚਰ ਰੱਖਣੀ ਚਾਹੀਦੀ ਹੈ, ਅਤੇ ਕਹਿੰਦੇ ਨੇ ਜਿਤਨੀ ਵੀ ਜਿੰਨਾ ਤੁਹਾਡੇ ਕੋਲ ਪੈਸਾ ਹੈਗਾ ਉਸ ਨੂੰ ਆਪਣੇ ਤੱਕ ਰੋਕਣ ਵਾਸਤੇ ਇੱਕ ਛੋਟਾ ਜਿਹਾ ਉਪਾਅ ਤੁਸੀਂ ਕਰੋ, ਬੜਾ ਇੰਟਰਸਟਿੰਗ, ਬੜਾ ਸਿੱਧਾ ਉਪਾਅ ਹੈ। ਕਹਿੰਦਾ ਵਾ ਕਿਸੇ ਕੋਲ ਪੈਸੇ ਨਹੀਂ ਰੁਕਦੇ, ਜਾਂ ਕਿਸੇ ਦੇ ਬਟੂਏ 'ਚ ਨਹੀਂ ਰੁਕਦੇ, ਜਾਂ ਫਿਰ ਖਜ਼ਾਨੇ 'ਚ ਜਿੱਥੇ ਵੀ ਤੁਸੀਂ ਰੱਖਦੇ ਆ ਨਹੀਂ ਰੁਕਦੇ, ਮੋਸਟਲੀ ਦੁਕਾਨ ਵਾਲਿਆਂ ਕੋਲ ਤਾਂ ਰੁਕਦੇ ਨਹੀਂ ਗੇ ਮੇਰਾ ਖਿਆਲ ਤਾਂ, ਉਹ ਇੱਧਰੋਂ ਆਉਂਦੇ ਅਤੇ ਇੱਧਰੋਂ ਜਾਂਦੇ ਆ, ਮੇਰਾ ਖਿਆਲ ਕੁਛ ਨਾ ਬੇਸਿਕਲੀ ਕਹਿਣ ਦਾ ਭਾਵ ਹੈਗਾ ਕਿ ਬਈ ਉਹਦੇ ਥੋੜਾ ਤੁਹਾਡਾ ਵਾਧਾ ਹੋਵੇ, ਬਈ ਤੁਹਾਡੇ ਤੇ ਕਿਰਪਾ ਬਣੀ ਰਹੇ, ਜੇ ਜਾ ਰਿਹਾ ਹੈ ਤੇ ਆਉਣਾ ਵੀ ਨਾ ਰੁਕੇ, ਠੀਕ ਹੈ ਨਾ, ਜੇ ਜਾਂਦਾ ਹੀ ਜਾਂਦਾ ਹੋਵੇ ਉਹ ਵੀ ਚੰਗਾ ਲੱਗਦਾ, ਆਉਂਦਾ ਹੀ ਆਉਂਦਾ ਹੋਵੇ ਬੰਦਾ ਉਹ ਵੀ ਜੋੜੀ ਜਾਵੇ ਉਹ ਵੀ ਚੰਗਾ ਲੱਗਦਾ, ਦਿਮਾਗ ਖਰਾਬ ਕਰਦਾ। ਤੇ ਕਹਿੰਦੇ ਜੇ ਭਗਵਾਨ ਕੁਬੇਰ ਦੀ ਕਿਰਪਾ ਪਾਣੀ ਹੋਏ ਤੇ ਇੱਕ ਛੋਟਾ ਜਿਹਾ ਕਰੋ, ਜਦੋਂ ਸੌਂਦੇ ਹੋ ਤੁਸੀਂ ਆਪਣਾ ਸਿਰ ਇਸ ਤਰੀਕੇ ਨਾਲ ਰੱਖੋ, ਜਦੋਂ ਸਵੇਰੇ ਤੁਸੀਂ ਉੱਠੋ, ਹਾਂਜੀ, ਯਾਨੀ ਕਿ ਲੇਟੇ ਹੋ, ਜਦੋਂ ਤੁਸੀਂ ਸਵੇਰੇ ਉੱਠਦੇ ਹੋ, ਜਾਂ ਤੇ ਤੁਹਾਡਾ ਚਿਹਰਾ ਹੋਵੇ ਈਸਟ ਵੱਲ, ਬੇਸਿਕਲੀ ਚੜ੍ਹਦਾ ਸੂਰਜ ਜੇ ਈਸਟ ਵੱਲ ਨਾ ਹੋਵੇ, ਮੰਨ ਲਓ ਕਿਸੇ ਦਾ ਘਰ, ਤੇ ਦੂਸਰਾ ਈਸਟ ਪਹਿਲਾਂ ਤੇ ਦੂਸਰਾ ਫਿਰ ਦੇਖੋ ਉੱਤਰ ਵੱਲ, ਨੌਰਥ, ਅੱਛਾ ਨੌਰਥ ਵੱਲ ਜੀ, ਇਹ ਥੋੜ੍ਹਾ ਜਿਹਾ ਤੁਸੀਂ ਚੇਂਜ ਕਰੋ ਅਤੇ 2-4-6 ਮਹੀਨੇ ਤੁਸੀਂ ਕੰਟੀਨਿਊ ਕਰੋਗੇ, ਤੁਸੀਂ ਦੇਖੋਗੇ ਤੁਹਾਡੇ ਖਜ਼ਾਨਿਆਂ ਵਿੱਚ ਪਹਿਲੇ ਨਾਲੋਂ ਬਰਕਤ ਆ ਰਹੀ ਹੈ। ਜਿੱਦਾਂ ਹੁਣ ਹਰ ਇੱਕ ਬੰਦਾ ਕਰ ਸਕਦਾ ਜੀ, ਨੌਰਥ ਵੱਲ ਆਪਣੇ ਬਿੜ ਤੋਂ ਉੱਤਰਨਾ ਕਿ ਨੌਰਥ ਵੱਲ ਮੂੰਹ ਕਰਨਾ ਜੀ, ਜਦੋਂ ਅਸੀਂ ਸਿੱਧਾ ਲੇਟੇ ਹੋਏ ਹੈਗੇ ਹਾਂ, ਜਿੱਦਾਂ ਵੀ ਅਸੀਂ ਖੜੇ ਹੁੰਦੇ ਹੈਗੇ, ਉੱਠ ਕੇ ਬਹਿੰਦੇ ਹੈਗੇ ਹਾਂ, ਸਾਹਮਣੇ ਵਾਲੀ ਆ ਤਾਂ ਸਾਹਮਣੇ ਈਸਟ ਹੋਵੇ ਜਾਂ ਸਾਹਮਣੇ ਨੌਰਥ ਹੋਵੇ, ਯਾਨੀ ਕਿ ਜਦੋਂ ਬਿੜ ਤੋਂ ਉੱਤਰਨਾ ਸਾਹਮਣੇ ਨੌਰਥ ਜਾਂ ਈਸਟ ਹੋਵੇ, ਉੱਥੇ ਤੁਸੀਂ ਐਵਰੀ ਡੇ ਇਹ ਕਰੋ, ਕੋਸ਼ਿਸ਼ ਕਰੋ ਇਹ ਤੁਹਾਡਾ ਰੂਟੀਨ ਟੁੱਟੇ ਨਾ, ਜਿੰਨੀ ਜ਼ਿਆਦਾ ਦਿਨ ਤੱਕ ਕਰਦੇ ਜਾਓਗੇ ਉਸ ਤੋਂ ਬਾਅਦ ਤੁਸੀਂ ਟਰੈਕ ਕਰੋ ਕਿ ਤੁਹਾਡੀ ਕਮਾਈ ਦੇ ਵਿੱਚ ਕਿੰਨਾ ਫਰਕ ਪੈ ਰਿਹਾ ਹੈ ਜਾਂ ਤੁਹਾਡੀ ਸੇਵਿੰਗਸ ਦੇ ਵਿੱਚ ਕਿੰਨਾ ਫਰਕ ਪੈ ਰਿਹਾ ਹੈ, ਤੁਸੀਂ ਆਰ ਯੂ ਸਟਿਲ ਲੂਜ਼ਿੰਗ ਏਅਰ ਔਰ ਯੂ ਸੇਵਿੰਗ ਏਅਰ,
ਇਹ ਕੋਸ਼ਿਸ਼ ਕਰੋ ਤੁਸੀਂ ਕੰਟੀਨਿਊ ਕਰੋ, ਜੇ ਤੁਹਾਨੂੰ ਲੱਗੇ ਵੀ ਦੋ ਚਾਰ ਛੇ ਮਹੀਨੇ ਹੋ ਗਏ ਸਾਨੂੰ ਇੱਦਾਂ ਕਰਦੇ ਕਰਦੇ ਕੁਛ ਫਰਕ ਨਹੀਂ ਪੈ ਰਿਹਾ ਤਾਂ ਤੁਸੀਂ ਜ਼ਰੂਰ ਮੈਨੂੰ ਫੋਨ ਕਰੋ ਅਤੇ ਅਸੀਂ ਜ਼ਰੂਰ ਤੁਹਾਨੂੰ ਫਿਰ ਅਗਲਾ ਉਪਾਅ ਦੱਸਾਂਗੇ। ਬਿਲਕੁਲ ਜੀ, ਅਤੇ ਅੱਜ ਸੀਗਾ ਇਹ ਸਾਡਾ ਵਾਸਤੂ ਦਾ ਉਪਾਅ, ਅਸੀਂ ਨਾਲੇ ਕੁੰਡਲੀ ਦੇ ਅਸੀਂ ਜ਼ਿਕਰ ਕਰਦੇ ਪਏ ਸੀਗੇ ਨੌਵੇਂ ਘਰ ਦੀ ਜਿਹੜੇ ਕਿ ਅਸੀਂ ਪੂਰੀ ਨਹੀਂ ਕਰ ਸਕੇ, ਉਹ ਅਗਲੇ ਐਪੀਸੋਡ 'ਤੇ ਕਰਾਂਗੇ, ਅਗਲੇ ਐਪੀਸੋਡ ਦੇ ਵਿੱਚ ਪੂਰੇ ਕਰਾਂਗੇ। ਜਿਸ ਤਰ੍ਹਾਂ ਆਪਾਂ ਅਗਲੇ ਥਰਸਡੇ ਫਿਰ 8 ਤੋਂ 9 ਲਾਈਵ ਇਸੇ ਤਰ੍ਹਾਂ ਲੈ ਕੇ ਹਾਜ਼ਰ ਹੋਵਾਂਗੇ। ਦੋਸਤੋ, ਦੇਖਣਾ ਨਾ ਭੁੱਲਿਓ ਆਪਣਾ ਪੰਜਾਬ ਟੀਵੀ, ਇਸੇ ਤਰ੍ਹਾਂ ਦੇਖਦੇ ਰਹਿਣਾ। ਸਤਿ ਸ਼੍ਰੀ ਅਕਾਲ। ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ